ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਸੰਤਾਰ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਇਸ ਸਾਲ ਦਾ ਸਭ ਤੋਂ ਪਹਿਲਾ ਐਪੀਸੋਡ ਅਸੀਂ ਸੁਖਪਾਲ ਸੁਖ ਦੇ ਨਾਲ ਰਿਕਾਰਡ ਕੀਤਾ ਤੇ ਬਹੁਤ ਹੀ ਇੰਟਰਸਟਿੰਗ ਐਪੀਸੋਡ ਬਣਿਆ ਤੁਹਾਨੂੰ ਪਤਾ ਸੁਖਪਾਲ ਸੁਖ ਉਹਨਾਂ ਦੀਆਂ ਕਹਾਣੀਆਂ ਵੈਸੇ ਹੀ ਬਹੁਤ ਵਧੀਆ ਹੁੰਦੀਆਂ ਪਰ ਸਾਡੀ ਉਹਨਾਂ ਨਾਲ ਬਹੁਤ ਪੁਰਾਣੀ ਸਾਂਝ ਹੈ ਤੇ ਕਹਾਣੀਆਂ ਲੰਬੀਆਂ-ਲੰਬੀਆਂ ਹੁੰਦੀਆਂ ਬਹੁਤ ਲੰਬੀਆਂ ਹੋ ਗਈਆਂ ਤੇ ਮੈਨੂੰ ਪੂਰੀ ਆਸ ਹੈ ਤੁਹਾਨੂੰ ਇਹ ਐਪੀਸੋਡ ਪਸੰਦ ਆਊਗਾ ਜੇ ਪਸੰਦ ਆਉਂਦਾ ਤਾਂ ਕਮੈਂਟ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਲਓ ਜੀ ਆਓ ਜੀ ਸ਼ੁਰੂ ਕਰਦੇ ਆ ਪੰਜਾਬੀ ਪੋਡਕਾਸਟ ਸੋ ਕਪਾਲਜੀ ਕੀ ਹਾਲ ਚਾਲ ਸੰਗਤਾਰ ਵੀਰ ਸਤਿ ਸ਼੍ਰੀ ਅਕਾਲ ਔਰ ਬਹੁਤ ਵਧੀਆ ਚੜ੍ਹਦੀ ਕਲਾ ਜੀ ਮਾਲਕ ਸਾਰਿਆਂ ਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਚਲੋ ਵਧੀਆ ਹੀ ਚਾਹੀਦਾ ਵਧੀਆ ਚਾਹੀਦਾ ਸਭ ਤੋਂ ਪਹਿਲਾਂ ਮਾੜਾ ਜੀ ਮਾੜਿਆ ਜੀ ਆ ਦੱਸੋ ਇੱਥੇ ਫਿਰ ਆਪਣੇ ਆਹ ਜਿਹੜੇ ਕਰੋਨੇ ਦਾ ਜਾਂ ਕੁਝ ਹੋਰ ਇਹ ਕਿੱਦਾਂ ਚੱਲ ਰਿਹਾ ਜਿਹੜੀ ਡੇ ਟੂ ਡੇ ਲਾਈਫ ਆ ਤੁਹਾਡੇ ਹੱਥੇ ਹੁਣ ਜਿਹੜੀ ਸੰਗਤਾਰ ਜੀ ਜਿਹੜੀ ਚੰਡੀਗੜ੍ਹ ਚ ਮੈਂ ਕਿਉਂਕਿ ਚੰਡੀਗੜ੍ਹ ਚ ਆ ਤੇ ਲੱਗਦਾ ਆ ਵੀ ਹੁਣ ਔਰ ਮਹੀਨੇ 2 ਮਹੀਨੇ ਖੰਡ ਤੱਕ ਮੈਨੂੰ ਲੱਗਦਾ ਵੀ ਅਗਰ ਪਰ ਮਾਤਾ ਮਾਨੇ ਚਾਹ ਤੇ ਬੈਕ ਟੂ ਨੋਰਮਲ ਹੋ ਜਾਏਗਾ ਸਾਰਾ ਚਲੋ ਵਧੀਆ ਜੀ ਵਧੀਆ ਇਹ ਜੀ ਜਿਹੜੀਆਂ ਵਾਇਰਸ ਵਾਲੀਆਂ ਚੀਜ਼ਾਂ ਨਾਲ ਤਾਂ ਇਹ ਹੀ ਆ ਕਿ ਵੈਕਸੀਨ ਲੱਗੀ ਹੋਵੇ ਜੀ ਜੀ ਤੇ ਪਰ ਜਿੱਦਾਂ ਸਾਡੇ ਲੋਕ ਜਿਹੜੀਆਂ ਖਾਣ ਪੀਣ ਦੀਆਂ ਦੇਸੀ ਨੁਕਸੇ ਚੀਜ਼ਾਂ ਪ੍ਰਸ਼ਾਦ ਕਰਾ ਦਿਓ ਜੀ ਆਹ ਕਰਦੇ ਹੋ ਅੱਗੇ ਮਾਤਾ ਨਿਕਲਦੀ ਹੁੰਦੀ ਸੀ ਜੀ ਤੇ ਉਹ ਪਰ ਉਹ ਜ਼ੋਰ ਲਾ ਕੇ ਸੱਤਵੇਂ ਅੱਠਵੇਂ ਦਿਨ ਹਟਦਾ ਜਾਂਦੀ ਹਟਦੀ ਹਾਂਜੀ ਹਟ ਜਾਂਦੀ ਆ ਬਿਲਕੁਲ ਮੈਨੂੰ ਯਾਦ ਹੈ ਉਹ ਸਾਡੇ ਪਿੰਡ ਵੀ ਇੱਕ ਪੰਡਤ ਜੀ ਹੁੰਦੇ ਉਹਨੇ ਕਹਣਾ ਵੀ ਸੌਗੀ ਵਾਲਕੇ ਦਿਓ ਜਿਹਦੇ ਮਾਤਾ ਨਿਕਲੋ ਇਹ ਤੋ ਗਰਮੀ ਤਾਂ ਪਹਿਲੇ ਹੀ ਅੰਦਰ ਹੁੰਦੀ ਆ ਉਹ ਸਰੀਰ ਦੇ ਵਿੱਚ ਲੇਕਿਨ ਲੇਕਿਨ ਇਹ ਹੁੰਦਾ ਵੀ ਉਹ ਉਦੋਂ ਪਤਾ ਨਹੀਂ ਹੁੰਦਾ ਚੀਜ਼ਾਂ ਦਾ ਉਹ ਗਰਮ ਚੀਜ਼ਾਂ ਕਹਿਣਾ ਵਾਲ ਕੇ ਦਿਓ ਜੀ ਤੁੜਕਾ ਨਾ ਲਾਓ ਇੰਨੇ ਦਿਨ ਘਰੇ ਤਾਂ ਉਹ ਗਵਾਂਡੀਆਂ ਦੇ ਚੁੱਲ੍ਹੇ ਤੇ ਜਾ ਕੇ ਉੱਥੇ ਤੁੜਕੇ ਲੱਗਣੇ ਤਾਂ ਬਈ ਕਹਿਣਾ ਨਹੀਂ ਬਈ ਸਿੰਪਲੀ ਚੀਜ਼ਾਂ ਬਣਾ ਉਹ ਸਾਰੀਆਂ ਚੀਜ਼ਾਂ ਹੈਗੀਆਂ ਉਹ ਸਮੇਂ-ਸਮੇਂ ਮੁਤਾਬਕ ਇਹ ਆ ਵੀ ਲੇਕਿਨ ਹਿੰਦੁਸਤਾਨ ਇੱਕ ਐਸੀ ਧਰਤੀ ਹੈ ਜੀ ਕਿ ਵੀ ਇੱਥੇ ਜਿਹੜੇ ਕਹਿ ਲਓ ਸਾਡੇ ਪੀੜੀ ਦਰ ਪੀੜੀ ਰਿਚੁਅਲਸ ਚੱਲੇ ਆ ਰਹੇ ਆ ਚਾਹੇ ਉਹਨਾਂ ਦੇ ਵਿੱਚ ਲੌਜੀਕ ਲੌਜੀਕ ਚਾਹੇ ਕੋਈ ਹੈਗਾ ਜਾਂ ਨਹੀਂ ਲੇਕਿਨ ਉਹ ਅੱਜ ਵੀ ਅਸੀਂ ਫਾਲੋ ਕਰਦੇ ਹੀ ਆ ਨਾ ਨਾ ਨੁਕਰ ਕਰਦੇ ਹੋਏ ਵੀ ਤਾਂ ਵੀ ਵੀ ਨਹੀਂ ਨਹੀਂ ਵੀ ਸਾਡੇ ਬਜ਼ੁਰਗ ਇਦਾਂ ਕਰਦੇ ਸੀ ਵੀ ਅਸੀਂ ਕਰਨੀ ਹੈ ਇਦਾਂ ਤਾਂ ਕੱਲ ਇਦਾਂ ਹੁੰਦੀ ਆ ਸੁਖਪਾਲ ਜੀ ਵੀ ਕਈ ਚੀਜ਼ਾਂ ਚ ਤਾਂ ਲੌਜਿਕ ਹੁੰਦਾ ਪਰ ਕਈ ਲੋਕ ਨਾ ਆਪਣੇ ਮਤਲਬ ਲਈ ਕੋਈ ਚੀਜ਼ ਬਣਾ ਲੈਂਦੇ ਕਈ ਵਾਰ ਜਿੱਦਾਂ ਮੈਂ ਤੁਹਾਨੂੰ ਦੱਸਦਾ ਅਸੀਂ ਕਿਸੇ ਦੇ ਘਰ ਗਏ ਤੇ ਉੱਥੇ ਫਲੂ ਦੀਆਂ ਗੱਲਾਂ ਹੋਣ ਲੱਗ ਪਈਆਂ ਕੋਈ ਕਹਿਣ ਲੱਗ ਪਿਆ ਫਲੂ ਲਈ ਆ ਖਾਓ ਕੋਈ ਕਹਿੰਦਾ ਥੈਰਾ ਫਲੂ ਦੇ ਘਰਾਲੇ ਕਰੋ ਕੋਈ ਕਹਿੰਦਾ ਫਲਾਣ ਹਰੇਕ ਬੰਦਾ ਆਪਣਾ ਆਪਣਾ ਦੱਸੀ ਜਾਵੇ ਤੇ ਇੱਕ ਉੱਥੇ ਬੰਦਾ ਸੀਗਾ ਤੇ ਉਹ ਕਹਿੰਦਾ ਕਹਿੰਦਾ ਮੈਂ ਸੁਣਿਆ ਯਾਰ ਜੇ ਕਹਿੰਦੇ ਵੀ 7 ਦਿਨ ਨਾ ਗਰਮ ਦੁੱਧ ਦੇ ਵਿੱਚ ਜਲੇਬੀਆਂ ਪੇਕੇ ਖਾਵੇ ਤਾਂ ਉਹਦੇ ਨਾਲ ਵੀ ਠੀਕ ਹੋ ਜਾਂਦਾ ਵਾ 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 ਬਾਲੇ ਨਾ ਵਾ ਤਾਂ ਉਹਦੇ ਠੀਕ ਹੋ ਜਾਣਾ ਆ ਸ਼ੂਗਰ ਜ਼ਰੂਰ HBA1C ਵੱਜੂਗਾ ਉਹਦੇ ਨਾਲ 7 ਦਿਨ ਬਾਅਦ ਬਾਕੀ ਬਿਮਾਰੀ ਘਟਦੀ ਜਾਂਦੀ ਘਟਦੀ ਇਹਦਾ ਕੋਈ ਪਤਾ ਨਹੀਂ ਹੈਗਾ ਤੇ ਹਾਂ ਲੇਕਿਨ ਇਹ ਜਲਦੀ ਜਾਂਦਾ ਜੀ ਆਪਣੇ ਲੋਕਾਂ ਦਾ ਹੈਗਾ ਇਹ ਲਾਈ ਲੇਕਿਨ ਇੰਨਾ ਜ਼ਰੂਰ ਹੈ ਵੀ ਜਿਵੇਂ ਕਿ ਮੈਂ ਦੇਖਿਆ ਪਿਛਲੇ ਸਾਲ ਤੋਂ ਜਿਵੇਂ ਹਲਦੀ ਦਾ ਜਿਆਦਾ ਇਸਤੇਮਾਲ ਜਿਹੜਾ ਸੀ ਬਹੁਤ ਘਟ ਗਿਆ ਸੀ ਆਪਣੀ ਰੋਜ਼ਮਾਰਾ ਜ਼ਿੰਦਗੀ ਦੇ ਵਿੱਚ ਉਹ ਜਰੂਰ ਵਾਧਾ ਹੋਇਆ ਉਹ ਉਹ ਅੱਛੀ ਵੀ ਗੱਲ ਹੈ ਕਿਉਂਕਿ ਦੁੱਧ ਚ ਪਾ ਕੇ ਪੀਣਾ ਸ਼ੁਰੂ ਕਰਤੀ ਹਨਾ ਜੀ ਉਹ ਉਹ ਅੱਛੀ ਗੱਲ ਹੋਈ ਹੈ ਕੁਝ ਜਿਹੜੀਆਂ ਆਯੁਰਵੈਦਿਕ ਨੇ ਜਾਂ ਪੁਰਾਣੇ ਨੁਸਖੇ ਨੇ ਉਹ ਜਿਹੜੇ ਦੁਬਾਰਾ ਬੈਕ ਟੂ ਤੁਹਾਡੀ ਨਾਰਮਲ ਰੂਟੀਨ ਲਾਈਫ ਚ ਆ ਕੇ ਉਹਨਾਂ ਨਾਲ ਕਹਿ ਲਓ ਥੋੜੇ ਜੇ ਬੈਨੀਫਿਟਸ ਤੁਹਾਨੂੰ ਜਿਹੜਾ ਕਹਿ ਲਓ ਵੀ ਹੋਣੇ ਸ਼ੁਰੂ ਹੋਏ ਨੇ ਹਾਂ ਇਹ ਤਾਂ ਉਦਾਂ ਵੀ ਜੇ ਇਨਫਲੇਮੇਸ਼ਨ ਤਾਂ ਸਰੀਰ ਚ ਘੱਟ ਹੋਵੇ ਘੱਟ ਹੋਵੇ ਹਾਂਜੀ ਤਾਂ ਬੰਦੇ ਦੀ ਯਾਦਦਾਸ਼ਤ ਵੀ ਠੀਕ ਬੰਦ ਦਾ ਬਲੱਡ ਪ੍ਰੈਸ਼ਰ ਵੀ ਠੀਕ ਬੰਦੇ ਦੀ ਸ਼ੂਗਰ ਵੀ ਠੀਕ ਹੈ ਸਾਰੀਆਂ ਅਲਰਜੀਆਂ ਨਹੀਂ ਹੁੰਦੀਆਂ ਉਹ ਚੀਜ਼ਾਂ ਉਹਨਾਂ ਚੀਜ਼ਾਂ ਚੋਂ ਨਿਕਲਦੀਆਂ ਉਹਨਾਂ ਜਿਹੇ ਨਿਕਲਦੀਆਂ ਹਾਂਜੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਆ ਹਾਂ ਅਸੀਸ ਖਪਾਲ ਜਿੱਦਾਂ ਸਾਡੀ ਹਿਸਟਰੀ ਬੜੀ ਪੁਰਾਣੀ ਆ ਤੁਸੀਂ ਕੈਨੇਡਾ ਕਿਹੜੇ ਸਾਲ 'ਚ ਆਏ ਆ ਮੈਂ ਸੰਤਾਰਵੀਰ ਮੈਂ ਆਇਆ ਜੀ ਕੈਨੇਡਾ ਸਤੰਬਰ 1988 ਨੂੰ ਮੈਂ ਲੈਂਡ ਕੀਤਾ ਸੀ ਵੈਨਕੂਵਰ ਪਹਿਲੀ ਵਾਰੀ ਹਾਂ ਤੇ ਉਮਰ ਉਦੋਂ ਕਿੰਨੀ ਸੀ ਉਮਰ ਮੇਰੀ ਸੀਗੀ ਜੀ ਉਦੋਂ ਮੈਂ 1973 ਦਾ ਬੋਨਿਆ ਜੀ ਵੀ ਮੈਂ ਤੇ ਕਿ ਨੋ ਤਾਂ 15 ਦਾ ਹੋਇਆ ਸੀ 14 14 ਸਮਥਿੰਗ ਪਲੱਸ ਆ ਜੀ ਹਾਂ ਜੀ ਸਿਗਾ ਜੀ ਮੈਂ ਕਿਉਂਕਿ ਜਦੋਂ ਅਸੀਂ ਤੁਹਾਨੂੰ ਮਿਲੇ 2 ਸਾਲ ਬਾਅਦ ਜੀ ਅਸੀਂ 90 'ਚ ਆਏ ਹਾਂ ਤੇ ਤੁਹਾਡੇ ਮਾਮਾ ਜੀ ਹੁੰਦੇ ਸੀ ਹਨਾ ਜੀ ਮੇਰੇ ਮਾਮਾ ਜੀ ਨੇ ਮੈਨੂੰ ਅਡਾਪਟ ਕੀਤਾ ਸੀ ਔਰ ਉਹਨਾਂ ਦੀ ਉਹਨਾਂ ਦੀ ਇੱਕ 뮤직 ਕੰਪਨੀ ਸੀ PMI ਕਰਕੇ ਪਾਵਰ 뮤직 ਆਫ ਇੰਡੀਆ ਹਾਂ ਹਾਂ ਤੇ ਉਹ ਉਹਨਾਂ ਦਾ ਆਫਿਸ ਹੁੰਦਾ ਸੀ ਮੇਨ ਦੇ ਉੱਤੇ ਬੜੀਆਂ ਮਹਿਫਲਾਂ ਉੱਥੇ ਲੱਗਦੀਆਂ ਹੁੰਦੀਆਂ ਸੀਗੀਆਂ ਜੀ ਉਹ ਚਾਰਲੀ ਕੰਗ ਹੋਣੇ ਜੀ ਸੀਗੇ ਸੀਗੇ ਚਾਰਲੀ ਕੰਗ ਤੇ ਉਹ ਗੁਰਚਰਨ ਆਦੀ ਕਮਾਲ ਤੇ ਸਾਰੇ ਦੋਸਤ ਉਹਨਾਂ ਦੇ ਤਾਂ ਫਿਰ ਮੇਨ ਸਟਰੀਟ ਤੇ ਅੱਡਾ ਬਣਾਇਆ ਹੁੰਦਾ ਸੀਗਾ ਬਹੁਤ ਵਧੀਆ ਅੱਡਾ ਹੁੰਦਾ ਸੀ ਜੀ 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 ਤੇ ਉੱਥੇ ਸਾਰੀਆਂ ਮਹਿਫਲਾਂ ਲੱਗਦੀਆਂ ਸੀਗੀਆਂ ਹਾਂਜੀ ਹਾਂਜੀ ਤੇ ਬੜਾ ਦੇਖ ਲਓ ਵਧੀਆ ਉਹ ਟਾਈਮ ਹੁੰਦਾ ਸੀ ਤੇ ਛੇਤੀ ਅਸੀਂ ਤੁਹਾਨੂੰ ਉੱਥੇ ਮਿਲ ਪਏ ਤੇ ਉਦੋਂ ਤੁਹਾਡੀ ਉਮਰ ਕਾਫੀ ਘੱਟ ਹੁੰਦੀ ਸੀ ਲੈ ਪੜਦੇ ਹੁੰਦੇ ਸੀ ਹਨਾ ਜੀ ਮੈਂ ਸਕੂਲ ਸੀਗਾ ਮੈਂ ਆਉਂਦਾ ਹੀ ਉਦੋਂ ਐਕਚੁਅਲੀ 8ਵੀਂ ਚ ਫਿਰ ਗ੍ਰੇਡ 8 ਚ ਇਥੋਂ ਮੈਂ ਪੜਨਾ ਸ਼ੁਰੂ ਕਰ ਦਿੱਤਾ ਆਪਣਾ ਵੈਨਕੂਵਰ ਹੂੰ ਹੂੰ ਤੇ ਨਾਲੋਂ ਨਾਲ ਫਿਰ ਮੇਰੇ ਮਾਸਟਰ ਜੀ ਰਮਿੰਦਰ ਭੁੱਲਰ ਹੋਰੀ ਉਹ ਉਹਨਾਂ ਦਾ ਐਲਬਮ ਵੀ ਇੱਕ ਆਗੀ ਸੀ ਰਿਲੀਜ਼ ਹੋ ਗਈ ਸੀ ਹਾਂਜੀ ਹਾਂਜੀ ਤੇ ਉਹਨਾਂ ਦਾ ਗਰੁੱਪ ਸੀ ਇੱਕ ਤੇ ਫਿਰ ਨਾਲ ਬਸ ਉਹ ਕੀਬੋਰਡ ਜਿਵੇਂ ਹੁੰਦਾ ਵੀ ਕਵਰ ਨਹੀਂ ਹੁੰਦਾ ਇਹ ਕੀਬੋਰਡ ਦਾ ਚਾਦਰ ਚਲਪੇਟ ਕੇ ਕੱਚ 'ਚ ਫੜ ਕੇ ਤੇ ਨਾਲ ਚੱਲਦਾ ਨਾ ਪ੍ਰੋਗਰਾਮ ਤੇ ਤੇ ਨਾਲ ਇੱਕ ਜਿਹੜੀ ਔਰੇਂਜਾ ਰੰਗ ਦੀ ਜਿਹੜੀ ਲੰਬੀ ਜਈ 20 ਫੁੱਟ ਦੀ ਜਿਹੜੀ ਉਹ ਐਕਸਟੈਂਸ਼ਨ ਤਾਰ ਹੁੰਦੀ ਆ ਨਾਲ ਬਿਜਲੀ ਵਾਲੀ ਉਹ ਵੀ ਨਾਲ ਖੜੀ ਹੋਣੀ ਹੱਥ 'ਚ ਦੂਜੇ 'ਚ ਤੇ ਉਹ ਤੇ ਉਹ ਜਿਹੜੇ ਡੀਜੇ ਵਾਲੇ ਹੁੰਦੇ ਸੀ ਉਹ ਲੋਡ ਨਹੀਂਛ ਦਿੰਦੇ ਹੁੰਦੇ ਤਾਰ ਆਪਣਾ ਕਨੈਕਸ਼ਨ ਵੀ ਨਹੀਂ ਇੱਥੇ ਨਾ ਲਾਓ ਪਰੇ ਪਾਸੇ ਪਰਲੇ ਪਾਸੇ ਲਾ ਲਓ ਆਹ ਵਾਹ 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 ਉਹ ਉਹ ਸਾਰੇ ਮਾਹੌਲ ਜਿਹੜੇ ਆ ਜੀ ਉਹ ਦਿਖੇ ਹੋਏ ਆ ਤੇ ਬਸ ਉਤੋਂ ਉਤੋਂ ਉਹ ਕਹ ਲਓ ਉਹ ਸ਼ੁਰੂਆਤ ਦੌਰ ਸੀਗਾ ਹਾਂ ਹਾਂ ਤੇ ਉਦੋਂ ਇੱਕ ਨਵਾਂ ਨਵਾਂ ਇੱਕ ਹੋਰ ਸਟਾਈਲ ਹੁੰਦਾ ਸੀ ਕਿ ਜਿਹੜੇ ਕਿਉਂਕਿ ਉਦੋਂ ਇੰਗਲੈਂਡ ਦੇ ਗਰੁੱਪਾਂ ਦਾ ਜਿਹੜਾ ਸੀਗਾ ਆਪਣਾ ਕੈਨੇਡਾ ਦੇ ਪੰਜਾਬੀ 뮤직 ਤੇ ਬਹੁਤ ਭਾਰੂ ਸੀਗਾ ਉਹਨਾਂ ਦਾ ਜਿਹੜਾ ਇਮਪ੍ਰੈਸ਼ਨ ਅਸਰ ਸੀਗਾ ਬਹੁਤ ਸੀਗਾ ਆਪਣਾ ਸੰਗੀਤ ਮਲਕੀਤ ਸਿੰਘ ਹੁਣੀ ਹੀਰਾ ਗਰੁੱਪ ਹਾਂਜੀ ਉਹ ਜਿਹੜੀਆਂ ਚਮਕਣੀਆਂ ਜੀਆਂ ਡਰੱਸਾਂ ਜੀਆਂ ਉਹ ਬਣਾਉਂਦੇ ਸੀ ਉੱਤੇ ਬਾਕਰ ਜੀਆਂ ਪਾ ਕੇ ਤਾਂ ਉਹ ਸੁਹਰੇ ਨਸਤਾਰੇ ਵਾਲੀਆਂ ਲਾ ਕੇ ਤਾਂ ਉਹ ਮੈਨੂੰ ਯਾਦ ਆ ਇੱਕ ਫਰੇਜ਼ਰ ਸਟਰੀਟ ਤੇ ਬੈਂਕੂਵਰ ਕਰਤਾਰ ਫੋਟੋ ਵਾਲੇ ਹੁੰਦੇ ਸੀ ਉਹੀ ਫੋਟੋ ਖਿੱਚਦੇ ਹੁੰਦੇ ਸੀ ਕਲਾਕਾਰਾਂ ਦੀਆਂ ਉੱਥੇ ਅੰਦਰ ਜਾ ਕੇ ਗਰੁੱਪਾਂ ਦੀਆਂ ਫੋਟੋ ਫੋਟੋ ਖਚਾਈਆਂ ਤੇ ਗਰੁੱਪ ਦੀਆਂ ਫਿਰ ਆਪ ਹੀ ਅਸੀਂ 메ਨ ਸਟਰੀਟ ਤੇ ਫਰੇਜ਼ਰ ਸਟਰੀਟ ਤੇ ਫੁੱਟਬਾਲ ਆਉਣ ਜਾਣੀਆਂ ਵੀ ਉਹ ਪੋਸਟਰ ਲਾਉਣ ਜਾਣੇ ਵੀ ਲੋਕਾਂ ਨੂੰ ਪਤਾ ਲੱਗੇ ਵੀ ਗਰੁੱਪ ਆਇਆ ਹੋਇਆ ਹਾਂ 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 ਬਸ ਆ ਉਹ ਉਹ ਵਾਲੇ ਜਿਹੜੇ ਦਿਨ ਸੀਗੇ ਕਹ ਲਓ ਵੀ ਉਹ ਲਰਨਿੰਗ ਜਿਹੜਾ ਐਕਸਪੀਰੀਅੰਸ ਹੈਗਾ ਵੀ ਹਾਂ ਯਾਰ ਵੀ ਇਸ ਲਾਈਨ ਦੇ ਵਿੱਚ ਇਦਾਂ ਨਹੀਂ ਪਤਾ ਹੁੰਦਾ ਸੀ ਵੀ ਕਾਮਯਾਬੀ ਕਿੱਦਾਂ ਮਿਲੂਗੀ ਲੈਗ ਨੇ ਤਾਂ ਹੁੰਦਾ ਸੀ ਵੀ ਰੌਲਾ ਤਾਂ ਪਾਉਣਾ ਸ਼ੁਰੂ ਕਰੀਏ ਕਿਸੇ ਪਾਸੇ ਕੁਝ ਸ਼ੁਰੂ ਤਾਂ ਕਰੀਏ ਉਹ ਨਹੀਂ ਉਹ ਨਹੀਂ ਪਤਾ ਹੁੰਦਾ ਬੰਦੇ ਦੀ ਜਿਹੜੀ ਜਰਨੀ ਜਿੱਦਾਂ ਉਹ ਤਾਂ ਬਾਅਦ ਵਿੱਚ ਬੰਦਾ ਜਦ ਜ਼ੂਮ ਆਊਟ ਕਰਦਾ ਨਾ ਫੇਰ ਦੇਖਦਾ ਹੁਣ 2 ਡੇ 2 ਡੇ ਤਾਂ ਤੁਸੀਂ ਉਨਾ ਹੀ ਕਰ ਸਕਦੇ ਜਿੰਨਾ ਇੱਕ ਦਿਨ ਚ ਕਰ ਸਕਦੇ ਆ ਉਨਾ ਹੀ ਕਰ ਸਕਦੇ ਹਾਂ ਹਾਂਜੀ ਹਾਂਜੀ ਕਈ ਬੰਦੇ ਪਛਾਣ ਉਹ ਦੇਖ ਕੇ ਬਹੁਤ ਕਹਿੰਦੇ ਯਾਰ ਤੁਸੀਂ ਆਹ ਕੀਤਾ ਤੁਸੀਂ ਉਹ ਕੀਤਾ ਮੇਰਾ خیال ਹੁਣ ਜੇ ਤੁਹਾਡੇ ਗਿਣਨੇ ਹੁਣ ਤਾਂ ਤੁਸੀਂ ਮੇਰਾ خیال ਘੱਟੋ ਘੱਟ 2000 ਗੀਤ ਬਣਾਤਾ ਹੁਣ 3000 ਗੀਤ ਚ 뮤직 ਦੇ ਦਿੱਤਾ ਹੁਣ ਜੀ 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 ਤੇ ਪਰ ਜੇ ਹੁਣ ਬੰਦਾ ਇਹੇ ਦੇਖੇ ਵੀ ਮੈਂ ਇੱਕ ਦਿਨ ਜਿੱਦਾਂ ਦੇਣਾ ਇਦਾਂ ਥੋੜਾ ਹੁੰਦੇ ਇਹ ਕੰਮ ਨਹੀਂ ਇਦਾਂ ਨਹੀਂ ਹੁੰਦਾ ਹਾਂਜੀ 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 ਉਦੋਂ ਪਤਾ ਵੀ ਨਹੀਂ ਸੀ ਕਿ ਵੀ ਜਿਹੜੀ ਤੁਹਾਡੀ ਫਾਈਨਲ ਡੈਸਟੀਨੇਸ਼ਨ ਆ ਜਾਂ ਅਪਰੂਵਲ ਆ ਵੀ ਉਹ ਤੁਹਾਨੂੰ ਇੰਡੀਆ ਚ ਆ ਕੇ ਜਾਂ ਪੰਜਾਬ ਆ ਕੇ ਮਿਲਣਾ ਹਾਂ ਸੋਚਦੇ ਤਾਂ ਇਦਾਂ ਹੀ ਸੀਗੇ ਵੀ ਨਹੀਂ ਯਾਰ ਉੱਥੇ ਕਿਉਂਕਿ ਉਸ ਟਾਈਮ ਤੇ ਇੰਗਲੈਂਡ ਤੋਂ ਜਿਵੇਂ ਦੀਪਕ ਜਾਂਚੀ ਸਾਹਿਬ ਸੀ ਬਲਦੇਵ ਮਸਤਾਨਾ ਹੁਰੀ ਬੂਟਾ ਜਗਪਾਲ ਹਾਂਜੀ ਔਰ ਇਹ ਆਪਣਾ ਕੁਲਜੀਤ ਭਮਰਾ ਔਰ ਇਹ ਜਿਹੜੇ ਵੱਡੇ ਨਾਮ ਇੰਗਲੈਂਡ ਦੇ میوزਿਕ ਡਾਇਰੈਕਟਰ ਹਾਂਜੀ ਹਾਂਜੀ ਸਾਨੂੰ ਵੀ ਐਂ ਲੱਗਦਾ ਸੀਗਾ ਵੀ ਨਹੀਂ ਬਈ ਆਪਣਾ ਬਈ ਬਈ ਅਸੀਂ ਵੀ ਇੱਥੋਂ ਕੁਝ ਕਰਾਂਗੇ ਲੇਕਿਨ ਉਹ ਜਿਹੜੀ ਇੱਕ ਪ੍ਰੋਫੈਸ਼ਨਲਿਜ਼ਮ ਹੁੰਦਾ ਜਾਂ ਜਿਹੜੀ ਇੱਕ ਤੁਹਾਡੇ ਸੰਗੀਤ ਦੇ ਵਿੱਚ ਜਾਂ ਤੁਹਾਡੇ ਪ੍ਰੋਡਕਟ ਦੇ ਵਿੱਚ ਕਿਹੜੀ ਫਿਨਿਸ਼ਿੰਗ ਟੱਚ ਜਿਹੜੀ ਹੁੰਦੀ ਆ ਉਹ ਉਹ ਨਹੀਂ ਸਿਆਉਂਦੀ ਹਨਾ ਜੀ ਤੇ ਫਿਰ ਉਹ ਐ ਆਪਣੇ ਗਾਣੇ ਸੁਣ ਕੇ ਐ ਲੱਗ ਜਾਨਾ ਵੀ ਯਾਰ ਵੀ ਤਬਲੇ ਤਾਂ ਅਸੀਂ ਵੀ ਵਜਾਉਨੇ ਆ ਢੋਲਕਾ ਵੀ ਵਜਾਉਨੇ ਆ ਢੋਲ ਵੀ ਵੱਜਦਾ ਆ ਵੀ ਸਾਡੇ ਵਾਲਾ ਨਹੀਂ ਉਹ ਜਿਹੜਾ ਪੰਚ ਆਉਂਦਾ ਵੀ ਜਿਹੜਾ ਉਹ ਇੰਗਲੈਂਡ ਵਾਲੀ ਸਾਊਂਡ ਦਾ ਆਉਂਦਾ ਆ ਜਾਂ ਇੰਡੀਆ ਵਾਲੀ ਦਾ ਆਉਂਦਾ ਆ ਹਨਾ ਜੀ ਤੇ ਬਸ ਉਹ ਜਿਹੜੀ ਜਰਨੀ ਸੀ ਉਹ ਜਿਹੜੇ 6-7 ਸਾਲ ਉਸ ਗੱਲ ਨੂੰ ਸਮਝਣ ਚ ਲੱਗੇ ਵੀ ਨਹੀਂ ਯਾਰ ਇਹ ਇਦਾਂ ਨਹੀਂ ਇਹ ਵੀ ਇਹ ਇਦਾਂ ਇਹਨੂੰ ਅਪਰੋਚ ਇਦਾਂ ਕਰਨਾ ਪੈਣਾ ਲੇਕਿਨ ਉਹੀ ਉਹੀ ਇੱਕ ਫਨ ਸੀ ਜਿਹੜੀ ਇੱਕ ਲਰਨਿੰਗ ਪ੍ਰੋਸੈਸ ਸੀ ਹਾਂਜੀ 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 ਤੇ ਯਾਰ ਵੀ ਉਸ ਲੈਵਲ ਤੱਕ ਪਹੁੰਚਣਾ ਕਿੱਦਾਂ ਆ ਔਰ ਅੱਛਾ ਫਿਰ ਵਿੱਚ ਮੀਨ ਟਾਈਮ ਜਦੋਂ ਜਿੰਨਾ ਇਹ ਸਫਰ ਚੱਲ ਰਿਹਾ ਸੀ ਮੈਂ ਨਾਲ ਮੇਰੀ ਸਕੂਲਿੰਗ ਵੀ ਚੱਲ ਰਹੀ ਸੀ ਹਾਂਜੀ ਔਰ ਫਿਰ ਅਸੀਂ ਐਂ ਦੇਖਣਾ ਵੀ ਸੋ ਖੀ ਲਾਲੀ ਆਪਣੇ ਲੋਕਲ ਕਲਾਕਾਰ ਸੀ ਵੈਨਕੂਵਰ ਤੋਂ ਹਾਂਜੀ ਹੋਰ ਜਿਹੜੇ ਆਪਣੇ ਗੁਰਮント ਗਰੇਵਾਲ ਨੇ ਐਮਪੀ ਉਹਨਾਂ ਦੇ ਬ੍ਰਦਰ ਛੋਟੇ ਮਨਮੋਹਨ ਗਰੇਵਾਲ ਅੱਜ ਕੱਲ ਤਾਂ ਅਮਰੀਕਾ ਰਹਿੰਦੇ ਨੇ ਸਾਰਟਲਿਕ ਸਿਟੀ ਹਾਂਜੀ ਉਹਨਾਂ ਨਾਲ ਅਸੀਂ ਗੁਰਦੁਆਰਾ ਸਿਰਾ ਸਿੱਖਿਆ ਗਾਉਂ ਚੱਲ ਜਾਣਾ ਮਤਲਬ ਉੱਥੇ ਦੇਖਣੇ ਵੀ ਯਾਰ ਹੋ ਸਕਦੇ ਐ ਇਥੋਂ 20 30 ਡਾਲਰ ਬਣ ਜਾਣ ਯਾਰ ਵੀਕੈਂਡ ਵਧੀਆ ਨਿਕਲ ਜਾਊਗਾ ਮੈਕਡੋਨਲਡ ਖਾ ਲਾਂਗੇ ਹਨਾ ਜੀ ਤੇ ਤੇ ਉਹ ਉਹ ਸਾਰੀਆਂ ਚੀਜ਼ਾਂ ਉਹ ਵੀ ਕੀਤੀਆਂ ਅਸੀਂ ਸਿਰਾ ਸਿੱਖਿਆ ਵੀ ਚੱਲਣਾ ਜੇ ਕਿਤੇ ਪਾਰਚ ਮੇਲਾ ਲੱਗਿਆ ਜਾਂ ਅਕੋਰਡੀਅਨ ਚੱਕ ਕੇ ਉੱਥੇ ਨਾਲ ਚੱਲਣਾ ਚਲੋ ਯਾਰ ਦੋ ਦੋ ਕਲਾਕਾਰਾਂ ਨੂੰ ਉੱਥੇ ਵੀ ਵਜਾ ਦੇਾਂਗੇ ਉਹ ਮਤਲਬ ਉਹ ਸਾਰਾ ਦੌਰ ਦੇਖਿਆ ਔਰ ਉਹ ਸਾਰਾ ਜਿਹੜਾ ਐਕਸਪੀਰੀਅੰਸ ਸੀ ਉਹ ਫਿਰ ਉਹ ਇੰਡੀਆ ਆ ਕੇ ਕੰਮ ਆਇਆ ਕਿ ਨਹੀਂ ਯਾਰ ਆਰਟਿਸਟ ਭਾਵੇਂ ਕੋਈ ਵੀ ਹੋਵੇ ਉਹ ਕੰਮ ਆਉਂਦਾ ਕੰਮ ਆਉਂਦਾ ਹਾਂ ਪਰ ਮੇਰੇ ਖਿਆਲ ਚ ਇੱਥੇ ਇਹ ਇਸ ਖਪਾਲ ਤੇ ਬਹੁਤ ਵਧੀਆ ਗੱਲ ਕੀਤੀ ਹੈ ਇਸ ਗੱਲ ਨੂੰ ਨਾ ਹੋਰ ਐਕਸਪਲੋਰ ਕਰਨਾ ਬਣਦਾ ਉਹ ਇਹ ਵੀ ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਨਾ ਵੀ ਉਹ ਆਪਣੀ ਪ੍ਰੋਡਕਸ਼ਨ ਚ ਉਹ ਫਿਨਿਸ਼ਿੰਗ ਟੱਚ ਨਹੀਂ ਦਿਖਦਾ ਜੀ 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 ਜਿਹੜੇ ਗਾਉਣ ਵਾਲੇ ਆ ਉਹ ਵੀ ਜਿੱਦਾਂ ਹਰੇਕ ਹੀ ਬੰਦਾ ਉੱਠ ਕੇ ਗਾਉਣ ਲੱਗ ਪੈਂਦਾ ਪਰ ਉਹਨੂੰ ਜਦੋਂ ਤੱਕ ਉਹਨੂੰ ਇਹ ਚੀਜ਼ ਸੁਣਦੀ ਨਹੀਂ ਨਾ ਕਿ ਹਾਂ ਯਾਰ ਮੇਰੇ ਵਿੱਚ ਉਹ ਚੀਜ਼ ਨਹੀਂ ਬਣਦੀ ਇਹੀ ਜਿਹੜਾ ਪ੍ਰੋਫੈਸ਼ਨਲ ਸਿੰਗਰ ਇੱਕ गा ਰਿਹਾ ਹਾਂ ਜਿਹੜਾ ਕੋਈ ਪ੍ਰੋਫੈਸ਼ਨਲ ਢੋਲ ਵਜਾ ਰਿਹਾ ਰਮਜੂ ਕੋਈ ਮਸ਼ਹੂਰ ਬੰਦਾ ਢੋਲਕ ਵਜਾ ਰਿਹਾ 99.9% ਕੰਮ ਕੈਰ ਵਿੱਚ ਹੁੰਦਾ ਉਹ ਵੀ ਕੋਈ ਬੀਟ ਲਗ ਭਗ ਪਰ ਉਹਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਜਦ ਅਸੀਂ ਫਲਾਨੇ ਪਲੇਅਰ ਤੋਂ ਵਜਵਾਈਏ ਵਜਵਾਈਏ ਹਾਂਜੀ ਜੀ ਹੁਣ ਆਉਂਦਾ ਤਾਂ ਉਹ ਸਾਰੀ ਦੁਨੀਆ ਨੂੰ ਹੀ ਆਉਂਦਾ ਵਜਾਉਣਾ ਜਿਹੜਾ ਜਿਹਦੇ ਘਰ ਵੀ ਢੋਲ ਗਿਆ ਉਹਨੂੰ ਵੀ ਵਜਾਉਣਾ ਆਉਂਦਾ ਕੀ ਆ ਉਹ ਜਿਹੜਾ ਫਿਨਿਸ਼ਿੰਗ ਟੱਚ ਆ ਉਹ ਜਿਹੜਾ ਜਿਹੜੀ ਐਕਸਪਰਟੀਸ ਆ ਉਹ ਰਾਤੋਂ ਰਾਤ ਨਹੀਂ ਆਦੀ ਗੱਲਾਂ ਬਾਅਦ ਚ ਸਮਝ ਆਣੀਆਂ ਪਰ ਪਹਿਲਾ ਬੰਦਾ ਇਹੀ ਸੋਚਦਾ ਯਾਰ ਮੈਂ ਇੱਕ ਬਣਾ ਤਾਂ ਦਿੱਤਾ ਇਹ ਕਾਤੇ ਨਹੀਂ ਉਹਦੇ ਵਰਗਾ ਬਣਿਆ ਇੱਕ ਹਾਂ ਕਾਤੇ ਨਹੀਂ ਉਹਦੇ ਵਰਗਾ ਬਣਿਆ ਔਰ ਇਸ ਇਸ ਗੱਲ ਨੂੰ ਤੁਹਾਡਾ ਮੈਡ ਆਨ ਕਰਦਾ ਹਜੇ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਵੀ ਮੈਂ ਇੱਥੇ ਅ ਇਸ ਵਕਤ ਦੇ ਇਸ ਦੌਰ ਦੇ ਕਾਫੀ ਅੱਛੇ ਨੰਬਰ ਸਿੰਗਰ ਉਹਨਾਂ ਦੀ ਟੀਮ ਦੇ ਨਾਲ ਮੈਂ ਬੈਠਾ ਤੇ ਕੋਈ ਇਸ ਤਰ੍ਹਾਂ ਹੀ ਕੁਝ ਇੰਗਲੈਂਡ ਦੇ ਸੱਜਣ ਦੀ ਨਾ ਗੱਲ ਚੱਲੀ ਕਿ ਵੀ ਜੀ ਉਹ ਫਲਾਨਾ ਬਈ ਹੈਗਾ 뮤ਜ਼ਿਕ ਪ੍ਰੋਡਿਊਸਰ ਇੰਗਲੈਂਡ ਤੋਂ ਤਾਂ ਵੀ ਉਹ ਨਾ ਵੀ ਅੱਛਾ ਕੁਝ ਮੈਂ ਮੈਡੀਸ਼ਨ ਨੂੰ ਹਾਇਰ ਨਹੀਂ ਕਰਦਾ ਵੀ ਉਹ ਸਾਰੇ ਕੁਝ ਆਪ ਹੀ ਬਜਾ ਲੈਂਦਾ ਵੀ ਉਹ ਹਾਂਜੀ ਹਾਂਜੀ ਆਪਣਾ ਬਈ ਰਦਮ ਤਬਲਾ ਢੋਲਕ ਢੋਲ ਤੁੰਬੀ ਰਗੋਜੇ ਸਰੰਗੀ ਬੁਗਚੂਤੇ ਭਗੀ ਬੋਰ ਤੇ ਤਾਂ ਮੈਂ ਖਿਆ ਵੀ ਹਾਂ ਬਹੁਤ ਬਹੁਤ ਅੱਛੀ ਗੱਲ ਹੈ ਬਈ ਇਹ ਆਪੋ ਆਪਣਾ ਸ਼ੌਂਕ ਹੈ ਬਟ ਮੈਂ ਕਹਾਂ ਵੀ ਮੈਂ ਹੁਣ ਤੱਕ ਬਈ ਮੇਰੇ ਜ਼ਿੰਦਗੀ ਦੇ ਜਿਹੜੇ ਆਪਣੇ ਸੰਗੀਤਕ ਸਫ਼ਰ ਦੇ ਸਾਲ ਨੇ ਜੇ ਮੈਂ ਪ੍ਰੋਫੈਸ਼ਨਲੀ ਜਿਸ ਐਲਬਮ ਤੋਂ ਮੈਂ ਪੰਜਾਬ ਚ ਹਿੱਟ ਹੋਇਆ 1996 ਸਾਲ ਦੀ ਚੀਮਾ ਦੀ ਮੇਲਾ ਵਿਖਦੀ ਮਟਿਆਰੇ ਰੰਗਲਾ ਪੰਜਾਬ ਹਾਂਜੀ 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 ਬਈ ਜੇ ਮੈਂ ਜੇ ਤਾਂ ਮੈਂ ਉੱਥੋਂ ਕਾਊਂਟ ਕਰਾਂ ਤਾਂ 25 ਸਾਲ ਆਲਰੇਡੀ ਐ ਸਾਲ ਆਲਰੇਡੀ ਆ ਨੰਬਰ 4 ਨੂੰ 25 ਸਾਲ ਲੱਗ ਜਾਣੇ 25 ਪੂਰੇ ਹੋ ਜਾਣੇ ਆ ਹਾਂ ਤੇ ਜੇ ਮੈਂ ਕੈਨੇਡਾ ਵਾਲੇ ਵੀ ਮੋਰੇ 6 ਸਾਲ ਸਟਰਗਲ ਵਾਲੇ ਉਹ ਜਿਹੜੇ ਉਹ ਵੀ ਲਰਨਿੰਗ ਪ੍ਰੋਸੈਸ ਪਾਵਾਂ ਫੇਰ 30 31 ਸਾਲ ਹੋ ਗਏ ਹਾਂ ਤੇ ਮੈਂ ਕਹਾਂ ਵੀ ਮੈਂ ਲੇਕਿਨ ਇੰਨੇ ਟਾਈਮ ਚ ਇੰਨਾ ਜ਼ਰੂਰ ਸਿੱਖਿਆ ਆ ਕਿ ਵੀ ਇੱਕ ਬਜੰਤਰੀ ਜਿਹੜਾ ਹੋਣਾ ਜਾਂ ਵਧੀਆ ਮਿਜਿਸ਼ੀਨ ਹੋਣਾ ਇੱਕ ਅਲੱਗ ਚੀਜ਼ ਆ ਲੇਕਿਨ ਇੱਕ 뮤ਜ਼ਿਕ ਡਾਇਰੈਕਟਰ 뮤ਜ਼ਿਕ ਡਾਇਰੈਕਟਰ ਵਾਲਾ ਸੰਗੀਤਕਾਰ ਵਾਲਾ ਵਿਜ਼ਨ ਹੋਣਾ ਉਹ ਇੱਕ ਅਲੱਗ ਚੀਜ਼ ਆ ਸੰਗੀਤਕਾਰ ਨੂੰ ਭਾਵੇਂ ਇੱਕ ਇਨਸਟਰੂਮੈਂਟ ਹੀ ਵਜਾਉਣਾ ਆਉਂਦਾ ਹੋਵੇ ਲੇਕਿਨ ਉਹਨੂੰ ਇਹ ਪਤਾ ਹੁੰਦਾ ਵੀ ਮੈਂ 30 ਸਾਜ਼ਾਂ ਨੂੰ ਹੈਂਡਲ ਕਿੱਦਾਂ ਕਰਨਾ ਔਰ ਉਹਨਾਂ ਦਾ ਕੰਬੀਨੇਸ਼ਨ ਕਿੱਦਾਂ ਬਣਾਉਣਾ ਹਨਾ ਜੀ ਕੰਬੀਨੇਸ਼ਨ ਕਿੱਦਾਂ ਬਣਾਉਣਾ ਤੇ ਇੱਕ ਹੋਰ ਵੀ ਇਸ ਗਪਾਲ ਜਦੋਂ ਕੋਈ ਪੀਸ ਵਜਾਉਂਦਾ ਨਾ ਜਿਹੜਾ ਇੱਕ ਬੰਦਾ ਮਾਰ ਰਿਹਾ ਜੀ ਆਪਣਾ ਪਲੇਅਰ ਆ ਉਹਨੂੰ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਹੋਣਾ ਕਿਉਂਕਿ ਉਹਨੇ ਇੱਕੋ ਹੀ ਚੀਜ਼ ਤੇ ਸਾਰੀ ਜ਼ਿੰਦਗੀ ਲਾ ਦਿੱਤੀ ਲਾਤੀ ਲਾਤੀ ਉਹਨੀ ਐਕਸਪਰਟੀਜ਼ ਤੁਸੀਂ ਪੈਦਾ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਹਾਂ ਜੀ ਬਿਲਕੁਲ ਬਿਲਕੁਲ ਔਰ ਇਸ ਤੁਹਾਡੀ ਗੱਲ ਦੀ ਐਡੀਸ਼ਨ ਨਾਲ ਮੈਂ ਵੀ ਤੁਹਾਨੂੰ ਇੱਕ ਗੱਲ ਐਡ ਕਰਦਾ ਕਿ ਸਾਡੀ ਜਦੋਂ 1996 ਚ ਆਉਂਦਿਆਂ ਸਾਰ ਪਹਿਲੀ ਐਲਬਮ ਵੀ ਸਰਜੀਤ ਚਿਮਾ ਉਹਨਾਂ ਦੀ ਸੁਪਰ ਟੂਪਰ ਹਿੱਟ ਹੋ ਗਈ ਰਗਲਾ ਪੰਜਾਬ ਹਾਂਜੀ ਹਨਾ ਤੇ ਉਸ ਤੋਂ ਬਾਅਦ ਮੈਨੂੰ ਕੰਪਨੀ ਜਿਹਨਾਂ ਲਈ ਮੈਂ ਕੰਮ ਕਰਦਾ ਸੀ ਮਨਿੰਦਰ ਗਿੱਲ ਹੋਰੀ ਰਾਜਾ ਐਂਟਰਟੇਨਰਜ਼ ਦੇ ਉਹ ਕਹਿੰਦੇ ਵੀ ਆਪਾਂ ਵਿਸਾਖੀ ਟੂਰ 'ਚ ਜਾਣਾ ਹਾਂਜੀ ਹਾਂਜੀ ਉਸ ਟੂਰ 'ਚ ਮਨਮੋਹਣ ਭਾਜੀ ਵੀ ਨਾਲ ਸੀਗੇ 1997 ਵਿਸਾਖੀ ਵਾਲੇ 'ਚ ਹਾਂਜੀ ਤਾਂ ਕਹਿੰਦੇ ਵੀ ਆਪਾਂ ਨਾ ਮਾਨਕ ਸਿੰਘ ਸਾਹਿਬ ਨੂੰ ਰਿਕਾਰਡ ਕਰਨਾ ਤੇ ਸੁਰਿੰਦਰ ਸ਼ਿੰਦਾ ਜੀ ਨੂੰ ਰਿਕਾਰਡ ਕਰਨਾ ਅੱਛਾ ਹੁਣ ਹਾਂ ਹਾਂ ਮੇਰੇ ਲਈ ਤਾਂ ਉਹ ਇੱਕ ਮਤਲਬ ਕਹਿ ਲੋ ਵੀ ਵਨ ਇਨ ਅ ਵਾਂਸ ਇਨ ਅ ਲਾਈਫਟਾਈਮ ਓਪਰਚੁਨਿਟੀ ਕਿ ਵੀ ਕੁਲਦੀਪ ਮਾਨਕ ਸਾਹਿਬ ਔਰ ਸੁਰਿੰਦਰ ਸ਼ਿੰਦਾ ਜੀ ਹਨਾ ਜੀ ਹਾਂ ਤੇ ਉਹ ਪਹਿਲਾ ਉਹਨਾਂ ਨੇ ਸਿੰਦਰ ਸ਼ੰਦਾਈ ਨਾਲ ਰਿਕਾਰਡ ਰੱਖ ਲਈ ਵੀ ਤੇ ਰਿਕਾਰਡਿੰਗ ਅਸੀਂ ਦਿੱਲੀ ਰੱਖ ਲਈ ਆਪਣਾ ਪ੍ਰੋਲਬਾਕ ਸਟੂਡੀਓ ਹੁੰਦਾ ਸੀ ਸਿਮਰਨ ਸਟੂਡੀਓ ਅੱਛਾ ਉੱਥੇ ਇੰਦਰਜੀਤ ਸਿੰਘ ਹੁਣ ਹੀ ਮਤਲਬ ਰਿਕਾਰਡਰ ਸੀਗੇ ਤੇ ਦਿੱਲੀ ਦੇ ਸਭ ਤੋਂ ਪੁਰਾਣੇ ਸੀਨੀਅਰ ਮੋਸਟ ਮੈਂ ਅੱਜ ਵੀ ਦਿੱਲੀ ਕੰਮ ਕਰਨਾ ਹੋਵੇ ਤਾਂ ਮੈਂ ਉਹਨਾਂ ਨਾਲ ਹੀ ਕਰਦਾ ਮੈਂ ਮਤਲਬ ਮੇਰੀ ਜਿਹੜੀ ਉਦੋਂ ਦੀ ਟੀਮ ਹੈ ਮੈਂ ਮੇਰੇ ਅੱਜ ਤੱਕ ਸਾਰੇ ਪਲੇਅਰ ਸਾਰੇ ਜਿਹੜੇ ਲੋਕ ਜਨਾਂ ਨਾਲ ਪਿਆਰ ਹੋ ਉਹ ਫਿਕਸ ਹੈ ਹਾਂਜੀ ਹਾਂਜੀ ਹਾਂ ਤੇ ਅਸੀਂ ਉੱਥੇ ਰਿਕਾਰਡਿੰਗ ਤੇ ਅੱਛਾ ਹੁਣ ਦਿੱਲੀ ਵਾਲੇ ਮਿਸ਼ਨ ਸਾਰੇ ਹਰੀ ਓ ਮੋਰੀ ਬਸੰਤ ਲਾਲ ਜੀ ਉਸ ਟਾਈਮ ਉਜਾ ਸਾਹਿਬ ਦਾ ਉਹ ਬਹੁਤ ਉਹਨਾਂ ਦੀ ਟੀਮ ਵਧੀਆ ਹੁੰਦੀ ਸੀ ਹਾਂਜੀ ਟੀਮ ਬਹੁਤ ਵਧੀਆ ਸੀ ਤੇ ਲੇਕਿਨ ਮਤਲਬ ਹੁਣ ਆਪਾਂ ਕੈਨੇਡਾ ਤੋਂ ਆਏ ਸੀ ਆਪਣੇ ਉੱਤੇ ਪ੍ਰਭਾਵ ਜਿਹੜਾ ਸੀ ਉਹ ਇੰਗਲੈਂਡ ਦੇ 뮤직 ਦਾ ਸੀ ਹਾਂ ਮੈਂ ਮਤਲਬ ਮੈਂ ਜੋ ਚਾਹੁੰਦਾ ਸੀ ਵੀ ਜੋ ਮੈਨੂੰ ਭੰਗੜੇ ਵਾਲੀ ਰਿਦਮ ਡੀਜੇ ਵਾਲੀ ਸਚਾਈ ਦੀ ਆ ਕਿਉਂਕਿ ਹੁਣ ਮੈਂ ਤੁਹਾਨੂੰ ਪਤਾ ਵੀ ਕੈਨੇਡਾ ਤੇ ਜਦੋਂ ਆਇਆ ਸੀ ਉਦੋਂ ਮੈਂ ਰੀਮਿਕਸ ਵੀ ਕਰਦਾ ਸੀ ਤੇ ਰੀਮਿਕਸ ਗਾਣੇ ਮੇਰੇ ਡੀਜੇ 'ਚ ਵੱਜਦੇ ਸੀ ਹਨਾ ਜੀ ਹਾਂ ਹਾਂ ਤੇ ਮੈਨੂੰ ਉਹ ਫੀਲ ਆਵੇ ਤਾਂ ਪਰ ਉਹ ਜਿਹੜੇ ਮੈਂ ਅੱਛਾ ਮੇਰੀ ਹੁਣ ਉਮਰ ਉਹ ਘੱਟ ਉਦੋਂ ਮੈਂ ਐਵੇਂ 22-23 ਸਾਲ ਦਾ ਤੇ ਹੁ ਉਹ ਮੈਨੂੰ ਕਿੱਦਾਂ ਲਾਕੇ ਲੱਗਣ ਦੇਣ ਹਨਾ ਬਸੰਤ ਜੀ ਬਸੰਤ ਜੀ ਹਨਾ ਉਹ ਆਹ ਬਸੰਤ ਜੀ ਹੁਣੇ 80 ਸਾਲ ਦੇ ਹਨ ਜੀ ਉਹ 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 ਸੀਨੀਅਰ ਲੋਗ ਅਸੀਂ ਉਹਨਾਂ ਦਾ ਰਿਗਾਰਡ ਕਰਦੇ ਹੀ ਮਤਲਬ ਇੰਨਾ ਉਹਨਾਂ ਦੇ ਮੂਰੇ ਝੁਕ ਜਾਈਏ ਵੀ ਅਸੀਂ ਕੁਝ ਬੋਲ ਨਹੀਂ ਸਕੀਏ ਹਨਾ ਜੀ ਤੇ ਅਛਾ सुरेंद्र ਸ਼ੰਦਾ ਜੀ ਦਾ ਮਾਸਟਰ ਵੀ ਤਿਆਰ ਹੋ ਗਿਆ ਟਾਈਮ ਘਟ ਸੀ ਕੁਲਦੀਪ ਮਾਨਕ ਜੀ ਦਾ ਵੀ ਲੇਕਿਨ ਮੈਂ ਅੰਦਰੋਂ ਜਿੱਦਾਂ ਨਾ ਬਈ ਜਿਵੇਂ ਕਹਿੰਦੇ ਹੁੰਦੇ ਵੀ ਅੰਦਰੋਂ ਮੇਰਾ ਦਿਲ ਖੁਸ਼ ਨਹੀਂ ਬਈ ਨਹੀਂ ਯਾਰ ਬਈ ਗੱਲ ਨਹੀਂ ਬਣ ਰਹੀ ਯਾਰ ਬਈ ਬਈ ਯਾਰ ਬਈ ਕਿੱਦਾਂ ਕਿਸੇ ਤਰੀਕੇ ਨਾਲ ਤੇ ਫੇਰ ਨਾ ਮੈਂ ਡਿਸਾਈਡ ਕੀਤਾ ਵੀ ਮੈਂ ਕਿਹਾ ਵੀ ਨਹੀਂ ਯਾਰ ਬੰਬਈ ਰਿਕਾਰਡਿੰਗ ਕਰਨੀ ਆ ਜੋ ਮਰਜੀ ਹੋਵੇ ਤੇ ਜਿੱਦਾਂ ਤੁਸੀਂ ਰਮਜੂਰਾਂ ਦਾ ਨਾਮ ਲਿਆ ਤੇ ਹੋ ਰਮਜੂਰ ਹੀ ਅੱਜ ਵੀ ਟੌਪ ਤੇ ਨੇ ਢੋਲ 'ਚ ਤੇ ਉਦੋਂ ਵੀ ਸੀਗੇ ਹਾਂ ਮਾਸ਼ਾਅੱਲਾ ਉਹਨਾਂ ਦੀ ਪਲੇਇੰਗ ਹੀ ਇੰਨੀ ਜ਼ਬਰਦਸਤ ਹੈ ਹੂੰ ਹੂੰ ਤੇ ਮੈਂ ਉਹਨਾਂ ਨਾਲ ਜਾ ਕੇ ਡਿਸਕਸ ਕੀਤਾ ਮੈਂ ਕਿਹਾ ਰਮਜੂ ਭਾਈ ਵੀ ਮੈਨੂੰ ਨਾ ਬਈ ਜੋ ਮੈਨੂੰ ਚਾਹੀਏ ਉਹ ਨਾ ਮਿਲਦਾ ਨਹੀਂ ਹੈ ਹਾਂ ਉਹ ਕਹਿੰਦੇ ਵੀ ਸੁਖਪਾਲ ਭਾਈ ਆਪਕਾ ਇਸ ਤਹਾ ਢੋਲ ਦਾ ਕਹਿੰਦੇ ਵੀ ਅਗਰ ਤੁਸੀਂ ਰਿਦਮ ਜਿਹੜੀ ਆ ਨਾ ਉਹ ਪਹਿਲਾਂ ਤਬਲਾ ਢੋਲਕ ਨਾਲ ਪੈਟਰਨ ਸੈੱਟ ਕਰੋਗੇ ਨਾ ਤਾਂ ਫਿਰ ਉਹ ਢੋਲ ਨਹੀਂ ਆਉਣਾ ਵੀ ਬੈਟਰ ਇਹ ਹੈ ਪਹਿਲਾਂ ਢੋਲ ਤੇ ਕਰੋ ਬਈ ਤੁਸੀਂ ਜਿਹੜੀ ਬੇਸਿਕ ਰਿਦਮ ਜਦੋਂ ਤੁਸੀਂ ਰੇਂਜਿੰਗ ਤੁਹਾਡੀ ਸ਼ੁਰੂ ਹੁੰਦੀਆਂ ਨਾ ਬਈ ਤੁਸੀਂ ਢੋਲ ਨਾਲ ਹੀ ਕਰੋ ਮੈਂ ਬਈ ਮੈਂ ਉਸ ਦਿਨ ਤੋਂ ਇਹ ਗੱਲ ਲੜ ਬਣ ਲਈ ਮਤਲਬ ਜਿਵੇਂ ਕਹਿ ਲਓ ਵੀ ਕੀ ਪੁਆਇੰਟ ਆਪਣੇ ਬਈ ਬਈ ਯਾਰ ਜਿਹੜਾ ਮਰਜੀ ਸਿੰਗਰ ਹੋਵੇ ਬਈ ਮੈਂ ਉਹ ਢੋਲ ਦਾ ਪੈਟਰਨ ਲਾ ਕੇ ਮੈਂ ਰਿਦਮ ਸਾਰਾ ਗਾਣਾ ਉੱਤੇ ਪਲਾਨ ਕਰਨਾ ਤਬਲਾ ਟੋਲਕ ਢੋਲ ਨੂੰ ਫੋਲੋ ਕਰੂਗਾ ਨਾ ਕਿ ਢੋਲ ਵਾਲਾ ਕੰਮਾ ਢੋਲ ਨੂੰ ਫੋਲੋ ਕਰੇ ਹੈ ਨਾ ਸ਼ਾਇਦ ਇਹੀ ਇੱਕ ਕਾਰਨ ਹੈ ਕਿ ਹੁਣ ਤੱਕ ਮੇਰੇ ਜਾਂ ਮੇਰੀ ਆਇਡੈਂਟੀਟੀ ਇੱਕ ਇਦਾਂ ਬਣੀ ਹੋਈ ਆ ਕਿ ਵੀ ਜੇ ਢੋਲ ਆਉਂਦਾ ਤਾਂ ਯਾਰ ਸੁਖਪਾਲ ਦੇ ਗਾਣਿਆਂ 'ਚ ਢੋਲ ਬਹੁਤ ਵਧੀਆ ਵੱਜਦਾ ਟੋਨ ਵਧੀਆ ਆਉਂਦੀ ਆ ਹਾਂਜੀ ਹਾਂਜੀ ਤੇ ਆਪਣਾ ਇੱਕ ਸਵਰਗੀ ਦੋਸਤ ਰਾਜ ਬਰਾੜਿਆ ਉਹਨੂੰ ਬੜੇ ਮਜ਼ਾਕੀਆ ਤਸੰਗੀ ਗੱਲਾਂ ਕਰਨ ਦੀ ਹੂੰ ਹੂੰ ਤੇ ਰਾਜ ਬਰਾੜ ਦੀ ਮੈਲਬਮ ਕੀਤੀ ਸੀ ਕਣੀਆਂ ਟੀਸੀ ਦੇ ਚ ਆਈ ਸੀ ਉਹ ਇੱਕ ਵਾਰੀ ਇੱਥੇ ਸਟੂਡੀਓ ਆ ਕੇ ਡਬਿੰਗ ਚਲੇ ਤਾਂ ਉਹ ਗਾਣੇ ਦੀ ਰਿਦਮ ਜਦੋਂ ਨੇ ਸੁਣੀ ਤਾਂ ਮੈਨੂੰ ਕਹਿੰਦੇ ਭਾਜੀ ਯਾਰ ਮੈਨੂੰ ਇੱਕ ਗੱਲ ਦੱਸੋ ਕਹਿੰਦੇ ਵੀ ਤੁਹਾਡਾ ਜਿਹੜਾ ਢੋਲੀ ਆ ਵੀ ਉਹ ਢੋਲ ਲਟਾਨਾ ਵਜਾਉਂਦਾ ਆ ਵੀ ਜਾਂ ਕੇ ਵੀ ਉਹ ਬਾਂਮਾ ਲੱਭ ਜਾਂਦਾ ਆ ਵੀ ਯਾਰ ਕਹਿੰਦਾ ਵੀ ਇਹ ਬਾਕੀ ਗਾਣਿਆਂ ਚ ਕਦੇ ਨਹੀਂ ਇਦਾਂ ਹੁੰਦਾ ਯਾਰ ਬਾਕੀਆਂ ਦੇ ਕਹਿੰਦਾ ਯਾਰ ਜਦੋਂ ਤੁਹਾਡੇ ਗਾਣੇ ਚ ਆਉਂਦਾ ਕਹਿੰਦਾ ਯਾਰ ਇਹ ਪਾੜਦਾ ਹੀ ਹੁੰਦਾ ਸਪੀਕਰ ਯਾਰ ਇਹ ਢੋਲ ਆ ਜਾਂ ਕੁਝ ਹੋ ਰਿਹਾ ਮੈਂ ਕਹਾਂ ਉਹ ਭਰਾਵਾ ਢੋਲ ਹੀ ਆ ਤੇ ਲੇਕਿਨ ਮੈਂ ਕਹਾਂ ਵੀ ਤਰੀਕਾ ਇਹ ਆ ਵੀ ਮੇਰੀ ਇੱਕ ਆਪਣੀ ਇੱਕ ਪਰਸਨਲ ਅਪਰੋਚ ਬਣ ਚੁੱਕੀ ਆ ਗਾਣੇ ਪ੍ਰਤੀ ਵੀ ਯਾਰ ਵੀ ਮੇ ਜੇ ਢੋਲ ਵਾਲਾ ਗਾਣਾ ਜਨਾਲਾ ਡੀਜੇ ਵਾਲਾ ਤੇ ਮੇਰੀ ਆਪਰੋਚ ਹੋਣੀ ਚਾਹੀਦੀ ਆ ਹਾਂ ਨੈਚਰਲੀ ਉਹ ਸਾਰੀਆਂ ਗੱਲਾਂ ਜੀ ਉਹ ਬਾਕੀ ਅਗੇਨ ਉਹੀ ਸੇਮ ਗੱਲ ਹੁੰਦੀ ਹੈ ਕਿ ਲਰਨਿੰਗ ਪ੍ਰੋਸੈਸ ਹੈ ਜਦੋਂ ਤੁਸੀਂ ਅੱਛੇ ਸਾਜੰਦਿਆਂ ਦੀ ਅੱਛੇ ਲੋਕਾਂ ਦੀ ਸੰਗਤ ਕਰਦੇ ਹੋ ਤੇ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਜੇ ਤੁਹਾਡੇ ਅੰਦਰ ਸਿੱਖਣ ਦੀ ਮਤਲਬ ਕਰੰਟ ਹੋਵੇ ਤੁਹਾਡੇ ਅੰਦਰ ਚਾਹਨਾ ਹੋਵੇ ਵੀ ਯਾਰ ਮੈਂ ਕੁਝ ਸਿੱਖਣਾ ਹੈ ਹਾਂ ਔਰ ਮੈਂ ਬੰਬੇ ਮਤਲਬ ਆਰਡੀ ਬਰਮਨ ਸਾਹਿਬ ਦੇ ਮਨੋਰੀ ਦਾ ਸੈਕਸੋਫੋਨ ਪਲੇਅਰ ਸੀ ਜਿਹੜੇ ਉਹਨਾਂ ਦੇ ਰੈਂਜਰ ਰਹੇ ਈਨੇ ਸਾਲ ਹਾਂਜੀ ਤੇ ਉਹਨਾਂ ਤੋਂ ਲੈ ਕੇ ਸੁਰੇਸ਼ ਸੋਨੀ ਸਾਹਿਬ ਔਰ ਲక్ష్ਮੀਕਾਂਤ ਪੈਰਾਲਾਲ ਜੀ ਦੇ ਬੈਚ ਚ ਬਹੁਤ ਸਾਰੇ ਮਿਸ਼ਨ ਔਰ ਬੱਪੀ ਲਾਲੀ ਜੀ ਦੇ ਔਰ ਅਰਵਿੰਦਰ ਜੈਨ ਜੀ ਨਾਲ ਮੇਰੀ ਰਵਿੰਦਰ ਜੈਨ ਜੀ ਨਾਲ ਇੰਨੇ ਸਾਲ ਮੁਲਾਕਾਤ ਹੋਈ ਖਿਆਮ ਸਾਹਿਬ ਨਾਲ ਮੈਂ ਇੰਨੀ ਮੁਲਾਕਾਤ ਹੋਈ ਔਰ ਨਸ਼ਾਦ ਸਾਹਿਬ ਤੋਂ ਮੈਂ ਬੜਾ ਕੁਝ ਸਿੱਖਿਆ ਔਰ ਉਹ ਸਾਰੀਆਂ ਗੱਲਾਂ ਦਾ ਇੰਨਾ ਫਰਕ ਪਿਆ ਕਿ ਉਹਨਾਂ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਉਹਨਾਂ ਨੇ ਮਤਲਬ ਉਹ ਗੱਲਾਂ ਦਾ ਮੁੱਲ ਮੈਂ ਜੇ ਮੈਂ ਕਹਾਂ ਕੋਈ ਵੀ ਮੈਂ ਆ ਮਤਲਬ ਪੈਸਿਆਂ ਦੇ ਵਿੱਚ ਤੋਲ ਹੀ ਨਹੀਂ ਸਕਦਾ ਉਹ ਇੰਨੀਆਂ ਕਿ ਜ਼ਬਰਦਸਤ ਗੱਲਾਂ ਕਿ ਜਿਹੜੀਆਂ ਮੈਨੂੰ ਜ਼ਿੰਦਗੀ 'ਚ ਇੱਥੇ ਤੱਕ ਜਿਨ੍ਹਾਂ ਨੇ ਪਹਚਾਇਆ ਕਿ ਨਹੀਂ ਬੇਟਾ ਸੰਗੀਤ ਇਹ ਨਹੀਂ ਹੁੰਦਾ ਸੰਗੀਤ ਕੋ ਸਮਝਣੇ ਲਈ ਪਹਿਲੇ ਆਪਕੇ ਅੰਦਰ ਉਹ ਉਸ ਤਰੀਕੇ ਦੀ ਰੂਹ ਹੋਣੀ ਚਾਹੀਏ ਕਿ ਯਾਰ ਸੰਗੀਤ ਇਹ ਚੀਜ਼ ਹੈ ਹੈ ਨਾ ਤੇ ਬਈ ਇਹਨੂੰ ਇਹਨੂੰ ਕਮਰਸ਼ਲ ਹਟੀ ਨਾ ਬਣਾਓ ਯਾਰ ਇਹਨੂੰ ਬਈ ਇਹਨੂੰ ਇਹਨੂੰ ਸੰਗੀਤ ਨੂੰ ਪਹਿਲਾਂ ਪੁੱਜੋ ਹਾਂਜੀ ਹਾਂਜੀ ਉਹ ਉਹ ਚੀਜ਼ਾਂ ਸੀਗੀਆਂ ਜੀ ਉਹ ਤੇ ਨੇਚਰਲੀ ਉਹ ਹੌਲੀ ਹੌਲੀ ਆਪਾਂ ਸਿੱਖਦੇ ਗਏ ਸਫ਼ਰ ਅੱਗੇ ਵੱਧਦਾ ਗਿਆ ਤੇ ਨੇਚਰਲੀ ਪ੍ਰਮਾਤਮਾ ਨੇ ਅੱਜ ਇੱਥੇ ਤੱਕ ਪਹੁੰਚਾਤਾ ਕਿ ਮਾੜੇ ਮੋਟੇ ਦੁਨੀਆ ਦੇ ਵਿੱਚ ਜੇ ਜਦੋਂ ਕਿਤੇ ਪੰਜਾਬੀ ਸੰਗੀਤ ਵੱਜਦਾ ਤਾਂ ਕਿਤਨਾ ਕਿਤੇ ਉਸ ਲਿਸਟ 'ਚ ਮੇਰਾ ਵੀ ਨਾਮ ਆ ਜਾਂਦਾ ਹਾਂ ਯਾਰ ਵੀ ਕੋਈ ਕੋਈ ਸੁਕਾਲ ਵੀ ਹੈਗਾ ਯਾਰ ਜਿੰਨੇ ਗਾਣੇ ਬਣਾਏ ਮੈਂ ਉਹ ਦੰਤੀ ਨੂੰ ਨਾ ਤਾਂ ਤਾਂ ਦਾ ਤੇ ਪਰ ਜੀ ਇੱਕ ਸਾਡੇ ਮਾਸਟਰ ਹੁੰਦੇ ਸੇ ਮਾਸਟਰ ਰੂਪ ਸਿੰਘ ਹੁਣੀ ਜੀ ਤੇ ਉਹਨਾਂ ਤੋਂ ਬੜਾ ਕੁਝ ਅਸੀਂ ਸਿੱਖਿਆ ਜੀ ਤੇ ਇੱਕ ਵਾਰ ਕਿਸੇ ਮੁੰਡੇ ਨੇ ਕਹੀ ਗੱਲ ਤੇ ਉਹ ਫੁੱਟਬਾਲ ਦੀ ਗੱਲ ਕਰਦਾ ਸੀ ਫੁੱਟਬਾਲ ਮਾਲ ਪਰ ਤਾਂ ਬਹੁਤ ਮਸ਼ਹੂਰ ਆ ਤੇ ਉਹ ਉਹ ਗੱਲ ਕਰਦਾ ਸੀ ਤੇ ਉਹ ਕਹਿੰਦਾ ਮੇਰਾ ਵਿੱਚ 9 ਆਂਦਾ ਨਾ ਆਂਦਾ ਹਾਂ ਜੀ ਤੇ ਉਹਨਾਂ ਨੇ ਮੋਰੇ ਉਹ ਗੱਲ ਕੀਤੀ ਜੀ ਜੀ ਤੇ ਕਹਿੰਦੇ ਦੋ ਔਰਤਾਂ ਉੱਚੀ ਉੱਚੀ ਗੱਲਾਂ ਕਰਨ ਤੇ ਕਹਿੰਦੇ ਉਹ ਮੌਲਵੀ ਮੌਲਵੀ ਦੂਰ ਸੁਣੇ ਜੀ ਹਾਂ ਜੀ ਤੇ ਕਹਿੰਦੇ ਮੌਲਵੀ ਕਹਿੰਦਾ ਆਪਣੇ ਸਾਥੀ ਆ ਨੂੰ ਕਹਿੰਦਾ ਦੇਖ ਲੈ ਸਾਡਾ ਵੀ ਕਿਤੇ ਨਾਂ ਵੱਜਦਾ ਜੀ ਤੇ ਕਹਿੰਦਾ ਜਾ ਦੋ ਜਾ ਤੁਰਦੇ ਤੁਰਦੇ ਕਹਿੰਦਾ ਜਦੋਂ ਉਹਨਾਂ ਦੇ ਕੋਲ ਗਏ ਤੇ ਔਰਤਾਂ ਲੜਨ ਇੱਕ ਕਹੇ ਤੂੰ ਮੌਲਵੀ ਨਾ ਦੂਜੀ ਕਹੇ ਤੂੰ ਮੌਲਵੀ ਵਾ 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 ਉਹ ਤੇ ਕਿਸੇ ਵੀ ਤਰੀਕੇ ਨਾਲ ਆਉਣਾ ਚਾਹੀਦਾ ਬਸ ਨਹੀਂ ਨਹੀਂ ਪਰ ਕਹਿੰਦੇ ਪਈ ਨਾਂ ਵੀ ਵਧੀਆ ਹੀ ਆਉਣਾ ਚਾਹੀਦਾ ਹਾਂ ਵਧੀਆ ਆਉਣਾ ਚਾਹੀਦਾ ਠੀਕ ਹੋਰ ਗੱਲਾਂ ਸੁਖਪਾਲ ਜੀ ਪਈ ਇਹ ਜਿਹੜਾ ਸੰਗੀਤ ਆ ਨਾ ਇਹ ਕਾਰ ਬੈਠੇ ਨਹੀਂ ਆਉਂਦਾ ਇਹ ਉਸਤਾਦਾਂ ਤੋਂ ਹੀ ਆਉਂਦਾ ਜੀ 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 ਬਿਲਕੁਲ ਇੱਕ ਨਾ ਜੀ ਆਪਣੇ ਸਰੰਗੀ ਵਜਾਉਂਦੇ ਹੁੰਦੇ ਸੀ ਦਿੱਲੀ ਬਹੁਤ ਹੀ ਸੰਗੀਤ ਦੇ بڑے ਗਿਆਤਾ ਸੀਗੇ ਉਸਤਾਦ ਗੁਲਾਮ ਸਾਬਰ ਖਾਨ ਹੁਣੀ ਜੀ ਤੇ ਉਹਨਾਂ ਤੋਂ ਅਸੀਂ ਬੜੀ ਸਰੰਗੀ ਵਜਵਾਈ ਜੀ ਤੇ ਸਾਨੂੰ ਨਾ ਗੁਰੂ ਜੀ ਨੇ ਰਾਗ ਸਿਖਾਇਆ ਹੋਇਆ ਸੀ ਗੋੜੀ ਰਾਗ ਗੋੜੀ ਜਿਸ ਤਰੀਕੇ ਨਾਲ ਗੁਰਬਾਣੀ ਚਾਉਂਦਾ ਹਮ ਹਮ ਤੇ ਅਸੀਂ ਸੋਚਿਆ ਕਿ ਉਹ ਇਹਨਾਂ ਤੋਂ ਵੀ ਕਨਫਰਮ ਕਰ ਲਈਏ ਤੇ ਅਸੀਂ ਗੁਲਾਮ ਸਾਹਿਬ ਹੁਣਾਂ ਨੂੰ ਕਲਿਆਣੀ ਸਟੂਡੀਓ ਦੇ ਵਿੱਚ ਅਸੀਂ ਸੈਸ਼ਨ ਕਰਦੇ ਸੀ ਤੇ ਅਸੀਂ ਉਹਨਾਂ ਨੂੰ ਪੁੱਛਿਆ ਅਸੀਂ ਕਿਹਾ ਵੀ ਉਸਤਾਦ ਜੀ ਰਾਗ ਗੌੜੀ ਬਾਰੇ ਦੱਸੋ ਤੇ ਸਾਡਾ ਸੈਸ਼ਨ ਮੁੱਕ ਗਿਆ ਸੀ ਤੇ ਉਹ ਆਪਣੀ ਸਰੰਗੀ ਬੰਨਣ ਲੱਪੇ ਤੇ ਕਹਿਣ ਲੱਪੇ ਹਾਂ ਹਾਂ ਜਿਹੜੇ ਗੌੜੀ ਇਹਦੇ ਬੜੇ ਪ੍ਰਕਾਰ ਆ ਇੱਕ ਗੌੜੀ ਬਰਾਗਨ ਹੁੰਦਾ ਇੱਕ ਗੌਰੀ ਬਸੰਤ ਹੁੰਦਾ ਇੱਕ ਗੌਰੀ ਚੇਤੀ ਹੁੰਦਾ ਇੱਕ ਗੌਰੀ ਮਾਜ ਹੁੰਦਾ ਇੱਕ ਗੌਰੀ ਪੂਰਬੀ ਹੁੰਦਾ ਇਦਾਂ ਉਹ ਬੜੀਆਂ ਜੀ ਗੌੜੀ ਦੇ ਪ੍ਰਕਾਰ ਦੱਸਣ ਲੱਪੇ ਤੇ ਨਾਲੇ ਆਪਣੀ ਸਰੰਗੀ ਬੰਨੀ ਜਾਣ ਤੇ ਸਾਨੂੰ ਇਦਾਂ ਲੱਗਾ ਵੀ ਚਲੋ ਠੀਕ ਆ ਵੀ ਇਹ ਪ੍ਰਾਤਨ ਰਾਗ ਹੈਗਾ ਆ ਵੀ ਚਲੋ ਇਹਨਾਂ ਨੂੰ ਜਿਸ ਤਰੀਕੇ ਨਾਲ ਅਸੀਂ ਪੁੱਛਿਆ ਵੀ ਸ਼ਾਇਦ ਨਾਂ ਆਦਾ ਹੋਵੇ ਹੋ ਸਕਦਾ ਨਹੀਂ ਪਤਾ ਹਾਂਜੀ 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 ਚਲੋ ਜੀ ਇੰਨੇ ਚਿਰ ਨੂੰ ਉਹਨਾਂ ਦੀ ਸਰੰਗੀ ਬਿਲਕੁਲ ਵੱਜ ਗਈ ਤਾਂ ਉਹਨਾਂ ਨੇ ਦੋਏ ਹੱਥ ਆਪਣੀ ਬੰਨੀ ਹੋਈ ਸਰੰਗੀ ਤੇ ਰੱਖ ਲੈ ਜੀ 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 ਤੇ ਕਹਿੰਦੇ ਜਿਹੜੇ ਗੋੜੀ ਦੀ ਤੁਸੀਂ ਗੱਲ ਕਰਦੇ ਆ ਨਾ ਜੀ ਇਹ ਜਦੋਂ ਜਵਾਹਰ ਲਾਲ ਨਹਿਰੂ ਮਰਿਆ ਸੀ ਤਾਂ ਮੈਂ 올 ਇੰਡੀਆ ਰੇਡੀਓ ਤੇ ਵਜਾਇਆ ਸੀ ਵਾ 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 ਵਾਹ 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 ਕੀ ਬਾਤ ਹੈ ਬਹੁਤ ਕੋ ਇਹ ਪੇਦੇ ਮੰਨ ਜੀ ਸਿੱਖਿਆਉਂਦੇ ਆ ਇਸੇ ਤਰੀਕੇ ਨਾਲ ਹੈਗੇ ਆ ਰਿਕਾਰਡਿੰਗ ਦੇ ਭੇਤ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੇ ਵਿੱਚ ਦੇਖੋ ਕਿੰਨੇ ਮੋੜ ਘੇੜਾ ਆਏ ਆ ਮੈਨੂੰ ਯਾਦ ਹੈ ਜੀ ਜਿਹੜੀਆਂ ਪਹਿਲੀਆਂ ਅਸੀਂ ਸਰਜੀ ਜੀ ਮਾਂ ਭੱਜ ਦੀਆਂ ਦੋ ਰਿਕਾਰਡਿੰਗ ਕੀਤੀਆਂ ਸੀ ਮੇਲਾ ਵਿਗਦੀ ਮਟਿਆਰੇ ਤੇ ਆਪਣਾ ਹਾਂ ਮੈਂ ਹਾਂ ਪੁੱਤ ਪੰਜਾਬ ਦਾ ਉਹ ਨਾ ਸੰਤਾ ਕਰੋਸ ਦੇ ਵਿੱਚ ਰੇਨਬੋ ਸਟੂడియో ਸੀ ਹਾਂਜੀ ਔਰ ਉਹ ਉਸ ਸਟੂడియో ਦੇ ਵਿੱਚ ਰਿਕਾਰਡਿੰਗ ਕਰਨ ਦਾ ਰੀਜ਼ਨ ਇਹ ਸੀ ਕਿ ਵੀ ਉੱਥੇ 2 ਇੰਚ ਅ ਉਹ ਟਾਰੀ ਦੀ ਮਸ਼ੀਨ ਸੀ ਬੇਸਿਕਲੀ ਹਾਂਜੀ ਹਾਂਜੀ 24 ਟਰੈਕ 24 ਟਰੈਕ ਹੂੰ ਉਹ ਸਟੂਡੀਓ ਐਨਾਲਾਗ ਬੜੇ ਅੱਛੇ ਤਰੀਕੇ ਨਾਲ ਡਿਜ਼ਾਈਨ ਸੀ ਔਰ ਉਹ ਜਿਹੜਾ ਰਿਕਾਰਡਰ ਸੀ ਉੱਥੇ ਐਲੈਕਸ ਪਟੋਲੇ ਮੇਰੀ ਉਹਦੇ ਨਾਲ ਇੰਨੀ ਜ਼ਿਆਦਾ ਕਹਿ ਲਓ ਵੀ ਪਰਿਵਾਰਿਕ ਉਹਦੇ ਨਾਲ ਪਿਆਰ ਪੈ ਗਿਆ ਵੀ ਮੈਂ ਅੱਜ ਵੀ ਜਦੋਂ ਬੰਬੇ ਰਿਕਾਰਡਿੰਗ ਕਰਦਾ ਤਾਂ ਐਲੈਕਸ ਨਾਲ ਹੀ ਕਰਦਾ ਭਾਵੇਂ ਉਹ ਸਟੂਡੀਓ ਉਹਦੇ ਚੇਂਜ ਹੁੰਦੇ ਗਏ ਲੇਕਿਨ ਉਹ ਸਾਡੀ ਸ਼ੁਰੂਆਤੀ ਦੌਰ ਦੀ ਜਿਹੜੀ ਯਾਰੀ ਆ ਉਦੋਂ ਦੀ ਉੱਥੋਂ ਤੋਂ ਆ ਹਾਂਜੀ ਉਸ ਤੋਂ ਬਾਅਦ ਜਿਹੜੀ ਅਸੀਂ ਤੀਸਰੀ ਰਿਕਾਰਡਿੰਗ ਕਰਨੀ ਸੀ 1998 ਚ ਗੱਡੀਆਂ ਚ ਗੱਡੀਆਂ ਵੱਜੀਆਂ ਬ ਵੇਕੇ ਉਹਨੇ ਮੈਨੂੰ ਦੱਸਿਆ ਕਹਿੰਦਾ ਜੀ ਵੀ ਸੁਖਪਾਲ ਜੀ ਵੀ ਰੇਨਬੋ ਸਟੂਡੀਓ ਤੋਂ ਵਿਗ ਗਿਆ ਉਸकी ਤੋਂ ਓਨਰਸ਼ਿਪ ਚੇਂਜ ਹੋ ਗਈ ਮੈਨੇ ਵਾਹਾਂ ਪੇ ਕੰਮ ਛੋੜ ਦਿਆ ਹੂੰ ਕਹਿੰਦਾ ਮੈਂ ਹੁਣ ਵਿਲੇਪਾਰਲੇ ਆ ਗਿਆ ਮੈਂ ਵਿਲੇਪਾਰਲੇ ਈਸਟ ਚ ਨਵਾਂ ਸਟੂਡੀਓ ਖੁੱਲਿਆ ਹਨੁਪਮਾ ਆਡੀਓ ਵਿਜ਼ਿਟ ਤੇ ਤੁਸੀਂ ਉੱਥੇ ਵਿਜ਼ਿਟ ਕਰੋ ਇੱਕ ਵਾਰੀ ਹਾਂਜੀ ਕਹਿੰਦਾ ਅਸੀਂ ਉੱਥੇ ਸਾਰੀ ਡਿਜੀਟਲ ਰਿਕਾਰਡਿੰਗ ਕਰਾਂਗੇ ਮੈਂ ਕਿਹਾ ਅੱਛਾ ਭਈ ਡਿਜੀਟਲ ਰਿਕਾਰਡਿੰਗ ਕਿਉਂਕਿ ਮੈਂ ਜਦੋਂ ਕੈਨੇਡਾ ਤੋਂ ਇੱਥੇ ਸ਼ਿਫਟ ਹੋਇਆ ਸੀ ਤੇ ਉਦੋਂ ਲਾਸਟ ਮੈਂ ਪ੍ਰੋਟੂਲਜ਼ ਐਲਈ ਜਿਹੜਾ ਸੀਗਾ ਮਾਡਲ ਪਹਿਲੇ ਪਹਿਲੇ ਵਾਲਾ ਤੇ ਮੈਂ ਉੱਤੇ ਕੰਮ ਕਰਦਾ ਸ਼ੁਰੂ ਹੋਇਆ ਸੀ ਇਸੇ ਤੇ ਮੈਂ ਕਿਹਾ ਯਾਰ ਵੀ ਐਨਲੌਗ ਤੋਂ ਹੁਣ ਇੱਧਰ ਨੂੰ ਸ਼ਿਫਟ ਕਰਾਂਗੇ ਹਾਂ ਤੇ ਮੈਂ ਉੱਥੇ ਗਿਆ ਤੇ ਉੱਥੇ ਉਹਨਾਂ ਕੋਲ ਪ੍ਰੋਗਰਾਮ ਸੀਗਾ ਸਾਊਂਡ ਸਕੇਪ ਕਰਕੇ ਹਾਂ ਹਾਂ ਸੀਗਾ ਡਾਇਰੈਕਟ ਟੂ ਡਿਸਕ ਰਿਕਾਰਡਿੰਗ ਤੇ ਉੱਥੇ ਉਹ ਉਸ ਟਾਈਮ ਸਾਊਂਡ ਸਕੇਪ ਜਿਹੜਾ ਸੀ ਉਹ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਚਨਈ ਆਪਣਾ ਏਅਰ ਰਹਿਮਾਨ ਸਾਹਿਬ ਕੋਲ ਆਇਆ ਹਾਂ ਸੈਕੰਡ ਜਿਹੜਾ ਸਾਊਂਡ ਸਕੇਪ ਸੀ ਰਾਜੂ ਸਿੰਘ ਦੇ ਸਟੂਡੀਓ ਆਇਆ ਸੀ ਤੇ ਐਲੈਕਸ ਨੇ ਹਾਂ ਸਾਊਂਡ ਸਕੇਪ ਨੂੰ ਰਨ ਕਰਨਾ ਰਾਜੂ ਸਿੰਘ ਦੇ ਸਟੂਡੀਓ ਸਿੱਖਿਆ ਤੇ 3 ਮਹੀਨੇ ਤੇ ਉਸ ਤੋਂ ਬਾਅਦ ਉਹ ਛੱਡ ਕੇ ਉੱਥੋਂ ਇਧਰ ਅਨਪਮਾੜੀ ਹੋਵੇ ਚਲਾ ਗਿਆ ਅੱਛਾ ਅਤੇ ਜਿੱਦਣ ਅਸੀਂ ਰਿਕਾਰਡਿੰਗ ਸ਼ੁਰੂ ਕੀਤੀ ਤੇ ਮੈਨੂੰ ਲੱਗਿਆ ਵੀ ਪਹਿਲਾਂ ਜਦੋਂ ਮੀਡੀ ਰਿਕਾਰਡ ਕਰਾਂਗੇ ਜਿਸ ਤਰ੍ਹਾਂ ਵੀ ਹੁਣ ਡਿਜੀਟਲ ਰਿਕਾਰਡਿੰਗ ਕਰਨੀ ਆ ਪਹਿਲਾਂ ਮੀਡੀ ਰਿਕਾਰਡ ਹੋਊਗੀ ਇਹ ਹੋਊਗਾ ਹਨਾ ਜੀ ਆਹੋ ਆਹੋ ਉਹ ਉਹ 뮤ຊਿਸ਼ਨ ਸਾਰੇ ਲਾਈਵ ਆ ਕੇ ਰਮਜੂ ਹ ਤਾ ਉਹ ਰਿਕਾਰਡਿੰਗ ਜਦੋਂ ਸਪੂਲ ਤੇ ਕਰਦੀ ਰਿਹਾ ਰਿਕਾਰਡਿੰਗ ਹੁੰਦੀ ਸ਼ੁਰੂ ਹੋ ਗਈ ਤੇ ਮੈਂ ਉਹਨੂੰ ਮੁੜ ਕੇ ਪੱਛਿਆ ਮੈਂ ਕਿਹਾ ਵੀ ਫਿਰ ਇਹਦੇ ਚ ਡਿਜੀਟਲ ਵਾਲਾ ਕਿਹੜਾ ਕੰਮ ਹੋਇਆ ਵੀ ਇਹ ਤਾਂ ਸਿੱਧਾ ਜੋ ਆਪਾਂ ਸਿਰਫ ਬਈ ਇਹ ਤਾਂ ਫਾਰਮੈਟ ਹੀ ਚੇਂਜ ਹੋਇਆ ਹਨਾ ਬਈ ਇਹ ਤਾਂ ਇਹ ਤਾਂ ਕੋਈ ਕੋਈ ਬਈ ਤਾਂ ਕੋਈ ਤਰੀਕਾ ਨਹੀਂ ਚੇਂਜ ਹੋਇਆ ਅਰੇ ਨਹੀਂ ਨਹੀਂ ਕਹਿੰਦੇ ਮੈਂ ਆਪਕੋ ਬਾਅਦ ਮੈਂ ਬਤਾਉਂਗਾ ਉਹ ਮੈਨੂੰ ਉਹ ਕਹ ਲਓ ਬਈ ਉਹ ਐਨਲੌਗ ਤੋਂ ਡਿਜੀਟਲ ਵੀ ਜਿਹੜਾ ਬੰਬੇ ਟ੍ਰਾਂਸਫਰ ਹੋਇਆ ਐਕਚੁਅਲੀ ਉਹ ਜਾ ਕੇ ਤਾਂ ਜਿਹੜੇ ਤਰੀਕੇ ਨਾਲ ਆਪਾਂ ਅੱਜ ਰਿਕਾਰਡਿੰਗ ਕਰਦੇ ਆ ਉਹ ਉਦੋਂ 2003-4 ਤੋਂ ਬਾਅਦ ਹੋਇਆ ਲੇਕਿਨ ਉਦੋਂ ਤੱਕ ਵੀ ਉਹ ਲੋਕ ਰਿਕਾਰਡਿੰਗ ਜਿਹੜੀ ਸੀ ਉਹ ਐਨਲੌਗ ਤਰੀਕੇ ਨਾਲ ਸਿੱਧਾ ਰਿਕਾਰਡ ਕਰਦੇ ਸੀ ਵੀ ਹਾਂ ਵਜਾਓ ਬਈ ਪੰਜ ਵੀ ਮਾਰਾਂਗੇ ਰੋਕੇ ਵਿੱਚ ਉਹ ਕਰਾ ਨਹੀਂ ਤਾਂ ਕਰਾਂਗੇ ਤਾਂ ਉਹ ਬੜਾ ਮਤਲਬ ਉਹ ਜਿਹੜਾ ਦੌਰ ਸੀ ਜਿਹੜਾ ਤੁਸੀਂ ਗੱਲ ਕੀਤੀ ਮੋੜ ਘੇੜ ਦੀ ਉਹ ਇੰਨੇ ਮੋੜ ਘੇੜ ਸੀ ਨਾ ਜੀ ਬਈ ਆਮ ਬੰਦਾ ਜਿਹੜਾ ਸਿਕਾ ਉਹ ਉਹਦੇ ਲਈ ਬੰਬੇ ਜਾ ਕੇ ਹਰ ਪ੍ਰੋਜੈਕਟ ਕਰਨਾ ਆਪਣੇ ਆਪ ਦੇ ਵਿੱਚ ਇੱਕ ਨਵਾਂ ਅਧਿਆਏ ਹੁੰਦਾ ਸੀ ਕਿ ਯਾਰ ਇਹ ਨਵਾਂ ਚੈਪਟਰ ਮੇਰੀ ਲਾਈਫ 'ਚ ਸ਼ੁਰੂ ਹੋ ਗਿਆ ਹੈ ਨਾ ਜੀ ਤੇ ਉਹ ਬੜਾ ਕੁਝ ਬੜਾ ਉਤਰਾ ਚੜਾ ਦੇਖਿਆ ਖੈਰ ਉਸ ਤੋਂ ਬਾਅਦ ਮੈਂ ਸਾਰੀ ਆਪਣਾ ਕੰਮ ਜਿਹੜਾ ਸ਼ਿਫਟ ਫੋਕਸ ਸੀ ਮੈਂ ਇੰਗਲੈਂਡ ਨੂੰ ਕਰਤਾ ਹੂੰ ਇੰਗਲੈਂਡ ਤੋਂ ਅੱਗੇ ਫਿਰ ਸਪੇਨ ਜਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਇੰਗਲੈਂਡ ਵਾਲਾ ਜਿਹੜਾ ਕੋਰਾ ਸੀ ਪੀਟਰ ਵੇਅਰ ਉਹ ਸਪੇਨ ਚ ਲੱਗ ਗਿਆ ਤੇ ਸੋ ਗਾਂ ਤੋਂ ਬਾਅਦ ਅੱਗੇ ਸਫ਼ਰ ਜਾਰੀ ਰਿਹਾ ਲੇਕਿਨ ਇਹ ਅਭੀ ਬੜੇ ਤਰੀਕੇ ਸਿੱਖੇ ਐਨਲੌਗ ਤੋਂ ਡਿਜੀਟਲ ਹੋਣ ਦੇ ਉਸ ਟਾਈਮ 'ਤੇ ਤਾਂ ਨੂੰ ਯਾਦ ਹੋਣਾ ਕਿ ਇਹ ਵੀ ਦੌਰ ਆਇਆ ਸੀ ਕਿ ਵੀ ਏ ਡਾਟਾ ਤੇ ਰਿਕਾਰਡ ਕਰੀਦਾ ਸੀਗਾ ਆਪਣਾ ਹਾਂਜੀ ਹਾਂਜੀ ਅਲੀਸਾ ਸਵਾਲੀਆਂ ਹਾਂ ਹਾਂ ਇਹ ਆਹੋ ਆਹ ਏ ਡਾਟਾ ਤੋਂ ਬਾਅਦ ਫਿਰ ਹਾਈ ਏਟ ਵਿੱਚ ਜ਼ਮਾਨਾ ਆ ਗਿਆ ਵੀ ਨਹੀਂ ਟੈਸਕਾਂ ਵਾਲੀ ਹਾਈ ਏਟ ਤੇ ਕਰੋ ਹਨਾ ਜੀ ਟੈਸਕ ਕਮਟੀ 88 ਤੇ ਕਲਿਆਣੀ ਜੀ ਬਹੁਤ ਕੀਤਾ ਹਾਂਜੀ ਬਹੁਤ ਉਹ ਸਾਰੇ ਉਹ ਆਪਾਂ ਉਸ ਆਪਾਂ ਲੋਕ ਉਹ ਸਾਰੇ ਦੌਰ ਦੇਖੇ ਹੋਇਆ ਸੋ ਇਸ ਕਰਕੇ ਸਾਨੂੰ ਹੁਣ ਐਂ ਲੱਗਦਾ ਵੀ ਕਿਸੇ ਵੀ ਫਾਰਮੈਟ ਤੇ ਗੱਲ ਕਰ ਲਓ ਯਾਰ ਵੀ ਐਟਲੀਸ ਸਾਨੂੰ ਐਡੀਸ ਪਤਾ ਆ ਸੀ ਉਥੋਂ ਲੰਗੇ ਹੋਇਆ ਉਸ ਦੌਰ ਚ ਹਾਂ ਤੇ ਜਿਨ੍ਹਾਂ ਨੇ ਹੁਣ ਸਿਰਫ ਰੂਟੀ ਲੋਪੀ ਦੇਖਿਆ ਉਹਨਾਂ ਨੂੰ ਤਾਂ ਫਿਰ ਪ੍ਰੋਟੋਲੂਪ ਦਾ ਹੀ ਪਤਾ ਬਸ ਮੈਂ ਹੋਰ ਵੀ ਕਈ ਕੁੱਝ ਸੁਖਪਾਲ ਦੇਖਿਆ ਆਪਣਾ ਇੱਕ ਏਥ ਸਟਰੀਟ ਸਟੂਡੀਓ ਹੁੰਦਾ ਸੀ ਵੈਨਕੂਵਰ ਮਿਸ਼ੈਲ ਉੱਥੇ ਇੰਜੀਨੀਅਰ ਹੁੰਦੀ ਸੀ ਜੀ 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 ਜਦੋਂ ਪ੍ਰੋ ਟੂਲਸ ਹਲੇ ਮਾਰਕੀਟ ਚ ਨਸੀ ਆਇਆ ਤੇ ਉਹਨਾਂ ਨੇ ਉਹਨਾਂ ਨੂੰ ਇੱਕ ਡੈਮੋ ਮਾਡਲ ਦਿੱਤਾ ਸੀ ਜੀ ਜੀ ਫਿਰ ਜਿਹੜਾ ਸੀਗਾ ਆਪਣਾ CKNW ਇੱਕ ਰੇਡੀਓ ਸਟੇਸ਼ਨ ਹੁੰਦਾ ਸੀਗਾ ਵੈਨਕੂਵਰ ਦੇ ਵਿੱਚ ਹਾਂਜੀ ਬਿਲਕੁਲ ਬਿਲਕੁਲ ਵੈਨਕੂਵਰ ਹਾਂਜੀ ਹੁੰਦਾ ਸੀ ਹਾਂਜੀ ਹਾਂਜੀ ਦੂਜੀ ਟੇਪ ਜਿਹੜੀ ਸਾਡੀ ਆਈ ਆ 1994 ਦੇ ਵਿੱਚ ਮੇਰੀਏ ਜਾਨੇ ਹਾਂਜੀ ਸੋਹਣੇ ਲਰੇ ਤੇ ਉਹਨਾਂ ਕੋਲ ਇੱਕ ਸਿਸਟਮ ਹੁੰਦਾ ਸੀਗਾ ਆਡੀਓ ਫਾਈਲ ਅਸੀਂ ਉਹਦੇ ਵਿੱਚ ਉਹ ਡਿਜੀਟਲੀ ਮਾਸਟਰ ਕੀਤੀ ਸੀ ਜੀ 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 ਪਰ ਜਿਹੜੀ ਮੈਂ ਪਹਿਲੀ ਐਲਬਮ ਕੀਤੀ ਆ ਰਿਕਾਰਡ ਡਿਜੀਟਲੀ ਔਰ ਚਲੋ ਮੀਡੀ ਤਾਂ ਪਹਿਲੇ ਹੀ ਕਰਦੇ ਹੁੰਦੇ ਸੀ ਐਟਾਰੀ 10 40 एसटी ਤੇ ਜੀ ਤੇ ਪਰ ਆਡੀਓ ਵੀ ਸਭ ਕੁਝ ਜਿਹੜਾ ਪਹਿਲੀ ਵਾਰ ਡਿਜੀਟਲ ਕੀਤਾ ਉਹ ਕੀਤਾ ਸੀ ਕਮਲ ਦੀ ਕਮਲੀ ਟੇਪ ਜੀ ਜੀ ਉਦੋਂ ਨਾ ਜਿਹੜੀ ਡਿਜੀਟਲ ਸਾਊਂਡ ਹੁੰਦੀ ਸੀ ਬੜੀ ਹਾਰਸ਼ ਹੁੰਦੀ ਸੀ ਤੇ ਜਿਹੜੇ ਕਨਵਰਟਰ ਸੀਗੇ ਉਹ ਬਹੁਤੇ ਵਧੀਆ ਨਹੀਂ ਸੀਗੇ। ਵਧੀਆ ਨਹੀਂ ਸੀ। ਹਾਂਜੀ ਕਨਵਰਟਰ ਹਾਂਜੀ ਬਿਲਕੁਲ। ਤੇ ਫਿਰ ਲੋਕਾਂ ਨੇ ਕਹਿਣਾ ਇਹਦੀ ਐਨਾਲੌਗ ਸਾਊਂਡ ਕਿੱਦਾਂ ਬਣਾਣੀ ਆ ਡਿਜੀਟਲ ਸਾਊਂਡ ਐ ਤਾਂ ਦੀ ਆ ਤੇ ਫਿਰ ਹੌਲੀ ਹੌਲੀ ਹੁਣ ਤਾਂ ਜੀ ਇੰਨੀਆਂ ਪਾਵਰਾਂ ਹੋ ਗਈਆਂ ਕੰਪਿਊਟਰਾਂ 'ਚ ਜੀ ਦੇਖ ਲਓ ਜ਼ਮਾਨਾ ਕਿੱਥੇ ਦਾ ਕਿੱਥੇ ਚਲ ਗਿਆ। ਮੈਂ ਕਹ ਜੀ ਪੁੱਛੋ ਨਾ ਵੀ ਜਿੱਦਾਂ ਤੁਸੀਂ ਗੱਲ ਕੀਤੀ ਮੈਂ ਵੀ 93 ਦੇ ਅੰਦਰ ਜਾਂ 94 'ਚ ਨਾ ਇੱਕ ਰੀਮਿਕਸ ਐਲਬਮ ਕੀਤੀ ਸੀ ਉਹ ਹਜੇ ਵੀ ਮੈਂ ਹੁਣ ਦੋ 2018 ਚ ਕੈਨੇਡਾ ਜਦੋਂ ਆਇਆ ਤੇ ਉਹ ਜਗਮੋਣ ਜੀ ਦਾ ਗਾਣਾ ਸੀ ਜਗਮੋਣ ਕੌਰ ਜੀ ਦਾ ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ ਉਹ ਰੀਮਿਕਸ ਕੀਤਾ ਉਹ ਚੱਲ ਰਿਹਾ ਡੀਜੇ ਪਾਰਟੀ 'ਚ ਤੇ ਉਹ ਮੈਨੂੰ ਸਾਰਾ ਟਾਈਮ ਯਾਦ ਆ ਗਿਆ ਤੇ ਜਿਹੜਾ ਗੋਰਾ ਸੀ ਮੇਰੇ ਨਾਲ ਕੰਮ ਕਰਦਾ ਡਗ ਪੈਟਰਸਨ ਉਹਦਾ ਨਾਮ ਤੇ ਉਹਦਾ ਸੀ ਮੋਰ ਸਟਰੀਟ ਦੇ ਉੱਤੇ ਡਾਊਨਟਾਊਨ ਸਟੂਡੀਓ ਹੁੰਦਾ ਸੀ ਉਸ ਸਟੂਡੀਓ ਚ ਅਸੀਂ ਉਹ ਐਚ ਐਮ ਵੀ ਦੀ ਪ੍ਰਾਣੀ ਕੈਸਟ ਲਈ ਮੈਂ ਆਪਣਾ ਮੇਨ ਸਟਰੀਟ ਤੇ ਮਾਨ 뮤직 ਵਾਲੇ ਹੁੰਦੇ ਸੀ ਗੁਰਪਾਲ ਮਾਨ ਹੁੰਦੀ ਹਾਂਜੀ ਹਾਂਜੀ ਉਹਨਾਂ ਦੇ ਮੈਂ ਉਹ ਤੋਂ ਲਈ ਕੈਸਟ ਲਈ ਜਾ ਕੇ 5 ਡਾਲਰ ਦੀ ਤੇ ਜਾ ਕੇ ਉਹਨੂੰ ਪਹਿਲਾਂ ਆਡੀਓ ਨੂੰ ਪ੍ਰੋਟੋਲ ਚ ਕਨਵਰਟ ਕੀਤਾ ਫਿਰ ਉਹਦੇ ਚ ਇੱਕ ਆਪਸ਼ਨ ਹੁੰਦੀ ਸੀ ਟੈਪ ਟੈਂਪੋ ਬਈ ਉਹ ਟੈਂਪੋ ਕਿਉਂਕਿ ਉਹ ਟੈਂਪੋ ਬਿਨਾਂ ਰਿਦਮ ਬਿਨਾਂ ਰਿਦਮ ਤੋਂ ਰਿਕਾਰਡਿੰਗ ਹੁੰਦੀ ਐ ਸੀ ਐਲਬਮ ਉਹ ਕਲਿੱਕ ਤੋਂ ਹਾਂ ਹਾਂ ਉਹ ਬਣਾਣਾ ਪੈਂਦਾ ਮੈਪ ਹਾਂਜੀ ਬਣਾਣਾ ਮੈਪ ਉਹ ਟੈਂਪੋ ਮੈਪ ਬਣਾਇਆ ਟੈਂਪੋ ਮੈਪ ਬਣਾ ਕੇ ਉਹਨੂੰ ਟੈਂਪੋ ਚ ਲਿਆਂਦਾ ਉਹਦੇ ਨਾਲ ਲੂਪ ਫਿੱਟ ਕੀਤਾ ਤੇ ਉਦੋਂ ਬਾਅਦ ਉਹ ਜਦੋਂ ਫੇਰ ਵੀ ਆਉਟਪੁੱਟ ਨਾ ਆਵੇ ਤਾਂ ਮੈਂ ਉਹਨੂੰ ਕਿਹਾ ਗੋਰੇ ਨੂੰ ਮੈਂ ਕਿਹਾ ਯਾਰ ਵੀ ਉਹ ਜਿਹੜੀ ਬਈ ਆਉਟਪੁੱਟ ਆ ਨਾ ਬਈ ਉਹ ਅਸੀਂ ਕੰਪੇਅਰ ਕਰੀਏ ਸਫਰੀ ਬॉयਜ਼ ਦੀ ਉਹਦੋਂ ਐਲਬਮ ਆਈ ਸੀ ਬਾਮ ਦਾ ਤੂੰਬੀ ਹੂੰ ਬਾਮ ਦਾ ਤੂੰਬੀ ਦੇ ਨਾਲ ਉਹ ਮਤਲਬ ਸਪੀਕਰ ਪਾੜਦੀ ਜਾਵੇ ਤੇ ਮੈਂ ਸਾਡਾ ਗਾਣਾ ਸਾਡਾ ਗਾਣਾ ਐ ਬੋਲੇ ਵੀ ਜਿਵੇਂ ਮਰੀਜ਼ ਹਸਪਤਾਲ ਤੇ ਪਿਆ ਪਿਆ ਹੁੰਦਾ ਵੀ ਉਹ ਵੀ ਉੱਠਦਾ ਨਹੀਂ ਤੇ ਮੈਂ ਕਹਿਆ ਯਾਰ ਵੀ ਇਹ ਗਾਣਾ ਸਾਡਾ ਐ ਉੱਠਦਾ ਕਿਉਂ ਨਹੀਂ ਉਹ ਕਹਿੰਦਾ ਵੀ ਇਹ ਇਹ 0 ਡੀਵੀ ਤੇ ਬੋਲ ਰਿਹਾ ਯਾਰ ਸਾਡਾ ਗਾਣਾ ਥੱਲੇ ਬਈ ਬਾਹ ਆਹ ਲੇਬਲ ਤੇ ਬੋਲ ਰਿਹਾ ਮੈਂ ਕਹਿੰਿਆ ਇਹ ਫਿਰ ਕਿੱਦਾਂ ਸੈੱਟ ਹੋਊਗਾ ਕਹਿੰਦਾ ਵੀ ਇਹਦੀ ਮਾਸਟਰਿੰਗ ਕਰਨੀ ਪੈਣੀ ਆ ਆਪਾਂ ਨੂੰ ਮੈਨੂੰ ਯਾਦ ਹੈ ਇੱਕ ਅਸੀਂ ਸਟੂਡੀਓ ਲੱਭਿਆ ਯੂਟੋਪੀਆ ਵਰਲਡ ਉਸ ਟਾਈਮ ਤੇ ਸੀ ਉਹਨਾਂ ਨੇ ਕਿਹਾ ਭਾਈ ਉਦੋਂ 94 ਦੀ ਗੱਲ ਹੈ ਤੇ ਦੇਖੋ ਉਹ ਕਹਿੰਦੇ ਵੀ ਅਸੀਂ 75 ਡਾਲਰ ਪਰ ਆਵਰ ਲੈਣੇ ਆ ਭਾਈ ਮਾਸਟਰਿੰਗ ਕਰਨ ਦੇ ਹਾਂ ਮਾਸਟਰਿੰਗ ਤੇ ਤੇ ਅਸੀਂ ਡੈਟ ਦੇ ਉੱਤੇ ਉਹ ਗਾਣੇ ਮਾਸਟਰ ਲੈ ਕੇ ਗਏ ਉੱਥੇ ਜਾ ਕੇ ਉਹਨਾਂ ਨੇ 4-5 ਘੰਟੇ ਲਾਏ ਉਹਦੇ ਉਹਦੇ ਲੈਵਲ ਲੂਵਲ ਬੂਸਟ ਕੀਤੇ ਓਵਰਆਲ ਫ੍ਰੀਕੁਐਂਸੀ ਦੇ ਉੱਤੇ ਵਰਕ ਕੀਤਾ ਤਾਂ ਮਤਲਬ ਤਾਂ ਜਾ ਕੇ ਉਹ ਵੀ ਇੱਕ ਨਵਾਂ ਅਧਿਆਏ ਸੀ ਮੇਰੀ ਲਾਈਫ ਦੇ ਵਿੱਚ ਜਿਹੜਾ ਅੱਖੀ ਦੇਖਿਆ ਤੇ ਉਹ ਬਈ ਵਿਚ ਰਿਹਾ ਭਈ ਯਾਰ ਭਈ ਗਾਣੇ ਨੂੰ ਜੇ ਐਸ ਲੈਵਲ ਤੇ ਲੈ ਕੇ ਆਉਣਾ ਤੇ ਸਾਨੂੰ ਐਸ ਲੈਵਲ ਦਾ ਕੰਮ ਕਰਨਾ ਪੈਣਾ ਤੇ ਜਦੋਂ ਬੰਬੇ ਆਏ ਬੰਬੇ ਜਦੋਂ ਫਾਈਨਲ ਮਿਕਸਿੰਗ ਕਰਦੇ ਸੀ ਉਹਨਾਂ ਨੇ ਆਲਰੇਡੀ ਸਾਊਂਡ ਜਿਹੜੀ ਸੀ ਉਹ ਲਿਮਟਰਸ ਦੇ ਥਰੂ ਜਾਂ ਕੰਪਰੈਸਰ ਦੇ ਥਰੂ ਇਸ ਤਰ੍ਹਾਂ ਲੈ ਕੇ ਜਾਂਦੇ ਸੀ ਵੀ ਉਹ ਇੱਕ ਲਿਮਟਰ ਸੈੱਟ ਕਰ ਦਿੰਦੇ ਸੀ ਵੀ ਇਹ 0 ਡੀਬੀ ਤੋਂ ਸਿਗਨਲ ਉੱਤੇ ਨਾ ਜਾਵੇ ਤੇ ਥੱਲੇ ਵੀ ਨਾ ਜਾਵੇ ਵੀ ਇਹ ਨੂੰ ਬਿਲਕੁਲ ਉੱਤੇ ਚਵਾਰੇ ਤੇ ਟੰਗਿਆ ਰਵੇ ਹਾਂਜੀ ਇਹ ਇਹ ਜਿਹੜੀਆਂ ਚੀਜ਼ਾਂ ਮੈਂ ਇਹ ਅੱਜ ਤੁਹਾਡੇ ਨਾਲ ਇਸ ਪੋਡਕਾਸਟ 'ਤਾਂ' ਮੈਂਸ਼ਨ ਕਰ ਰਿਹਾ ਵੀ ਸ਼ਾਇਦ ਅਗਰ ਕੋਈ ਨਵੇਂ ਜੋ ਦੇ ਸੰਗੀਤ ਕਰਨ ਵਾਲੇ ਲੋਕ ਸੁਣਨਗੇ ਹਾਂਜੀ ਹਾਂਜੀ ਜਿਹੜੀਆਂ ਗੱਲਾਂ ਅੱਜ ਉਹ ਕਹਿੰਦੇ ਆ ਨਾ ਵੀ ਇਹਦੀ ਮਿਕਸਿੰਗ ਮਾਸਟਰੀਂਗ ਬੰਬੇ ਸਮੀਰ ਕਰੂਗਾ ਜਾਂ ਫਲਾਨਾ ਕਰੂਗਾ ਇਹ ਇਹ ਉਹਨਾਂ ਲਈ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਅਸੀਂ ਆਲਰੇਡੀ ਅੱਜ ਤੋਂ ਅਸੀਂ 25 30 ਸਾਲ ਪਹਿਲਾਂ ਇਹ ਕਰ ਚੁੱਕੇ ਆ ਅਸੀਂ ਇਹ ਸਾਰੀਆਂ ਚੀਜ਼ਾਂ ਅੱਛਾ ਉਹਨਾਂ ਗੱਲ ਕੀ ਹੋਈ ਇੱਕ ਨਾ ਮੈਨੂੰ ਹੁਣ ਪੂਰੀ ਗੱਲ ਭੁੱਲ ਗਈ ਆ ਬਹੁਤ ਸਾਲ ਪੁਰਾਣੀ ਗੱਲ ਆ ਹਾਂਜੀ ਲੰਡਨ ਵਿੱਚ ਨਾ ਇੱਕ ਕੋਈ ਬਹੁਤ ਮਸ਼ਹੂਰ ਮਾਸਟਰੀਂਗ ਇੰਜੀਨੀਅਰ ਸਿਗਾ ਜੀ ਜੀ ਕਹਿੰਦੇ ਜੀ ਫਲਾਨਾ ਭੰਗੜੇ ਦੀ ਮਾਸਟਰੀਂਗ ਕਰਦਾ ਫਲਾਨਾ ਕਰਦਾ ਤੇ ਪਰ ਗੋਰਿਆਂ ਦੀ ਮਾਸਟਰੀਂਗ ਉਹ ਕਰਦਾ ਸੀ ਬਹੁਤ ਮਹਾਨ ਜੀ ਜੀ ਸਕਸ਼ਿੰਦਰ ਸ਼ਿੰਦੇ ਹੁਣੀ ਕਹਿੰਦੇ ਕਹਿੰਦੇ ਮੈਂ ਸੋਚਿਆ ਵੀ ਯਾਰ ਕਿਉਂ ਨਾ ਮੈਂ ਉਹ ਤੋਂ ਮਾਸਟਰੀਂਗ ਕਰਾ ਲਵਾਂ ਮਾਸਟਰੀਂਗ ਕਰਵਾ ਹਾਂਜੀ ਜੀ ਕਹਿੰਦੇ ਮੈਂ ਨਾ ਟ੍ਰੇਨ ਲੈ ਕੇ ਚੱਲ ਗਿਆ ਲੰਡਨ ਤੇ ਉੱਥੇ ਕਹਿੰਦੇ ਉਹਨਾਂ ਮੁਲਾਕਾਤ ਹੋਈ ਮੈਨੂੰ ਮਾਸਟਰ ਦੇ ਕੇ ਆ ਗਿਆ ਤੇ ਕਹਿੰਦੇ ਉਹਨੇ ਚਲੋ ਤੀਜੇ ਚੌਥੇ ਦਿਨ ਮੈਨੂੰ ਸਾਰੀ ਗੱਲ ਹੁਣ ਭੁੱਲ ਗਈ ਬਹੁਤ ਸਾਲ ਪੁਰਾਣੀ ਗੱਲ ਆ ਜੀ ਕਹਿੰਦੇ ਮੈਂ ਫੇ ਉੱਥੋਂ ਚੱਕ ਕੇ ਲਿਆਇਆ ਆਪਣਾ ਮਾਸਟਰ ਹਾਂਜੀ ਤੇ ਕਹਿੰਦੇ ਮੈ ਖੁਸ਼ੀ ਖੁਸ਼ੀ ਉਹਨਾਂ ਹੱਥ ਮੜਾਇਆ ਕਹਿੰਦੇ ਮੈਨੂੰ ਜਾਨਕਿਆ ਮੇਰਾ ਰੋਮ ਰੋਮ ਖੜਿਆ ਪਿਆ ਵੀ ਮੈਂ ਯਾਰ ਹੁਣ ਦੇਖ ਮੈਂ ਕਿੱਡੇ بڑے ਬੰਦੇ ਤੋਂ ਮਾਸਟਰੀਂ ਕਰਾ ਲਈ ਹੈਨਾ ਮਾਸਟਰੀਂ ਕਰਾ ਲਈ ਜੀ ਸਰਦਾਰ ਆ ਕੇ ਲਾਈ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੋ ਗਈ ਕਹਿੰਦੇ ਜਾਣਗੇ ਉਹ ਇੱਕ ਦਿਨ ਅਸੀਂ ਗੱਲ ਕਰਦੇ ਸੀ ਕਿ ਜ਼ਿੰਦਗੀ ਦੇ ਉਦਾਸ ਦਿਨ ਸੰਗੀਤ ਪੱਖੋਂ ਚਲੋ ਪਰਿਵਾਰਾਂ 'ਚ ਤਾਂ ਬਹੁਤ ਗੱਲਾਂ ਹੁੰਦੀਆਂ ਰਹਿੰਗੀਆਂ ਹੁੰਦੇ ਬਹੁਤ ਹੁੰਦੀਆਂ ਹਾਂਦੀਆਂ ਹਾਂ ਤੇ ਬਹੁਤ ਸਾਲ ਪੁਰਾਣੀ ਗੱਲ ਆ ਤੇ ਮੈਨੂੰ ਚਿੰਦੇ ਨੇ ਹੀ ਦੱਸਿਆ ਕਹਿੰਦੇ ਮੇਰੀ ਜ਼ਿੰਦਗੀ ਦਾ ਸਭ ਤੋਂ ਉਦਾਸ ਦਿਨ ਸੀਗਾ ਜੀ 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 ਤੇ ਕਹਿੰਦੇ ਮੈਨੂੰ ਪਤਾ ਨਾ ਲੱਗੇ ਵੀ ਮੈਂ ਧਰਤੀ ਤੇ ਕਿੱਦਾਂ ਖੜਾ ਹਾਂ ਮਾ ਪਿਆ ਗੱਲ ਕੀ ਹੋਈ ਪੈਸੇ ਵੀ ਦੇ ਤੇ ਪੈਸੇ ਵੀ ਕਿਹੜੇ ਉਦੋਂ ਹੁੰਦੇ ਸੀ ਐਨੇ ਕੋਲ ਹਨਾ ਬੜਾ ਲਿਮਟਡ ਬਜਟ ਹੁੰਦਾ ਸੀ ਬਿਲਕੁਲ ਲਿਮਟਡ ਬਜਟ ਹੁੰਦਾ ਸੀ ਹੋਰ ਕੀ ਜੀ ਤੇ ਸਭ ਕੁਝ ਦੇਖਿਆ ਜੀ ਬੜੇ ਬੜੇ ਨੋਰ ਆ ਗਿਆ ਅਸੀਂ ਇਹੀ ਕਹਿੰਨੇ ਆ ਕਿ ਇੱਕ ਜਰਨੀ ਆ ਜਰਨੀ ਆ ਹਾਂਜੀ ਬਿਲਕੁਲ ਇਹ ਇੱਕ ਲਰਨਿੰਗ ਜਰਨੀ ਆ ਹਾਂਜੀ ਰੋਜ਼ ਤੁਸੀਂ ਕੁਝ ਸਿੱਖਦੇ ਆ ਮੈਂ ਯਾਰ ਪਤਾ ਨਹੀਂ ਕਿਹਦੇ ਨਾਲ ਗੱਲ ਕਰਦਾ ਸੀ ਅਪੌਪਸੀ ਨਾਲ ਹਾਂਜੀ ਤੇ ਅਸੀਂ ਗੱਲ ਕਰਦੇ ਸੀ ਤੇ ਮੈਂ ਕਿਹਾ ਮੈਂ ਕਿਹਾ ਵੀ ਜੇ ਕੋਈ ਬੰਦਾ ਕਹਿੰਦਾ ਮੈਂ ਕਿਸੇ ਚੀਜ਼ ਦਾ ਐਂਡ ਪਾ ਲਿਆ ਤਾਂ ਉਹਨ ਕੋ ਉਸ ਚੀਜ਼ ਦਾ ਐਂਡ ਨਹੀਂ ਪਾਇਆ ਉਹਨ ਆਪਣਾ ਐਂਡ ਪਾ ਲਿਆ ਆਪਣਾ ਐਂਡ ਪਾ ਲਿਆ ਬਿਲਕੁਲ ਬਿਲਕੁਲ 100% درست ਗੱਲ ਆ ਵੀ ਉਹ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਨਵੈਂਸ਼ਨ ਜਿਹੜੀਆਂ ਹੋ ਰਹੀਆਂ ਨੇ ਇਹ ਇਹ ਤਾਂ ਡੇ ਬਾਈ ਡੇ ਪ੍ਰੋਸੈਸ ਹੈ ਜੀ ਇਹ ਇਹਦੇ ਵਿੱਚ ਕੋਈ ਨਹੀਂ ਕਹਿ ਸਕਦਾ ਵੀ ਮੈਂ ਇਸ ਚੀਜ਼ ਦਾ ਐਂਡ ਪਾ ਲਿਆ ਔਰ ਜਿੰਨੇ ਇਹ ਗੱਲ ਕਹੀ ਹੈ ਹਾਂ ਇਹ ਇਤਿਹਾਸ ਗਵਾਹ ਹੈ ਇਸ ਗੱਲ ਦਾ ਕਿ ਵੀ ਉਹ ਉਸ ਬੰਦੇ ਦਾ ਗਰਾਫ ਜਿਹੜਾ ਆ ਉਹ ਜ਼ਰੂਰ ਡਾਊਨ ਹੋਣਾ ਸ਼ੁਰੂ ਹੋਇਆ ਲੇਕਿਨ ਇਹ ਆ ਵੀ ਇਹ ਚੀਜ਼ਾਂ ਕਦੀ ਰੁਕੀਆਂ ਨਹੀਂ ਇਹ ਅੱਗੇ ਤੁਰ ਕੇ ਵੱਧਦੀਆਂ ਹੀ ਗਈਆਂ ਨੇ ਹਾਂ ਵੱਧਦੀਆਂ ਗਈਆਂ ਜੀ ਜੀ ਬਿਲਕੁਲ ਬਿਲਕੁਲ ਤੇ ਹੁਣ ਇਦਾਂ ਕਰੋ ਸੁਖਪਾਲ ਜੀ ਇੱਕ ਦੋ ਨਾ ਕਟਨਾਵਾ ਸਾਨੂੰ ਸੁਣਾਓ ਐਨੇ ਸਾਲਾਂ ਚ ਕੋਈ ਕੋਈ ਸ਼ੁਗਲ ਦੀਆਂ ਹੋਈਆਂ ਹੋਣ ਕੋਈ ਵਧੀਆ ਗੱਲਾਂ ਹੋਈਆਂ ਹੋਣ ਕੋਈ ਇੱਕ ਦੋ ਹੋਰ ਕਟਨਾਵਾ ਵਿੱਚ ਫਿੱਟ ਕਰ ਦਿਓ ਕੀ ਬਾਤ ਹੈ ਕਟਨਾਵਾ ਤੇ ਐਸੀਆਂ ਨੇ ਜੀ ਕਿ ਵੀ ਮੈਂ ਮੈਂ ਕਿਸੇ ਨਾਲ ਸੱਜਣ ਨਾਲ ਕੋਈ ਕਿਉਂਕਿ ਇੰਡੀਆ ਚ ਤੁਹਾਨੂੰ ਪਤਾ ਅੱਜ ਕੱਲ ਵੀ origignal content ਦੇ ਪਿਛੇ ਜਿੰਨੇ ਵੀ ਸੋ ਕਾਲਡ ਚੈਨਲਸ ਜਾਂ ਜਿੰਨੇ ਵੀ ਪਲੇਟਫਾਰਮ ਨੇ ਉਹ ਭਜਦੇ ਨੇ ਹਾਂ ਹਾਂ ਤੇ ਤੇ ਮੇਰੇ ਕੋਲ ਤਾਂ ਹੈ ਹੀ ਇੰਨੀਆਂ ਨੇ ਗੱਲਾਂ ਵੀ ਬਈ ਜਾਂ ਕਹਿ ਲੋ ਵੀ ਉਹ ਸਚਾਈਆਂ ਇੰਨੀਆਂ ਨੇ ਜਿਹੜੀਆਂ ਇਨਸੀਡੈਂਟ ਹੋਏ ਨੇ ਹਾਂਜੀ ਹਾਂਜੀ ਬਈ ਮੈਂ ਉਹਨਾਂ ਨੂੰ ਇੱਕ ਦਿਨ ਦੱਸਿਆ ਤੇ ਜਿਵੇਂ ਹੁਣ ਆਪਾਂ 올ਓਵਰ ਦਾ ਵਰਲਡ ਦੇਖਦੇ ਆ ਵੀ ਕੋਈ ਵੀ ਵਿਆਹ ਜਿਹੜਾ ਹੈਗਾ ਵੀ ਉਹ ਉਹਦੇ ਚ ਮੇਰਾ ਉਹ ਜਿਹੜਾ ਬਲਵੀਰ ਬੋਪਾਰਾ ਇਹਦਾ ਗਾਣਾ ਬਣਾਇਆ ਦੇ ਲੈ ਗੇੜਾ ਉਹ ਉਹ ਚੱਲਣਾ ਹੀ ਚੱਲਣਾ ਆ ਹਨਾ ਜੀ ਚੱਲਣਾ ਹੀ ਚੱਲਣਾ ਹਾਂ ਉਹ ਉਹ ਵੀ ਦੇਖੋ ਕਿੱਡਾ ਵੱਡਾ ਗਾਣਾ ਆ ਤੇ ਉਦੋਂ ਉਸ ਟਾਈਮ ਦੇ ਉੱਤੇ ਬਲਵੀਰ ਕੋਈ ਮਤਲਬ ਕਲਾਕਾਰ ਵੀ ਨਹੀਂ ਸੀ ਗਾਇਕ ਵੀ ਨਹੀਂ ਸੀ ਗਾ ਤੇ ਗੀਤਕਾਰ ਸੀਗਾ ਤੇ ਇੱਕ ਪੇਸ਼ਕਾਰ ਸੀਗਾ ਫਾਈਨ ਟੋਨ ਦੇ ਲਈ ਕੰਮ ਕਰ ਰਿਆ ਕੁਦਰਤੀ ਮੈਂ ਐਲਬਮ ਤੇ ਉਦੋਂ ਜਿਹੜੀ ਸੀ ਉਹ ਟ੍ਰਾਂਟੋ ਤੋਂ ਆਪਣਾ ਆਰਟਿਸਟ ਆ ਬੁੱਕਣ ਜੱਟ ਹੂੰ ਹੂੰ ਉਹ ਫਾਈਨ ਟੋਨ ਨਾਲ ਕਿਤੇ ਉਹਦੀ ਰਜਿੰਦਰ ਭਾਜੀ ਨਾਲ ਗੱਲ ਹੋ ਗਈ ਤਾਂ ਰਜਿੰਦਰ ਭਾਜੀ ਨੇ ਮੈਨੂੰ ਆ ਕੇ ਕਹਿ ਦਿੱਤਾ ਵੀ ਇਸ ਇਹ 2003 ਦੀ ਗੱਲ ਆ ਬੇਸਿਕਲੀ ਹਾਂਜੀ ਉਹ ਮੈਨੂੰ ਕਹਿੰਦੇ ਵੀ ਆਪਾਂ ਬੁੱਕਣ ਜੱਟ ਦੀ ਕਹਿੰਦੇ ਰਿਕਾਰਡਿੰਗ ਕਰਨੀ ਆ ਵੀ ਮੇਰੀ ਗੱਲ ਹੋ ਗਈ ਆ ਤੇ ਵੀ ਮੈਂ ਪੇਮੈਂਟ ਵੀ ਜੋ ਵੀ ਸਾਡੀ ਗੱਲਬਾਤ ਆ ਵੀ ਡਨ ਹੋ ਗਈ ਆ ਵੀ ਤੂੰ ਯਾਰ ਤਿਆਰੀ ਕਰ ਲੈ ਬਾਹਰ ਲਈ ਤੇ ਆਣਦੀ ਤੇ ਵੀ ਆਪਾਂ ਰਿਕਾਰਡਿੰਗ ਕਰਨੀ ਮੈਂ ਉਹਨਾਂ ਨੂੰ ਹਾਂ ਕਰਤੀ ਜੀ ਵੀ ਜੈਸ ਕਰਤੀ ਠੀਕ ਹੈ ਜਿਹੜਾ ਮੇਰਾ ਗੋਰਾ ਪਾਰਟਨਰ ਆ ਜਾਂ ਕਹਿ ਲੋ ਜਾਂ ਮੇਰਾ ਅਬੀ ਇਸ ਪੂਰੀ ਜਰਨੀ ਦਾ ਮੇਰੇ ਨਾਲ ਜਿਹੜਾ ਕਹਿ ਲੋ ਵੀ ਮੋਡਰਨਾ ਮੋਡਲ ਆ ਕੇ ਜੁੜਿਆ ਉਹਨੂੰ ਮੈਂ ਫੋਨ ਕੀਤਾ ਤੇ ਉਹਦਾ ਮੈਨੂੰ 2 ਦਿਨ ਬਾਅਦ ਫੋਨ ਆਇਆ ਵਾਪਸ ਤੇ ਕਹਿੰਦਾ ਯਾਰ ਵੀ ਮੈਂ ਤਾਂ ਇੰਗਲੈਂਡ ਤੋਂ ਪੂਰੀ ਫੈਮਿਲੀ ਸਮੇਤ ਮੈਂ ਤਾਂ ਸਪੇਨ ਸ਼ਿਫਟ ਹੋ ਗਿਆ ਵੀ ਜਿਹੜਾ ਮੇਰਾ ਨਵਾਂ ਘਰ ਬਣ ਰਿਹਾ ਹੈ ਜਿੱਥੇ ਆਪਾਂ ਸਟੂਡੀਓ ਲਾਉਣਾ ਆ ਵੀ ਉਹ ਤਾਂ ਹਜੇ ਲੱਗਣੇ ਆ ਹਜੇ 3-4 ਮਹੀਨੇ ਕੰਪਲੀਟ ਹੋਣਨੂੰ ਭਈ ਮੈਂ ਤਾਂ ਕਹਿੰਦਾ ਰੈਂਟਡ ਕਾਮੋਡੀਸ਼ਨ ਚ ਇਸ ਵੇਲੇ ਰਹਿ ਰਿਹਾ ਬੀ 10 ਬੈਡਰੂਮ ਦਾ ਘਰ ਆ ਵੀ ਉਹਦੇ ਚ ਇੱਕ ਬੈਡਰੂਮ ਬੱਚਿਆਂ ਦਾ ਇੱਕ ਚ ਅਸੀਂ ਸਮਾਨ ਸਪੂਨ ਜਿਹਾ ਉਹਦੇ ਕੰਪਾਈਲ ਕੀਤਾ ਇੱਕ ਚ ਮੈਂ ਤੇ ਵਾਈਫ ਆ ਹਾਂ ਭਈ ਆਪਰ ਰਿਕਾਰਡਿੰਗ ਕਿੱਦਾਂ ਕਰਾਂਗੇ ਮੈਂ ਕਿਹਾ ਯਾਰ ਕੋਈ ਇੱਥੇ ਸਪੀਨ ਤੂੰ ਜਿੱਥੇ ਗਿਆ ਕੋਈ ਲੱਭ ਸਟੂਡੀਓ ਕਹਿੰਦਾ ਯਾਰ ਮੈਂ ਤਾਂ ਇੱਥੇ ਪਿੰਡ ਜੇ ਆਹੋ ਕੋਈ ਹੋਵੇ ਭਈ ਆ ਭਈ ਮੈਂ ਕਹਿੰਦਾ ਮੈਂ ਤਾਂ ਕਿਤੇ ਇੱਥੇ ਪਿੰਡ ਜੇ ਆਂ ਭਈ ਇੱਥੇ ਤਾਂ ਕਹਿੰਦਾ ਵੀ ਕੋਈ ਹੈ ਹੀ ਨਹੀਂ ਐ ਸਟੂਡੀਓ ਹੀ ਹੈ ਨਹੀਂ ਭਈ ਜਿਹੜਾ ਨੀਰੈਸਟ ਸਟੂਡੀਓ ਇੱਥੇ ਕੋਈ ਹੈਗਾ ਆ ਚੱਜ ਦਾ ਹਾਂ ਉਹ ਕਹਿੰਦਾ ਹਾਂ 스ਪੈਨਿਸ਼ ਦੇ ਵਿੱਚ ਹਜੇ ਹੱਥ ਤੰਗਿਆ ਤੇ ਮੈਂ ਬਾੜੀ 스ਪੈਨਿਸ਼ ਬੋਲਣੀ ਵੀ ਨਹੀਂ ਜਾਣਦਾ ਤੇ ਹੁਣ ਤੁਸੀਂ ਦੇਖੋ ਨਾ ਵੀ ਇੱਕ ਗੋਰਾ ਜਿਹੜਾ ਸਾਰੀ ਉਮਰ ਇੰਗਲੈਂਡ ਰਿਆ ਹੋਵੇ ਆਹੋ ਮੈਂ ਕਿਹਾ ਵੀ ਤੂੰ ਇੰਗਲੈਂਡ ਆ ਜਾ ਬਈ ਆਪਾਂ ਇੰਗਲੈਂਡ ਕਰ ਲੈਨੇ ਆ ਉਹ ਕਹਿੰਦਾ ਹੁਣ ਮੇਰਾ ਘਰ ਬਣ ਰਿਹਾ ਇੱਥੇ ਬਈ ਬਿਲਡਰ ਲੱਗੇ ਹੋਏ ਆ ਤੇ ਮੈਂ ਦਿੱਲੀ ਉੱਥੇ ਜਾਣਾ ਵੀ ਮੈਂ ਕਿੱਦਾਂ ਕਰਾਂ ਤੇ ਮੈਂ ਕਿਹਾ ਖੈਰ ਆਪਾਂ ਗੱਲ ਨੂੰ ਸ਼ਾਰਟ ਕਰਦੇ ਮੈਂ ਕਿਹਾ ਯਾਰ ਵੀ ਜਿੱਦਾਂ ਮਰਜੀ ਕੁਝ ਕਰ ਕਹਿੰਦਾ ਜਿਹੜਾ ਸਟੂਡੀਓ ਆ ਨਾ ਵੀ ਆਪਣਾ ਉਹ ਵਰਮਿੰਗਮ ਦੇ ਕੋਲ ਇੱਕ ਛੋਟਾ ਜਿਹਾ ਸ਼ਹਿਰ ਸੀ ਕਿਡੀ ਮਿਨਿਸਟਰ ਉੱਥੇ ਸੀ ਉਹਦਾ ਸਟ ਹੇ ਤਾਂ ਕਹਿੰਦਾ ਵੀ ਮੈਂ ਤਾਂ ਸਾਰਾ ਸਟੂਡੀਓ ਜਿਹੜਾ ਹੈਗਾ ਵੀ ਉਹ ਟਰੱਕ ਦੇ ਵਿੱਚ ਬੰਨਿਆ ਪਿਆ ਆ ਸਾਰਾ ਸਮਾਨ ਪੈਕ ਕਰਤਾ ਮੈਂ ਪੈਕ ਕਰਤਾ ਹੋਇਆ ਵੀ ਉਹ ਤਾਂ ਟਰੱਕ ਦੇ ਵਿੱਚ ਪਿਆ ਆ ਸਮਾਨ ਸਾਰਾ ਕਿੰਨੇ ਵੀ ਇੱਧਰ ਦਾ ਕਰਕੇ ਵੀ ਮੈਨੂੰ ਤਾਂ ਕਹਿੰਦੇ ਵੀ ਮੈਂ ਨੂੰ ਨਹੀਂ ਹੁਣ ਪਤਾ ਕੁਛ ਵੀ ਮੈਂ ਤੇ ਮੈਂ ਨੂੰ ਕਿਹਾ ਮੈਂ ਕਿਹਾ ਯਾਰ ਵੀ ਮੈਨੂੰ ਨਹੀਂ ਹੁਣ ਪਤਾ ਵੀ ਮੈਂ ਹਾਂ ਕਰ ਚੁੱਕਿਆ ਆ ਆਹੋ ਤੇ ਵੀ ਹੋਰ ਮੈਂ ਕੁਛ ਕਰ ਨਹੀਂ ਸਕਦਾ ਵੀ ਤੂੰ ਮੈਨੂੰ ਉਹ ਕਹਿੰਦਾ ਫਿਰ ਮੈਨੂੰ ਤੂੰ 2 ਦਿਨ ਦੇ ਸੋਚਣ ਲਈ ਫਿਰ ਮੈਂ ਕੁਛ ਦੇਖਦਾ ਵਰਕਆਊਟ ਕਰਦਾ ਵੀ ਕਿੱਦਾਂ ਕਰਦਾ ਮੈਂ ਜਾਣੂ ਉਹਨਾਂ 2 ਦਿਨਾਂ ਚ ਇੱਧਰ ਇਹਦੀ ਮੋਕਨਜੜ ਦੀ ਡਬਿੰਗ ਕਰ ਲਈ ਡਮੀਆਂ ਡੁਮੀਆਂ ਬਣਾ ਲੀਆਂ ਜੋ ਪੀਸ ਵਰਕ ਮੈਂਡਲਨ ਤੋਂ ਵੀ ਸਰੰਗੀ ਜੋ ਵੀ ਰਿਕਾਰਡ ਕਰਨਾ ਸੀ ਉਹ ਮੈਂ ਆਪਣਾ ਮਟੀਰੀਅਲ ਜਾ ਤਿਆਰ ਕਰ ਲਿਆ ਹਾਂ ਉਹਦਾ 2 ਦਿਨ ਬਾਅਦ ਮੈਨੂੰ ਮੈਸੇਜ ਆਇਆ ਉਹ ਕਹਿੰਦਾ ਯਾਰ ਮੈਂ ਵੀ ਇੱਕ ਆਪਸ਼ਨ ਸੋਚੀ ਆ ਕਹਿੰਦਾ ਵੀ ਜੇ ਤੈਨੂੰ ਮਾਇੰਡ ਨਹੀਂ ਹੈਗਾ ਵੀ ਮੈਂ ਨਾ ਖੜੇ ਪੈਰ ਕਹਿੰਦਾ ਵੀ ਮੈਂ ਨਾ ਜਿਹੜਾ ਸਾਡਾ ਲਾਂਡਰੀ ਰੂਮ ਆ ਹਾਂਜੀ ਕਹਿੰਦਾ ਵੀ ਮੈਂ ਨਾ ਬਈ ਲਾਂਡਰੀ ਰੂਮ ਜਿਹੜਾ ਆਪਣਾ ਹੈਗਾ ਬਈ ਉਹ ਉਹਦੇ ਚੋਂ ਵਾਸ਼ਿੰਗ ਮਸ਼ੀਨ ਤੇ ਡਰਾਇਰ ਕੱਢ ਕੇ ਹਾਂ ਬਈ ਮੈਂ ਉਹਦੇ ਚ ਟੈਂਪਰੇਰੀ ਮੈਂ ਸਟੂਡੀਓ ਫਿੱਟ ਕਰ ਸਕਦਾ ਹਾਂ ਹਾਂਜੀ ਕਹਿੰਦਾ ਵੀ ਜੇ ਤੈਨੂੰ ਉਹ ਮਨਜ਼ੂਰ ਆ ਤੇ ਮੈਂ ਆਪਾਂ ਇਦਾਂ ਹੀ ਰਿਕਾਰਡਿੰਗ ਕਰ ਸਕਦੇ ਆ ਵੀ ਹੋਰ ਨਹੀਂ ਕੋਈ ਆਪਸ਼ਨ ਹੈਗੀ ਮੈਂ ਕਹਿਆ ਜੀ ਕੋਈ ਗੱਲ ਨਹੀਂ ਬਈ ਆਪਾਂ ਤੂੰ ਤੂੰ ਕਰ ਲੈ ਜੋ ਤੁਸ ਕਰਨਾ ਤੂੰ ਤੁਸੀਂ ਉਹ ਦੇਖ ਲਓ ਜੀ ਵੀ ਉਹ ਜਿਹੜੀ ਮਤਲਬ ਸੁਪਰ ਹਿੱਟ ਰਿਕਾਰਡਿੰਗ ਹੈ ਦੇ ਲੈ ਗੇੜਾ ਜਬਕਨ ਜੱਟ ਦੀ ਉਹ ਐਲਬਮ ਹੈ ਹਾਂਜੀ ਹਾਂਜੀ ਗੱਬਰੂ ਤੇਰੇ ਕੋ ਕਿਤੋਂ ਤੇ ਉਹਦੇ ਚਕ ਗਾਣਾ ਹੀ ਟੋਇਆ ਸੀ ਬਹੁਤ ਵੱਡਾ ਦੇਖਿਓ ਕਿਤੇ ਅੱਗ ਨਾ ਲਾ ਦਿਓ ਤੇ ਜੱਸੀ ਸੋਲ ਦੀ ਐਲਬਮ ਜਿਹੜੀ ਹੈ ਹਾਂਜੀ ਜਿੰਦੇ ਉਹਦੇ ਪਹਿਲੇ 4 ਗਾਣੇ ਤੇ ਦਿਲ ਹੈ ਗੇੜਾ ਹਾਂ ਇਹ ਬੇਸਿਕਲੀ ਇੱਕ ਲਾਂਡਰੀ ਰੂਮ 'ਚ ਰਿਕਾਰਡਿੰਗ ਹੋਈ ਆ ਇਹ ਕਿਸੇ ਪ੍ਰੋਫੈਸ਼ਨਲ ਸਟੂਡੀਓ ਦੀ ਰਿਕਾਰਡਿੰਗ ਨਹੀਂ ਹੈਗੀ ਹਾਂਜੀ ਹਾਂਜੀ ਨਹੀਂ ਦੇਖ ਲਓ ਇਹ ਇਹ ਉਹ ਲਾਂਡਰੀ ਰੂਮ ਐ ਇੰਨਾ ਕਿ ਤੁਸੀਂ ਆਪਾਂ ਨੂੰ ਬਾਹਰ ਬਰ ਇੰਨੇ ਆਪਾਂ ਕੈਨੇਡਾ ਵਰਕ ਆਲੇ ਆਪਾਂ ਨੂੰ ਪਤਾ ਹੀ ਆ ਵੀ ਲਾਂਡਰੀ ਰੂਮ ਕਿੰਨੇ ਕਬੜੇ ਹੁੰਦੇ ਆ ਹਾਂ ਜੀ ਹਾਂ ਜੀ ਹਾਂ ਜੀ ਤੇ ਤੁਸੀਂ ਦੇਖ ਲਓ ਵੀ ਮੈਂ 9 ਦਿਨ ਉਸ ਸਪੇਸ ਦੇ ਵਿੱਚ ਗੁਜ਼ਾਰੇ ਆ ਤੇ ਅਸੀਂ ਦੋਨਾਂ ਨੇ ਇੱਕ ਦੂਜੇ ਦਾ ਚਿਹਰਾ ਨਹੀਂ ਦੇਖਿਆ ਪਰ ਸਾਡੇ ਦੋਨਾਂ ਦੀਆਂ ਕੁਰਸੀਆਂ ਬੈਕ ਟੂ ਬੈਕ ਲਗੀਆਂ ਹੋਈਆਂ ਸੀਗੀਆਂ ਤੇ ਉਹ ਸਪੀਕਰਾਂ ਵੱਲ ਨੂੰ ਉਹਦਾ ਮੂੰਹ ਹੁੰਦਾ ਸੀ ਮੇਰਾ ਕੀਬੋਰਡ ਵੱਲ ਨੂੰ ਮੂੰਹ ਹੁੰਦਾ ਸੀਗਾ ਹਾਂ ਜੀ ਤੇ ਅਸੀਂ 9 ਦਿਨ ਮਤਲਬ ਤੁਸੀਂ ਦੇਖ ਲਓ ਵੀ ਅਸੀਂ 9 ਦਿਨ ਦੇ ਵਿੱਚ 16 ਗਾਣੇ ਬਣਾਏ ਅਸੀਂ 8 ਗਾਣੇ ਬੰਨ ਜਟਦੇ ਹਾਂਜੀ ਚਾਰ ਬਲਵੀਰ ਵੋਪਰ ਆ ਇਹਦੇ ਤੇ ਚਾਰ ਜੱਸੀ ਸੋਲਦੇ ਔਰ ਤਿੰਨੋ ਈ ਟੇਪਾਂ ਸੁਪਰੇਟ ਹੋਈਆਂ ਮਤਲਬ ਇਹ ਤੁਸੀਂ ਦੇਖੋ ਜੀ ਵੀ ਇਹ ਉਹ ਜਿਹੜਾ ਗਾਣਾ ਜਿਹੜਾ ਅੱਜ ਵੀ ਜਦੋਂ ਕਿਤੇ ਕਿਤੇ ਵੀ ਚੱਲਦਾ ਨਾ ਕਿਸੇ ਵਿਆਹ ਦੇ ਵਿੱਚ ਤੇ ਮੈਨੂੰ ਉਹ ਲਾਂਡਰੀ ਰੂਮ ਯਾਦ ਆ ਜਾਂਦਾ ਵੀ ਯਾਰ ਇਹ ਰਿਕਾਰਡ ਕਿੱਥੇ ਹੋਇਆ ਸੀ ਅੱਜ ਦੇ ਦੌਰ 'ਚ ਜਦੋਂ ਆਪਾਂ ਇਹ ਗੱਲ ਕਹਿੰਦੇ ਆ ਬਈ ਇਹਦੀ ਰਿਕਾਰਡਿੰਗ ਇੰਨੇ ਬਿੱਟ ਤੇ ਹੋਈ ਆ ਤੇ ਇਹਦੀ ਮਾਸਟਰਿੰਗ ਬੰਬੇ ਫਲਾਣੇ ਨੇ ਕੀਤੀ ਆ ਤੇ ਤੇ ਆ ਕੀਤਾ ਆ ਹਾਂ ਲੂ ਬੰਦਾ ਚਾਹੀਦਾ ਇਹਦੇ ਵਿੱਚ ਨਾ ਜਿੱਦਾਂ ਜਾਨਕੀ ਅਕੋਪਮੈਂਟ ਦਾ ਨਹੀਂ ਕੋਈ ਵੀ ਚੱਕਰ ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਨਾ 2000 ਦੇ ਵਿੱਚ ਮੈਂ ਤੇ ਮੇਰੀ ਵਾਈਫ ਅਸੀਂ ਮੂਵ ਹੋ ਗਏ ਲਾਸ ਐਂਜਲਸ ਜੀ ਉਹਨੂੰ ਉੱਥੇ ਜੌਬ ਮਿਲ ਗਈ ਤੇ ਅਸੀਂ ਜਾ ਕੇ ਇੱਕ ਹੋਟਲ ਦੇ ਵਿੱਚ ਠਹਿਰ ਗਏ ਤੇ ਅਸੀਂ 15 ਦਿਨ ਹੋਟਲਸ ਰਹੇ ਤੇ ਅਸੀਂ ਕਿਰਾਏ ਤੇ ਜਗਾ ਲੱਭੀ ਜਈਏ ਸੈਂਟਾ ਮੋਨਿਕਾ ਚ ਸਾਨੂੰ ਕੋਈ ਲੱਭੇ ਨਾ ਜੀ ਜੀ ਤੇ ਉਧਰੋਂ ਸਾਡੇ ਦੇ ਉੱਪਰ ਟਿਪਸ ਵਾਲਿਆਂ ਨੇ ਰੌਲਾ ਪਾਏ ਆ ਕਿ ਸਾਡੀ ਟਿਪਸ ਨਾਲ ਨਵੀਂ ਨਵੀਂ ਡੀਲ ਹੋਈ ਸੀ ਉਹ ਕਹਿੰਦੇ ਸੀ ਸਾਨੂੰ ਟੇਪ ਦਿਓ ਟੇਪ ਦਿਓ ਹਾਂਜੀ ਹਾਂਜੀ ਤੇ ਅਸੀਂ ਨਾ ਜੀ ਇੱਕ ਪੋਰ ਪਲੈਕਸ ਸੀਗਾ ਤੇ ਉਹਦੇ ਵਿੱਚ ਨਾ ਇੱਕ ਵਿਚਾਲੇ ਜਿਹਾ ਇੱਕ ਕੁਟੀਆਂ ਜਹੀ ਸੀਗੀ 400 ਸਕੂਅਰ ਫੁੱਟ ਦੀ ਵਾਹ 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 ਸਾਨੂੰ ਉਹ ਕਿਰਾਏ ਤੇ ਮਿਲੀ ਜੀ ਅਸੀਂ ਉਹਦੇ ਵਿੱਚ ਲਿਆ ਕੇ ਆਪਣਾ ਅਸੀਂ ਸਟੋਰੇਜ ਤੋਂ ਸਮਾਨ ਇੱਥੋਂ ਮੰਗਾਇਆ ਸੀ ਟਰੱਕ ਚੋਂ ਤੇ ਅਸੀਂ ਉਹ ਸਟੋਰੇਜ ਰੂਮ ਵਿੱਚ ਰੱਖਿਆ ਸੀ ਤੇ ਅਸੀਂ ਉੱਥੋਂ ਬੈਨ ਲੈ ਕੇ ਤੇ ਅਸੀਂ 400 ਫੁੱਟ ਦੇ ਵਿੱਚ ਲਿਆ ਕੇ ਰੱਖ ਲਿਆ ਤੇ ਮੈਂ ਆਪਣੇ ਕੰਪਿਊਟਰ ਕੰਪਿਊਟਰ ਖੋਲ ਲਏ ਤੇ ਕੋਈ ਸਾਡੀ ਚੇਅਰ ਨਾ ਖੁੱਲੀ ਕੋਈ ਕੁਛ ਨਾ ਖੁੱਲੀ ਜਿਹੜਾ ਹੁਸਨ ਦਾ ਜਾਦੂ ਜਾਂ ਤੇਰੀ ਦੀ ਜਵਾਨੀ ਨੇ ਉਹ ਮੈਂ ਇੱਕ ਬਾਕਸ ਉੱਤੇ ਕੰਪਿਊਟਰ ਰੱਖ ਕੇ ਉਹਦੇ ਮੂਰੇ ਬਾਕਸ ਰੱਖ ਕੇ ਉਹਦੇ ਤੇ ਬੈਠ ਕੇ ਗੀਤ ਬਣਾਇਓ ਵਾਹ 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 ਕੀ ਬਾਤ ਹੈ ਕੀ ਬਾਤ ਹੈ ਜਣ ਕੇ ਗੱਲ ਕੀ ਹੁੰਦੀ ਹੈ ਕਿ ਇਹਦਾ ਇਹਦਾ ਕੋਈ ਮਤਲਬ ਨਹੀਂ ਹੈ ਕਿ ਤੁਸੀਂ ਕਿੱਥੇ ਬੈਠੇ ਆ ਤੁਸੀਂ ਕੀ ਕਰਦੇ ਇਹ ਇਹ ਗੱਲਾਂ ਤਾਂ ਦਿਮਾਗ 'ਚ ਚੱਲਦੀਆਂ ਮੈਂ ਤੁਹਾਨੂੰ ਜੀ ਇਸ ਗੱਲ ਦੀ ਐਡੀਸ਼ਨ ਕਰਦਾ ਵੀ ਮੈਂ ਨਾ ਅਮਰਿੰਦਰ ਗਿੱਲ ਦਾ ਜਦੋਂ ਵਿਆਹ ਹੋਇਆ ਤੇ ਉਦੋਂ ਅਮਰਿੰਦਰ ਗਿੱਲ ਨੂੰ ਕਿਉਂਕਿ ਲਾਂਚ ਹੀ ਮੈਂ ਕੀਤਾ 99 ਚ ਤੇ ਬਈ ਅਸੀਂ 4 3 4 ਸਾਲ ਜਿਹੜੇ ਅਮਰਿੰਦਰ ਦੇ ਸ਼ੁਰੂਆਤੀ ਦੌਰ ਸੀ ਉਹ ਬਈ ਇਕੱਠਿਆਂ ਬਤਾਏ ਆ ਹਾਂਜੀ ਅਮਰਿੰਦਰ ਦਾ ਉੱਚੇ ਤੌਰ ਤੇ ਮੈਨੂੰ ਜਿੱਦਾਂ ਕਹ ਲਓ ਵੀ ਇੱਕ ਸਿਗਾ ਵੀ ਖਾਸ ਤੌਰ ਤੇ ਵੀ ਭਾਜੀ ਵੀ ਮੇਰੇ ਵਿਆਹ ਦੇ ਉੱਤੇ ਵੀ ਤੁਸੀਂ ਇੱਕ ਹਫ਼ਤਾ ਪਹਿਲਾਂ ਆ ਜਾਣਾ ਬਈ ਬਸ ਆਪਾਂ ਇੱਕ ਹਫ਼ਤਾ ਇੰਜੋਏ ਕਰਨਾ ਮੈਂ ਚੰਡੀਗੜ੍ਹੋਂ ਅਮਰਸਰ ਚੱਲ ਗਿਆ ਜੀ ਤੇ ਉਦੋਂ ਉਹਨਾਂ ਦਿਨਾਂ ਦੇ ਵਿੱਚ ਇਹ ਆਪਣੀ ਤੁਹਾਡੀ ਐਲਬਮ ਜਿਹੜੀ ਸੀ ਹਸਨ ਦਾ ਜਾਦੂ ਨਾ ਇਹ ਰੀਲਿਸ ਉਹ ਕਹਿੰਸੀ ਕੀ ਹਾਂਜੀ ਇਹਦੇ ਵਿੱਚੋਂ ਜਿਹੜਾ ਗਾਣਾ ਨਾ ਤੁਹਾਡਾ ਆ ਜਾ ਭਾਬੀ ਝੂਟ ਲੈ ਹਾਂਜੀ ਤੁਸੀਂ ਯਕੀਨ ਕਰਿਓ ਵੀ ਉਹ ਐਕਚੁਅਲੀ ਕੀ ਸੀ ਜਿਹੜਾ ਰਿਦਮ ਬॉयਜ਼ ਅੱਜ ਉਹਨਾਂ ਦੀ ਕੰਪਨੀ ਦਾ ਨਾਮ ਆ ਇਹ ਨਾਮ ਤਾਂ ਅਸੀਂ ਉਦੋਂ ਹੀ ਮੈਂ ਬਣਾਤਾ ਸੀਗਾ ਜਦੋਂ ਕਿਉਂਕਿ ਉਹਨਾਂ ਨੇ ਜਿਹੜਾ ਭੰਗੜਾ ਪਾਇਆ ਸੀਗਾ ਵੀ ਉਹਨਾਂ ਦਾ ਨਾਮ ਰਿਦਮ ਬॉयਜ਼ ਉਦੋਂ ਹੀ ਅਸੀਂ ਕ੍ਰੀਏਟ ਕਰ ਲਿਆ ਸੀ ਹਾਂ ਉਦੋਂ ਸਾਡੇ ਨਾਲ ਲਖਵਿੰਦਰ ਬਟਾਲੀ ਹਜੇ ਖਾਲਸਾ ਕਾਲਜ ਦਾ ਇਹਨਾਂ ਦਾ ਅਮਰਿੰਦਰ ਹੁਣਾਂ ਦਾ ਬਹੁਤ ਜੂਨੀਅਰ ਸੀਗਾ ਇਹ ਗਾਉਣਾ ਨਹੀਂ ਸੀ ਹਜੇ ਸ਼ੁਰੂ ਕੀਤਾ ਲਖਵਿੰਦਰ ਬਟਾਲੀ ਨੇ ਹਾਂਜੀ ਤੇ ਲਖਵਿੰਦਰ ਵੀ ਨਾਲ ਹੁੰਦਾ ਸੀ ਤੇ ਅਸੀਂ ਸਾਰੇ ਮੇਰਾ ਖਿਆਲ ਤੁਸੀਂ ਇਹ ਦੇਖ ਲਓ ਜੀ ਵੀ ਅਸੀਂ ਉਸ 7-8 ਦਿਨ ਬਈ ਰੋਜ਼ ਰਾਤ ਨੂੰ ਅਸੀਂ ਉਸ ਟਾਈਮ ਦੇ ਉੱਤੇ ਡੈੱਕ ਹੀ ਹੁੰਦੇ ਸੀਗੇ ਡੀਜੇ ਦਾ ਮੁੰਡਾ ਨੇ ਇੱਕ ਡੈੱਕ ਲਾ ਕੇ ਹਾਂ ਤੇ ਡੈੱਕ ਲਾ ਕੇ ਅਸੀਂ ਵੀ ਆ ਜਾ ਭਾਬੀ ਝੂਟਲਾ ਦੇ ਉੱਤੇ ਵੀ ਅਸੀਂ ਇੰਨੇ ਕ ਡਾਂਸ ਕੀਤਾ ਇੰਨੇ ਕ ਨੱਚੇ ਹੋਏ ਨਾ ਅਸੀਂ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਈ ਮਤਲਬ ਵੀ ਦੋ ਦੋ ਘੰਟੇ ਲਗਾਤਾਰ ਇਹੀ ਗਾਣਾ ਰਿਪੀਟ ਦੇ ਉੱਤੇ ਵੀ ਅਸੀਂ ਇੰਨਾ ਨੱਚੇ ਹੋਏ ਨਾ ਇਸ ਗਾਣੇ ਦੇ ਉੱਤੇ ਤੇ ਵਾਕਿਆ ਹੀ ਜਿਵੇਂ ਸੀਮ ਉਹੀ ਗੱਲ ਹੈ ਵੀ ਜਦੋਂ ਕੋਈ ਗਾਣਾ ਸੁਪਰ ਹਿੱਟ ਹੁੰਦਾ ਨਾ ਜਾਂ ਹਿੱਟ ਹੁੰਦਾ ਤੇ ਉਹ ਜਦੋਂ ਬਣਦਾ ਆ ਉਹ ਆਪਣੀ ਜਗ੍ਹਾ ਆਪਣੇ ਆਪ ਹੀ ਲੈ ਲੈਂਦਾ ਉਹਦਾ ਆਪਣਾ ਸਾਰੀ ਜਿਹੜੀ ਕ੍ਰिएशन ਆ ਉਹ ਆਪਣੇ ਆਪ ਹੀ ਉਹ ਫਿਕਸ ਹੁੰਦੀ ਆ ਵੀ ਹਾਂ ਜਾ ਰੇ ਇਸ ਇਸੀ ਨੂੰ ਇਦਾਂ ਕ੍ਰੀਏਟ ਕੀਤਾ ਜਾਣਾ ਹਾਂ ਇੱਕ ਇਹ ਪਤਾ ਨਹੀਂ ਨਾ ਲੱਗਦਾ ਤੁਸੀਂ ਜਦੋਂ ਬਣਾਉਨੇ ਆ ਐਲਬਮ ਪਤਾ ਨਹੀਂ ਲੱਗਦਾ ਕਿਹੜੇ ਗਾਣੇ ਨੇ ਉੱਪਰ ਆਣਾ ਕਿਹੜੇ ਗਾਣੇ ਨੇ ਬਾਹਰ ਨਾ ਕਿਹਨੇ ਹਿੱਟ ਹੋਣਾ ਇਹ ਕਿਸੇ ਦੇ ਹੱਥ ਭੇਦ ਨਹੀਂ ਨਾ ਆਇਆ ਜਿਹੜਾ ਸਾਡਾ ਆਪਣਾ ਆ ਗੀਤ ਨਾ ਜੀ ਵੀ ਆਪਣਾ ਸਰਜੀ ਚੀਮਾ ਵਾਲਾ ਤੇ ਗਿੱਪੀ ਗਰੇਵਾਲ ਦਾ ਮੈਂ ਇਹ ਦੋਨਾਂ ਦੇ ਛੋਟੇ ਛੋਟੇ ਇਨਸੀਡੈਂਟਸ ਸੁਣਾਣਾ ਤੁਹਾਨੂੰ ਮੈਂ ਹਾਂਜੀ ਜਦੋਂ ਅਸੀਂ ਸਰਜੀ ਚੀਮਾ ਭਾਈ ਦੀ ਟੇਪ ਰੰਗ ਰਾਰੀ ਦੀ ਕਰਨੀ ਸੀ ਤਾਂ ਹਾਂਜੀ ਮੈਂ ਉਦੋਂ ਸਾਨੂੰ ਸਾਨੂੰ ਟੀ ਸੀਰੀਜ਼ ਨੇ ਨਾ ਇੱਕ ਲੰਮਸਮ ਬਜਟ ਜਿਆ ਦੇਤਾ ਬੰਬੇ ਬਲਾ ਕੇ ਜੀ ਵੀ ਅਸੀਂ ਤੁਹਾਨੂੰ ਆ ਇੰਨਾ ਬਜਟ ਦੇਣਾ ਆ ਹਾਂ ਇੰਨੇ ਚ ਕਰੋ ਭਾਈ ਸਾਡੀ ਵਾਲੋ ਰਿਕਾਰਡਿੰਗ ਤੁਸੀਂ ਬੰਬੇ ਕਰ ਲਓ ਸਾਡੀ ਵਾਲੋ ਰਿਕਾਰਡਿੰਗ ਤੁਸੀਂ ਫਗਵਾੜੇ ਕਰ ਲਓ ਚੰਡੀਗੜ੍ਹ ਕਰ ਲਓ ਦਿੱਲੀ ਕਰ ਲਓ ਜਿੱਥੇ ਮਰਜੀ ਕਰ ਲਓ ਸਾਨੂੰ ਮਾਸਟਰ ਲਿਆ ਕੇ ਦੇ ਦਿਓ ਬਸ ਹਾਂਜੀ ਹਾਂ ਤੇ ਮੈਂ ਸਰਜੀ ਜੀ ਨੂੰ ਭਾਈ ਨੂੰ ਕਿਹਾ ਮੈਂ ਕਿਹਾ ਭਾਜੀ ਵੀ ਜਿਹੜੀ ਸਾਊਂਡ ਆ ਇਸ ਵੇਲੇ ਵੀ ਉਹ ਮਾਡਰਨ ਹੋ ਚੁੱਕੀ ਆ ਹੂੰ ਇਹ 2002 ਦੀ ਗੱਲ ਆ ਤੇ ਹਾਂਜੀ ਮੈਂ ਕਿਹਾ ਜੀ ਵੀ 2002 ਜੁਲਾਈ ਦੀ ਹੂੰ 2002 ਜੂਨ ਚ ਮੇਰੀ ਮੈਰਿਜ ਹੋਈ ਮੈਂ ਕਿਹਾ ਜੀ ਵੀ ਆਪਾਂ ਕਿਉਂ ਨਾ ਪਲੈਨਿੰਗ ਕਰੀਏ ਵੀ ਸਾਊਂਡ ਜਿਹੜੀ ਆ ਇਸ ਵੇਲੇ ਇੰਗਲੈਂਡ ਦੀ ਚੱਲਣੀ ਸ਼ੁਰੂ ਹੋ ਗਈ ਆ ਪੰਜਾਬ ਦੇ ਵਿੱਚ ਹਾਂ ਆਪਾਂ ਇੰਗਲੈਂਡ ਚਲੀਏ ਮੈਂ ਆਲਰੇਡੀ ਇੰਗਲੈਂਡ ਉਦੋਂ 2-3 ਐਲਬਮ ਨਾ ਮੈਂ ਰਿਕਾਰਡ ਕਰ ਚੁੱਕਾ ਐ ਸੀ ਪਰ ਉਹ ਹਜੇ ਰਿਲੀਜ਼ ਨਹੀਂ ਸੀ ਹੋਈਆਂ ਐਚ ਐਮ ਬੀ ਕੰਪਨੀ ਦੇ ਕੋਲ ਪਈਆਂ ਸੀ ਜਿੱਦਾਂ ਉਹ ਸੋਨਾ ਨਹੀਂ ਆਇਆ ਮੁੰਡਾ ਲਖਵਿੰਦਰ ਲੱਕੀ ਅਮਰ ਅਰਸ਼ੀ ਦੀ ਪਹਿਲੀ ਡੈਬਿਊ ਐਲਬਮ ਉਹ ਸਾਰੀਆਂ ਟੈ ਐਲਬਮ ਐਚ ਐਮ ਬੀ ਕੋ ਪਈਆਂ ਸੀ ਪਰ ਰਿਲੀਜ਼ ਨਹੀਂ ਸੀ ਹੋਈਆਂ ਅਜੇ ਜੀ ਮੈਂ ਭਾਈ ਕਹਿੰਦੇ ਚਲੋ ਠ ਜੀ ਤੁਸੀਂ ਪਲਾਨ ਕਰ ਲਓ ਭਾ ਇੰਗਲੈਂਡ ਚਲਦੇ ਆ ਤੇ ਅਸੀਂ ਨਾ ਜਦੋਂ ਇੱਥੋਂ ਮੈਟਰ ਮੋਟਰ ਸਾਰਾ ਸਿਲੈਕਟ ਕਰ ਲਿਆ ਤੇ ਸੱਤ ਗਾਣੇ ਫਾਈਨਲ ਕਰ ਲਏ ਅੱਠਵਾਂ ਗਾਣਾ ਨਾ ਸਾਨੂੰ ਲੱਭੇ ਵੀ ਯਾਰ ਅੱਠਵਾਂ ਗਾਣਾ ਕਿਹੜਾ ਰਿਕਾਰਡ ਕਰਨਾ ਹਾਂ ਅਸੀਂ ਇੱਥੋਂ ਜਦੋਂ ਚੱਲੇ ਆ ਇੰਡੀਆ ਤੋਂ ਰਿਕਾਰਡਿੰਗ ਕਰਨ ਤੇ ਅਸੀਂ ਨਾ ਸਸਤੀਆਂ ਜੀਆਂ ਫਲਾਈਟਾਂ ਲੱਭੀਆਂ ਵੀ ਯਾਰ ਇੰਗਲੈਂਡ ਪਹੁੰਚਣਾ ਤੇ ਉਸ ਟਾਈਮ ਤੇ ਅਮਰਸਰ ਤੋਂ ਨਾ ਉਜ਼ਬੇਕਿਸਤਾਨ ਤੁਰਮੇਨਿਸਤਾਨ 에ਅਰਲਾਈਨ ਚੱਲਦੀਆਂ ਸੀਗੀਆਂ ਦੋ ਉਹ ਹਾਂਜੀ ਹਾਂਜੀ ਬਰਮੀਗਮ ਤੱਕ ਉਹ ਦੋ ਦੋ ਕਹਿੰਦਾ 23 24000 ਦੀ ਟਿਕਟ ਮਿਲ ਜਾਂਦੀ ਸੀ ਤੁਹਾਨੂੰ ਇੰਗਲ हां फे गाले। ਅਸੀਂ ਉੱਥੋਂ ਅਸੀਂ ਅੰਮ੍ਰਿਤਸਰ ਤੋਂ ਉੱਥੋਂ ਟਿਕਟਾਂ ਬੁੱਕ ਕਰਾਈਆਂ ਤੇ ਅਸੀਂ ਕਹਾਂ ਵੀ ਇਹਦੇ ਚ ਬੈ ਕੇ ਚੱਲ ਚੱਲਦੇ ਆਂ ਵੀ ਇੰਗਲੈਂਡ ਹੀ ਪਹੁੰਚਣਾ ਕੋਈ ਨਹੀਂ ਪਹੁੰਚਾਂਗੇ। ਆਹੋ। ਅਸੀਂ ਨਾ ਸੋਚ ਕੇ ਚੱਲੇ ਸੀ ਵਿਜੇਤ ਮੀ ਭਾਜੀ ਦਾ ਗਾਣਾ ਸੀਗਾ ਉਸ ਐਲਬਮ ਚ ਮੇਲਾ ਦੋ ਘੜੀਆਂ ਢਾਈ ਦਿੰਦੀ ਜ਼ਿੰਦਗਾਨੀ। ਹਾਂਜੀ ਹਾਂਜੀ। ਅਸੀਂ ਸੋਚਿਆ ਵੀ ਇਹ ਟਾਈਟਲ ਰੱਖਣਾ ਟੇਪ ਦਾ ਮੇਲਾ ਦੋ ਘੜੀਆਂ ਵੀ ਅੱਠਵਾਂ ਗਾਣਾ ਕੋਈ ਵੀ ਉੱਥੇ ਜਾ ਕੇ ਦੇਖ ਲਾਂਗੇ ਫਿੱਟ ਕਰ ਲਾਂਗੇ ਆਪਾਂ। ਹਲਾਜੀ ਹਾਂ ਜਦੋਂ ਸੱਤ ਗਾਣੇ ਡੱਬ ਹੋ ਗਏ ਸਾਰਾ ਕੁਝ ਹੋ ਗਿਆ ਤੇ ਜੀਮਾ ਭਾਜੀ ਕਹਿੰਦਾ ਵੀ ਮੇਰੇ ਪ੍ਰੋਗਰਾਮ ਆ ਵੀ ਮੈਂ ਤਾਂ 3-4 ਦਿਨ ਤੱਕ ਵਾਪਸ ਭਾਜੀ ਇੰਡੀਆ ਚ ਲੈਣਾ ਤੁਸੀਂ ਮਾਸਟਰ ਰਿਕਾਰਡ ਕਰਕੇ ਕੂਰੀਅਰ ਕਰ ਦਿਓ ਹਾਂ ਤੁਸੀਂ ਇਹ ਦੇਖੋ ਵੀ ਸਾਨੂੰ ਡੇਢ ਦਿਨ ਲੱਗ ਗਿਆ ਸੀ ਕਮਲੇ ਹੋ ਗਏ ਵੀ ਸਾਨੂੰ ਅੱਠਵਾਂ ਗਾਣਾ ਨਾਲ ਲੱਭੇ ਕਿੰਨੇ ਗੀਤਕਾਰਾਂ ਨੂੰ ਫੋਨ ਕਰ ਲਿਆ ਬਈ ਯਾਰ ਕਿਹੜਾ ਕੋਈ ਫਿੱਟ ਨਾ ਬੈਠੇ ਇੰਗਲੈਂਡ ਦੇ ਵੀ ਇੱਕ ਦੋ ਸਿੰਗਰ ਅੱਛਾ ਉਸ ਐਲਬਮ ਚ ਆਪਣੇ ਦੇਵਰਾ ਜਸਲ ਜੀ ਸੀਗੇ ਇੰਗਲੈਂਡ ਤੋਂ ਹੁਣ ਉਹਨਾਂ ਦੀ ਡੈਥ ਹੋ ਗਈ। ਉਹਨਾਂ ਨੇ ਲਗੋਜੇ ਵਗੈਰਾ ਉਹਦੇ ਚ ਉਹਨਾਂ ਨੇ ਬਜਾਏ ਹੋਇਆ ਤੇ ਉਹਨਾਂ ਨੂੰ ਵੀ ਗਾਣੇ-ਗਾਣੇ ਪੁੱਛੇ ਵੀ ਤੁਸੀਂ ਭਈ ਜਸਲ ਸਾਹਿਬ ਗਾਣਾ ਦਿਓ। ਉਹਨਾਂ ਨੇ ਵੀ ਗਾਣੇ ਸੁਣਾਏ। ਉਹ ਵੀ ਕੋਈ ਪਸੰਦ ਨਾ ਆਇਆ। ਹਾਂ। ਐਂਡ ਦੇ ਵਿੱਚ ਸਾਡੂੰ ਯਾਦ ਆਇਆ ਵੀ ਸਾਨੂੰ ਨਾ ਬੰਬੇ ਕਿਸੇ ਨੇ ਵੀ ਆਹ ਦੋ ਲਾਈਨਾਂ ਲਿਖਾਈਆਂ ਸੀਗੀਆਂ ਵੀ ਸਾਡੇ ਕੋ ਗਾਣਾ ਪਿਆ ਉਹ ਵੀ ਗਾਣਾ ਕੰਪਲੀਟ ਨਹੀਂ ਆ ਬਈ। ਤੇਰੇ ਲੱਕ ਦਾ ਫਲਾਰਾ ਰੰਗ ਰਾਰਾ ਰੀ ਰਾਰਾ ਤੇਰੀ ਅੱਖ ਦਾ ਇਸ਼ਾਰਾ ਰੰਗ ਰਾਰਾ ਰੀ ਰਾਰਾ। ਹਾਂ। ਤੇ ਉੱਥੇ ਮੈਂ ਜਿਵੇਂ ਭਾਈ ਨੂੰ ਕਿਹਾ ਮ वैसे भी लेडीज बीट ਦਾ ਕੋਈ ਗਿੱਧਾ ਬੀਟ ਦਾ ਗਾਣਾ ਨਹੀਂ ਹੈਗਾ ਟੇਪ 'ਚ ਵੀ ਇਹਨੂੰ ਤੁਸੀਂ ਨਾ ਬਈ ਇਦਾਂ ਦਾ ਬਣਾਓ ਬਾਜੀ ਕਰਨੀ ਵਾਲੀ ਸਟਾਈਲ ਤਰਜ ਜਿਹੇ ਦੇ ਵਿੱਚ ਵੀ ਆ ਮੀਟਰ ਦੇ ਉੱਤੇ ਤੁਸੀਂ ਵੀ ਇੱਥੇ ਉੱਥੇ ਹੀ ਬੈਠ ਕੇ ਗਾਣਾ ਲਿਖਿਆ ਉੱਥੇ ਰਿਕਾਰਡ ਕਰਕੇ ਤਾਂ ਮਤਲਬ ਇਸ ਗਾਣੇ ਨੂੰ ਉਸ ਟਾਈਮ ਤੱਕ ਇਦਾਂ ਲਿਆ ਵੀ ਠੀਕ ਹੈ ਵੀ ਅੱਠਵਾਂ ਗਾਣਾ ਫਿਲ ਹੋ ਗਿਆ ਬਸ ਠੀਕ ਹੈ ਅੱਠ ਪੂਰੇ ਹੋ ਗਏ ਹਨਾ ਜੀ ਤੇ ਭਾਜੀ ਹੁਣੇ ਭਾਜੀ ਹੁਣੇ ਇੰਡੀਆ ਨੂੰ ਆ ਕੇ ਵਾਪਸ ਤੇ ਮੈਂ ਉਹ ਜੀ ਕੁਦਰਤੀ ਉਹਨਾਂ ਦਿਨਾਂ 'ਚ ਅਸੀਂ ਕਹਿੰਦੇ ਵੀ ਅੰਟਾਰਿਸ ਦਾ ਨਾ ਇੱਕ ਵੇ ਲੇਟੈਸਟ ਵਰਜਨ ਆਇਆ ਆਟੋ ਟਿਊਨਰ ਦਾ ਵੀ ਤੁਸੀਂ ਆ ਵੀ ਟਰਾਈ ਕਰਕੇ ਦੇਖੋ ਲਓ ਜੀ ਉਹ ਤਜਰਬਾ ਦੇਖੋ ਵੀ ਉਹ ਉਸ ਗਾਣੇ ਤੇ ਲੱਗਿਆ ਰੰਗ ਰਾਰੀ ਦੀ ਤੇ ਜਦੋਂ ਬਣਾਇਆ ਤੇ ਉਹ ਸਾਨੂੰ ਪਤਾ ਹੀ ਨਹੀਂ ਸੀ ਵੀ ਉਹ ਐਡਾ ਵੱਡਾ ਗਾਣਾ ਵੀ ਉਹ ਰੰਗ ਰਾਰੀ ਦੀ ਬਣ ਜਾਣਾ ਤੇ ਵੀ ਉਹ ਜਦੋਂ ਟੀ ਸੀਰੀਜ਼ ਕੋਲ ਮਾਸਟਰ ਪਹੁੰਚਿਆ ਬੰਬਈ ਤੇ ਭੂਸ਼ਣ ਕੁਮਾਰ ਉਹਨਾਂ ਦਾ ਪਰਸਨਲੀ ਫੋਨ ਆਇਆ ਉਹ ਕਹਿੰਦੇ ਵੀ ਇਹ ਆਪਨੇ ਇਤਨਾ بڑا ਗਾਣਾ ਬਣਾ ਦਿਆ ਨਾ ਆਪਕੋ ਪਤਾ ਨਹੀਂ ਹੈ ਆਪ ਇਸਕੋ ਮੈਂ ਲਾਂਚਿੰਗ ਕਰੂੰਗਾ ਆਪਣੇ ਹਿਸਾਬ ਸੇ ਉਦੋਂ ਕਿ ਐਮ ਟੀਵੀ ਦੀ ਚੈਨਲ ਬੜੇ ਪਾਪੂਲਰ ਸੀ ਆਪਣੇ ਇੰਡੀਆ ਚ ਆਹੋ ਆਹੋ ਹਾਂ ਹਾਂ ਕਹਿੰਦੇ ਸੀ 20 ਚੈਨਲ ਤੇ ਅਸੀਂ ਇਹਨੂੰ ਲਾਂਚ ਕਰਾਵਾਂਗੇ ਤੇ ਸੁਮਿਤ ਦਾ ਉਸ ਟਾਈਮ ਦਾ ਬਹੁਤ ਟੌਪ ਦਾ ਵੀਡੀਓ ਡਾਕਟਰ ਸੀਗਾ ਹਾਂਜੀ ਮੈਂ ਵੇਖੀ ਸੁਮੇਤ ਦਾ ਵੀਡੀਓ ਬਣਾਵਾਂਗੇ ਤੇ ਇਸ ਤਰ੍ਹਾਂ ਹੀ ਜਦੋਂ ਗਿੱਪੀ ਦੀ ਐਲਬਮ ਕੀਤੀ ਜਦੋਂ ਚੀਰੇ ਵਾਲਿਆ ਵਿੱਖ ਲੜ ਗਈ ਉਹ ਗੀਤ ਮੈਨ ਮੇਰੇ ਕੋਲ ਲੈ ਕੇ ਆਏ ਸੀਗੇ ਆਪਣਾ ਰਾਜ ਕਾਕੜੇ ਦਾ ਬਈ ਐਵੇਂ ਜਾਣ ਕੇ ਗਲੀ ਚ ਪਾਣੀ ਡੋਲਦੀ ਨਹੀਂ ਅੱਧਾ ਬੂਆ ਖੋਲ ਖੋਲ ਕੇ ਉਹ ਕਹਿੰਦੇ ਭਾਜੀ ਵੀ ਕਿਉਂਕਿ ਉਦੋਂ ਰਾਜ ਕਾਕੜੇ ਦਾ ਨਾਮ ਬਹੁਤ ਚੱਲਦਾ ਸੀਗਾ ਗਾਣੇ ਕਾਫੀ ਹਿੱਟ ਹੋ ਚੁੱਕੇ ਸੀ ਆਹੋ ਉਦਾਂ ਵੀ ਗੱਲ ਵੀ ਬਹੁਤ ਵਧੀਆ ਗੱਲ ਵੀ ਬਹੁਤ ਵਧੀਆ ਤੇ ਮੈਂ ਉਹਨਾਂ ਨੂੰ ਕਹਾ ਮੈਂ ਕਿਹਾ ਯਾਰ ਵੀ ਮੇਰੇ ਹੱਥ ਐਸ ਵੇਲੇ ਜਿਵੇਂ ਕਹਿੰਦੇ ਹੁੰਦੇ ਨਾ ਵੀ ਉਹ ਵੀ ਹੁਣ ਉਹ ਇੱਕ ਜ਼ੁਗਤ ਆਈ ਹੋਈ ਆ ਮੇਰੇ ਦੀ ਪਈ ਹੋਈ ਆ ਹੁਣ ਮੇਰੀ ਬਈ ਯਾਰ ਬਈ ਮੈਨੂੰ ਕੋਈ ਆ ਬੀਟ ਕੋਈ 125 ਟੈਂਪੋ ਵਾਲਾ ਗਾਣਾ ਲਿਆਓ ਯਾਰ ਮੇਰੇ ਕੋਲ ਕੋਈ ਬਈ ਮੇਰੇ ਕੋਲ ਇਸ ਵੇਲੇ ਜਿਵੇਂ ਕਹਿੰਦੇ ਨੇ ਨਾ ਵੀ ਹੱਥ ਹੱਥ ਚ ਖਾਜ ਹੋ ਰਹੀ ਹੈ ਇਸ ਵੇਲੇ ਮੇਰੇ ਵੀ ਕਿਚੀਏ ਆ ਹਾਂ ਮੇਰਾ ਹੱਥ ਟਿਕਿਆ ਆ ਤੇ ਹੱਥ ਟਿਕਿਆ ਹੋਇਆ ਉੱਥੇ ਹੈ ਨਾ ਤੇ ਕਿਉਂਕਿ ਉਸ ਟਾਈਮ ਤੱਕ ਰੰਗ ਰਾ ਰਹੀ ਰਾ ਰਾ ਔਰ ਫਿਰ ਆਪਣਾ ਦਿਲ ਹੈ ਗੇੜਾ ਔਰ ਫਿਰ ਇੱਕ ਰਾਏ ਜੁਹਾਰ ਦਾ ਪੇਕੇ ਦੋਵੇਂ ਭੈਣਾਂ ਨੱਚੀਏ ਸੋਹਰੇ ਨੱਚੀਏ ਤਰਾਣੀਆਂ ਜਠਾਣੀਆਂ ਉਹ ਸਾਰੇ ਮਤਲਬ ਉਹ ਗਾਣੇ ਆਲਰੇਡੀ ਮੇਰੇ ਡੀਜੇ ਚ ਵੱਜ ਰਹੇ ਸੀ ਹਾਂ ਉਹ ਫਿਰ ਤੇ ਨੇ ਚਾਰ ਗਾਣੇ ਛੜਾਏ ਫਿਰ ਜਦੋਂ ਨੇ ਪੰਜਵਾਂ ਗਾਣਾ ਇਹ ਜਗਦੇਵ ਮਾਨ ਦਾ ਲਿਖਿਆ ਸੁਣਾਇਆ ਨਾ ਵੀ ਭਾਜੀ ਇਹ ਕਾਹ ਗਾਣਾ ਆ ਸਾਡੇ ਕੋ ਆ ਦੇਖੋ ਤਾਂ ਮੈਂ ਕਹੋ ਯਾਰ ਆਹੀ ਗਾਣਾ ਆ ਬਸ ਭਈ ਆ ਗਾਣਾ ਮੈਂ ਕਹਾਂ ਤੁਸੀਂ ਫਾਈਨਲ ਕਰੋ ਵੀ ਮੈਨੂੰ ਕਹਿੰਦੇ ਤੁਸੀਂ ਸ਼ੋਰ ਆ ਵੀ ਇਹ ਗਾਣਾ ਨਿਕਲੂਗਾ ਮੈਂ ਕਹਾਂ ਮੈਂ 100% ਸ਼ੋਰ ਆ ਵੀ ਇਹ ਗਾਣਾ ਨਿਕਲੂਗਾ ਉਹ ਹੀ ਗਾਣਾ ਦੇਖੋ ਵੀ ਉਹ ਐਲਬਮ ਨੂੰ ਫੇ ਕਿੱਥੇ ਲੈ ਗਿਆ ਤੇ ਗਿੱਪੀ ਅੱਜ ਕਿੱਥੇ ਪਹੁੰਚ ਗਿਆ ਉਸ ਗਾਣੇ ਤੋਂ ਬੇ ਐਸਾ ਸਪੀਡਾ ਫੜ ਗਿਆ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਸੋ ਇਦਾਂ ਦੇ ਬੜੇ ਇਨਸੀਡੈਂਟ ਹੈ ਜੀ ਮੇਰੇ ਕੋਲ ਜਿੰਨੇ ਵੀ ਗਾਣੇ ਆ ਈਵਨ ਕੇ ਬਲਕਾਰ ਮੜਿਆ ਗੱਲ ਕਰਾਂਗੇ ਤੇਰੇ ਉੱਤੇ ਮਰ ਮਿਟੀ ਨਹੀਂ ਕਰ ਦਿਓ ਹੁਣ ਉਹ ਵੀ ਆਪਾਂ ਨਾ ਇਦਾਂ ਕਰਾਂਗੇ ਇਹ ਕਪਾਲ ਜੀ ਇਹ ਜਦੋਂ ਇਤਹਾਸ ਹੁੰਦਾ ਗੱਲ ਤਾਂ ਅਲੱਗ ਹੁੰਦੀ ਆ ਪਰ ਜਦੋਂ ਨਾ ਗੱਲ ਤੁਰਦੀ ਤੁਰਦੀ ਨੂੰ ਕਈ ਵਾਰੀ ਟਾਈਮ ਲੱਗ ਜਾਂਦਾ ਲੱਗਦਾ ਹਾਂ ਹਾਂਜੀ ਹਾਂਜੀ ਤੇ ਹੁਣ ਸਾਡੀ ਸਪੀਡ ਬਣੀ ਹੋ ਆਪਾਂ ਦੋ ਪਾਰਟ ਕਰ ਲੈਣੇ ਹਨਾ ਠੀਕ ਹੈ ਤੁਸੀਂ ਇਹ ਵੀ ਸੁਣਾ ਦਿਓ ਆਪਾਂ ਇਦਾਂ ਕਰਨਾ ਕਿ ਪਹਿਲੇ ਪਾਰਟ ਵਿੱਚ ਆਪਾਂ ਮੁਲਾਕਾਤ ਜੀ ਕਰ ਲੈਣੀ ਤੇ ਦੂਜੇ ਪਾਰਟ ਵਿੱਚ ਕਹਿ ਦੇਣਾ ਸੁਖਪਾਲ ਸੁੱਖ ਦੀਆਂ ਸਟੋਰੀਆਂ ਸਟੋਰੀਆਂ ਠੀਕ ਹੈ ਇਹ ਵੀ ਗੱਲ ਠੀਕ ਹੈ ਤੇ ਜਿਹੜਾ ਬਲਕਾਰ ਸਿੱਧੂ ਦਾ ਪ੍ਰੋਜੈਕਟ ਸੀ ਜੀ 2007 ਚ ਕੀਤਾ ਆਪਾਂ ਚਵਾਰੇ ਵਾਲੀ ਬਾਰੀ ਹਾਂਜੀ ਉਸ ਪ੍ਰੋਜੈਕਟ ਨਾਲ ਵੀ ਬਹੁਤ ਸਾਰੇ ਗੱਲਾਂ ਜੁੜੀਆਂ ਹੋਈਆਂ ਨੇ ਉਹ ਮਤਲਬ ਪੰਜਾਬ ਦੀ ਇੱਕ ਸੈਟ ਇੰਡਸਟਰੀ ਦਾ ਜਦੋਂ ਮਤਲਬ 2008 ਦੇ ਵਿੱਚ ਜਿਹੜੀ ਕੈਸਟ ਇੰਡਸਟਰੀ ਸੀ ਉਹ ਖਤਮ ਹੋ ਗਈ ਸੀ ਕਹ ਲਓ ਵੀ ਮਤਲਬ ਬਿਲਕੁਲ ਉਹਦਾ ਗ੍ਰਾਫ ਜਿਹੜਾ ਸੀ ਆਲਰੇਡੀ 2007 ਚ ਦਿਖਣਾ ਸ਼ੁਰੂ ਹੋ ਗਿਆ ਸੀ ਹਾਂ ਹਾਂ ਉਹ ਮਤਲਬ ਪੰਜਾਬੀ ਇੰਡਸਟਰੀ ਦੀ ਲਾਸਟ ਕੈਸਟ ਸੀ ਜਿਹੜੀ ਕਿ ਮਤਲਬ ਲੱਖ ਪਲੱਸ ਦੀ ਸੇਲ ਚ ਗਈ ਆ ਉਸ ਤੋਂ ਬਾਅਦ ਕੋਈ ਵੀ ਐਲਬਮ ਜਿਹੜੀ ਹੈ ਭਈ ਉਹ ਲੱਖ ਚ ਨਹੀਂ ਗਈ ਭਈ ਉਹ ਕਿਉਂਕਿ ਉਦੋਂ ਕੈਸਟ ਦਾ ਦੌਰ ਖਤਮ ਹੋ ਗਿਆ ਸੀ MP3 ਪੈਨ ਡਰਾਈਵ ਔਰ ਔਰ ਇਹ ਸਾਰੇ CD ਵਾਲੇ ਇਹ ਦੌਰ ਜਿਹੜੇ ਸੀ ਉਹ ਬਹੁਤ DVD ਉਦੋਂ ਹਿੱਟ ਹੋ ਚੁੱਕੇ ਸੀਗੇ ਹਾਂ ਮਨਪ੍ਰੀਤ ਟਵਾਣਾ ਗੀਤਕਾਰ ਆ ਮੇਰੇ ਵੀਰ ਤੇ ਉਹ ਮੈਨੂੰ ਉਹਦੇ ਨਾਲ ਵੈਸੇ ਹੀ ਪਰਸਨਲ ਬਹੁਤ ਲਗਾਉ ਉਹਦੀ ਕਲਮ ਦੇ ਨਾਲ ਤੇ ਉਹਨਾਂ ਨੇ ਅਪਰੋਚ ਕੀਤਾ ਕਹਿੰਦੇ ਜੀ ਬੜੇ ਸਾਲਾਂ ਤੋਂ ਬਾਈ ਜੀ ਸੋਚ ਰਹੇ ਆ ਵੀ ਆਪਾਂ ਬਲਕਾਰ ਬਾਈ ਦਾ ਪ੍ਰੋਜੈਕਟ ਕਰਨਾ ਬੜਾ ਕੁਝ ਅਸੀਂ ਮਤਲਬ ਮੈਟਰ ਤੇ ਬੈਠੇ ਸਿਲੈਕਟ ਕੀਤੇ ਤੇ ਉਹਦੇ ਚ ਤਕਰੀਬਨ ਤਕਰੀਬਨ ਜਿਹੜੇ 7-8 ਗਾਣੇ ਸੀ ਉਹ ਮਨਪੀਟਵਾਣੇ ਦੇ ਸੀ ਔਰ ਇੱਕ ਗਾਣਾ ਉਹਨਾਂ ਨੇ ਬਾਬ ਸਿੰਘ ਮਾਨ ਸਾਹਿਬ ਤੋਂ ਲਿਆ ਸੀ ਆਪਣਾ ਚਵਾਰੇ ਵਾਲੀ ਬਾਰੀ ਜਿਹੜਾ ਟਾਈਟਲ Song ਸੀ ਅੱਛਾ ਜੀ ਤੇ ਜਦੋਂ ਗਾਣੇ ਸਾਰੇ ਰਿਕਾਰਡ ਹੋਏ ਤਾਂ ਮੈਨੂੰ ਐ ਲੱਗਿਆ ਵੀ ਕਿਉਂਕਿ ਹੁਣ ਬਲਕਾਰ ਸਿੱਧੂ ਉਹਨਾਂ ਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਗਾਇਕੀ ਜਿਹੜੀ ਆ ਵੀ ਉਹ ਅਰਵੇਲਾ ਸਾਹਿਬ ਦੇ ਸ਼ਗਿਰਦ ਨੇ ਤਾਂ ਬੜੀ ਫੂਕ ਤੇ ਬਿਲਕੁਲ ਠੇਠ ਪੰਜਾਬੀ ਗਾਇਕੀ ਆ ਉਹਨਾਂ ਦੀ ਹਾਂ ਹਾਂ ਵੀ ਯਾਰ ਉਹਨਾਂ ਦੇ ਉੱਤੇ ਜ਼ਿਆਦਾ ਐਕਸਪੈਰੀਮੈਂਟ ਵੀ ਨਹੀਂ ਕਰ ਸਕਦੇ ਵੀ ਗੱਲ ਕਿੱਧਰ ਨੂੰ ਲੈ ਕੇ ਤੁਰਾ ਗਏ ਆਪਾਂ ਵੀ じゃ ਕੀ ਲੈ ਕੇ ਚੱਲਾਂਗੇ ਹਾਂ ਕਰਦੇ ਕਰਾਉਂਦੇ ਨਾ ਜੀ ਜਦੋਂ ਉਹਨਾਂ ਨੇ ਮੈਨੂੰ ਇਹ ਵਾਲਾ ਗਾਣਾ ਸੁਣਾਇਆ ਵੀ ਤੇਰੇ ਉੱਤੇ ਮਰਮਿਟੀ ਹੁਣ ਉਹਦੀ ਵਰਡਿੰਗ ਇੰਨੀ ਕਮਾਲ ਦੀ ਹੈ ਬਈ ਉਹ ਐਸਾ ਤਸਵੀਰਾਂ ਜੋੜੀਆਂ ਹੋਈਆਂ ਨੇ ਮਨਪ੍ਰੀਤ ਨੇ ਤੇ ਉਹ ਮਤਲਬ ਇਹ ਉਹ ਤਰਸ ਤਾਂ ਬੇਸਿਕਲੀ ਆਲਮਲਹਾਰ ਸਾਹਿਬ ਦੀ ਪੁਰਾਣੀ ਹੈ ਜਾਂ ਕਹਿ ਲਓ ਵੀ ਸਾਡੇ ਕਵੀਸ਼ਰਾਂ ਦੀਆਂ ਜਾਂ ਪੁਰਾਣੀਆਂ ਜੋ ਫੋਕ ਹੈ ਪੰਜਾਬੀ ਫੋਕ ਹਾਂਜੀ ਪੰਜਾਬੀ ਫੋਕ ਹੈ ਤੇ ਮੈਂ ਸੋਚਿਆ ਵੀ ਯਾਰ ਇਹੀ ਕੁਲ ਮਿਲਾ ਕੇ ਇੱਕ ਗਾਣਾ ਮਿਲਦਾ ਜਿਹੜਾ ਤਜਰਬਾ ਜਿੱਤੇ ਕੁਝ ਨਵਾਂ ਕੁਝ ਐਕਸਪੈਰੀਮੈਂਟ ਕੀਤਾ ਜਾ ਸਕਦਾ ਹੂੰ ਉਹਨਾਂ ਦਿਨਾਂ ਦੇ ਵਿੱਚ ਜੀ ਕੇ ਨਵਾ ਨਵਾ ਲੈਟਰਨ ਸਪੈਨਿਸ਼ ਜਿਹੜਾ 뮤ਜ਼ਿਕ ਆ ਉਹ ਨਵਾ ਨਵਾ ਦੌਰ ਉੱਠਿਆ ਸੀ ਹਜੇ ਤੇ ਐ ਕਹਿ ਲੋ ਵੀ YouTube ਵਾਲਾ ਦੌਰ ਤੇ ਕਹਿ ਲੋ ਵੀ ਉਹ ਡਿਜੀਟਲ ਦੌਰ ਜਿਹੜਾ ਸ਼ੁਰੂਆਤ ਹੋ ਗਿਆ ਸੀਗਾ ਬਈ ਉਹ ਹਿੱਟ ਹੋਣਾ ਸ਼ਕੀਰਾ ਤੇ ਬਿਓਂਸੇ ਦਾ ਨ ਇੱਕ ਗਾਣਾ ਮਿਕਸ ਸੀ ਪਪੂਲਰ ਹੋਇਆ ਬੜਾ ਹਿਪਸ ਡੋਂਟ ਲਾਈ ਕਿਉਂਕਿ ਹੁਣ ਆਪਾਂ ਬਾਹਰੋਂ ਇੱਥੋਂ ਆਏ ਹੋਏ ਆ ਕੈਨੇਡਾ ਤੋਂ ਬਚਪਨ ਇੰਗਲਿਸ਼ 뮤ਜ਼ਿਕ ਸੁਣਦੇ ਆ ਵੀ ਬੀਤਿਆ ਤੇ ਉਹ ਵੀ ਉਧਰ ਨੂੰ ਵੀ ਥੋੜਾ ਚੁਗਾ ਰਹਿੰਦਾ ਵੀ ਜਿਹੜਾ ਕੁਝ ਨਵਾਂ ਬਾਹਰ ਚੱਲਿਆ ਯਾਰ ਕਿਉਂ ਚੱਲਿਆ ਕੁਝ ਦੇਖੀਏ ਹਾਂਜੀ ਕੁਦਰਤੀ ਪਤਾ ਰਹਿੰਦਾ ਉਹਦਾ ਹਾਂਜੀ ਤੇ ਪਤਾ ਰਹਿੰਦਾ ਥੋੜਾ ਜਿਹਾ ਕੋਸ਼ਿਸ਼ ਕਰੀਦੀ ਆ ਵੀਰ ਦੇਖੀਏ ਵੈਸਟਰਨ 뮤직 ਜਾਂ ਵਰਲਡ ਵਿੱਚ ਕੀ ਚੱਲ ਰਿਹਾ ਹਾਂਜੀ ਉਹਦੀ ਜਿਹੜੀ ਬੀਟ ਸੀ ਉਹਦਾ ਜਿਹੜਾ ਸਵਿੰਗ ਹੈ ਤੱਕ ਦਦਿਕਤਾ ਤੱਕ ਦਦਿਕਤਾ ਉਹ ਮਤਲਬ ਬੇਸਿਕਲੀ ਕੀ ਸੀ ਮੈਂ ਕਿਹਾ ਯਾਰ ਵੀ ਇਹ ਐਕਸਪੈਰੀਮੈਂਟ ਹੋ ਸਕਦਾ ਯਾਰ ਵੀ ਕਿਉਂ ਨਾ ਇਹਦੇ ਉੱਤੇ ਵਰਕ ਕੀਤਾ ਜਾਵੇ ਹਾਂ ਇੱਥੇ ਯਾਰ ਸੁੱਕ ਮੈਂ ਤੁਹਾਨੂੰ 1 ਸੈਕਿੰਡ ਰੋਕਦਾ ਕਿਉਂਕਿ ਮੈਂ ਨਾ ਇਸ ਗੱਲ ਬਾਰੇ ਕੱਲ ਸੋਚਦਾ ਸੀ ਹਾਂਜੀ ਹਾਂਜੀ ਤੇ ਮੈਂ ਸੋਚਿਆ ਮੈਂ ਕਿਹਾ ਜੇ ਪਹਿਲੀ ਮਾਤਰਾ ਨੂੰ ਆਪਾਂ ਨਾ ਡੇਢ ਦਾ ਟਾਈਮ ਦੇ ਦਈਏ ਜੀ ਤਾਂ ਉਹ ਰੈਗੇਟੋਨ ਬਣ ਜਾਂਦਾ ਰੈਗੇਟੋਨ ਬਣ ਜਾਂਦਾ ਹਾਂਜੀ ਹਾਂਜੀ ਜੇ ਆਪਾਂ ਕਹੀਏ 1 2 3 4 1 2 3 4 ਉਹਨੂੰ ਕਰ ਲਈਏ 1 2 3 4 1 2 3 4 ਤਾਂ ਉਹ ਰੈਗੇਟੋਨ ਬਣ ਜਾਂਦਾ ਤੇ ਹੁਣ ਆਪਾਂ ਇਹਨੂੰ ਕਰ ਲਈਏ ਜੇ ਧਾ ਤਧਨ ਧਾ ਤਤਨ ਧਾ ਤਧਨ ਧਾ ਤਤਨ ਇਹ ਚੀਜ਼ ਹੋ ਗਈ ਤਨ ਨਾ ਜੀ ਤੇ ਹੁਣ ਦੇਖੋ ਹੁਣ ਆਪਾਂ ਇਹਨੂੰ ਮਿਊਜ਼ਿਕਲੀ ਥੋੜਾ ਟੇਡਾ ਕਰ ਲੈਣਾ ਉਹ ਕੀ ਚੀਜ਼ ਆ ਕਿ ਧਾ ਤਦਨ ਧਾ ਤਤ ਨਾ ਬੰਧਾ ਤਦਨ ਧਾ ਤਤ ਨਾ ਧੋਦਾ ਤਦਨ ਧਾ ਤਤ ਨਾ ਤਿੰਧਾ ਤਦਨ ਧਾ ਤਤ ਨਾ ਪੂਰਦਾ ਤਦਨ ਧਾ ਜੀ ਜੀ ਤੇ ਉਹ ਮਗਨ ਲੇ ਕੇ ਜਿੱਦਾਂ ਸਾਨੂੰ ਸੁਪਨੇ ਵੀ ਜਿੱਦਾਂ ਭੁੱਖੇ ਨੂੰ ਰੋਟੀਆਂ ਦੇ ਆਉਂਦੇ ਆ ਰੋਟੀਆਂ ਨਹੀਂ ਆਉਂਦੇ ਆ ਸਾਨੂੰ ਬਸ ਉਹ ਬੀਟਾਂ ਦੇ ਆਉਂਦੇ ਮੈਂ ਬਸ 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 ਜਿਹੜੀ ਤੁਸੀਂ ਗੱਲ ਕੀ ਆ ਉਹ ਐਗਜ਼ੈਕਟਲੀ ਸਿਲੇਬਸ ਵਾਲੀ ਬਿਲਕੁਲ ਓਕੇ ਤੇ ਉਹ ਮੈਂ ਜਿੱਦਾਂ ਵੀ ਥੋੜਾ ਸੰਦਾ ਚੱਲ ਰਿਹਾ ਸੀ ਵੀ ਉਹ ਐਗਜ਼ੈਕਟਲੀ ਮੇਰੇ ਦਿਮਾਗ 'ਚ ਵੀ ਆਹੀ ਗੱਲਾਂ ਸਿੱਗੀਆਂ ਵੀ ਉਦੋਂ ਮੈਂ ਕਿਹਾ ਯਾਰ ਵੀ ਇਹ ਇਹ ਹੈ ਤਾਂ ਸਾਰਾ ਬੇਸਿਕਲੀ ਉਹ ਹੀ ਹੈ ਸਿਸਟਮ ਹਨਾ ਜੀ ਤੇ ਅੱਛਾ ਫਿਰ ਮੈਨੂੰ ਇਹ ਵੀ ਸੀ ਮੈਂ ਕਿਹਾ ਵੀ ਜੇ ਮੈਂ ਹੁਣ ਬਲਕਾਰ ਸਿੱਧੂ ਨਾਲ ਡਿਸਕਸ ਕਰੂੰਗਾ ਇਹ ਗੱਲਾਂ ਜਾਂ ਮਨਪ੍ਰੀਤ ਵੀਰ ਨਾਲ ਕਰੂੰਗਾ ਬਈ ਬਈ ਯਾਰ ਇਹਨਾਂ ਦੇ ਉੱਤੋਂ ਦੀ ਗੱਲ ਨਿਕਲ ਜਾਣੀਆਂ ਬਹੁਤ ਬਾਈ ਮੈਂ ਚੀਜ਼ ਬਣਾ ਕੇ ਹੀ ਇਹਨਾਂ ਨੂੰ ਸੁਣਾਉਂਗਾ ਯਾਰ ਵੀ ਇਹਨਾਂ ਨੂੰ ਹੁਣ ਕਹੂੰਗਾ ਤੈਨੂੰ ਕਹਣਾ ਨਹੀਂ 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 ਬਾਈ ਜੀ ਤੁਸੀਂ ਸਿੱਧਾ ਢੱਡ ਤੇ ਰੱਖ ਲਓ ਤੇ ਮੈਂ ਟਿੱਕੜਾ ਕਟਿੰਗ ਬਟਿੰਗ ਬਟਿੰਗ ਕਰਾਂ ਮੈਂ ਇਹ ਇੰਦਰ ਨੂੰ ਬਣਾ ਲਊਗਾ ਨਾ ਬਾਈ ਬਾਈ ਮੈਨੂੰ ਉਹ ਗੱਲ ਚੱchnੀ ਨਹੀਂ ਹੈਗੀ ਵੀ ਯਾਰ ਮੈਂ ਕਿਹਾ ਵੀ ਨਹੀਂ ਯਾਰ ਬਈ ਮੈਂ ਨਾ ਮੈਂ ਗਿਆ ਜੀ ਇੰਗਲੈਂਡ ਸਪੈਸ਼ਲੀ ਔਰ ਉਹ ਪਲਾਨ ਕੀਤਾ ਫਿਰ ਉਹਦੇ ਵਿੱਚ ਜਿਹੜਾ ਹੁਣ ਜਿਹੜਾ ਮੈਕਸੀਕਨ ਮਿਊਜ਼ਿਕ ਜੇ ਆਪਾਂ ਲੈਟਰਨ ਮਿਊਜ਼ਿਕ ਫੋਲੋ ਕਰੀਏ ਤਾਂ ਉਹਦੇ ਵਿੱਚ ਜਿਹੜੀ ਬੇਸਿਕਲੀ ਗਿਟਾਰ ਜਿਹਨੂੰ ਆਪਾਂ ਪਿੱਛੇ ਸਪੈਨਿਸ਼ ਗਿਟਾਰ ਕਹਿੰਦੇ ਆ ਜਾਂ ਹਾਂਜੀ ਹਾਲੋ ਗਿਟਾਰ ਕੋਰਡ ਜਿਹੜੇ ਯੂਜ਼ ਕਰਦੇ ਉਹ ਕੋਰਡ ਦੇ ਬੇਸਿਕਲੀ ਜਿਹੜਾ ਸਟਰਕਚਰ ਆ ਉਹ ਕੋਰਡ ਸਟਰਕਚਰ ਵੀ ਹੋਰ ਹੁੰਦਾ ਹਾਂਜੀ ਤੇ ਉਹ ਸਾਰਾ ਫਿਰ ਮੈਨੂੰ ਆ ਲੱਗਿਆ ਵੀ ਯਾਰ ਰਾਗ ਵੀ ਆਪਣਾ ਸੇਮ ਲੱਗਣਾ ਚਾਹੀਦਾ ਵੀ ਬਦਰੰਗ ਨਾ ਲੱਗੇ ਪਿੱਛੇ ਹੋਰ ਨਾ ਲੱਗੇ ਵੀ ਕਿਉਂਕਿ ਹੁਣ ਬਲਕਾਰ ਉਹਨਾਂ ਦੀ ਸਿੰਗਿੰਗ ਬੜੀ ਸਟਰੋਂਗ ਆ ਹਾਂਜੀ ਹਾਂਜੀ ਤੇ ਉਹਦੇ ਚ ਬਰਾਸ ਮੈਂਡਲਨ ਤੇ ਅਲਗੋਜ਼ੇ ਤੁੰਬੀ ਪੀਸ ਆਲਰੇਡੀ ਮੈਂਥੋਂ ਇੰਡੀਆ ਤੋਂ ਬਜਵਾ ਕੇ ਲੈ ਚੁੱਕਿਆ ਸੀ ਕਿਉਂਕਿ ਆਲਰੇਡੀ ਚੌਥੇ ਸਫੈਦ ਤੋਂ ਐਫ ਮਾਈਨਰ ਤੋਂ ਆਲਰੇਡੀ ਗਾਣਾ ਉਹ ਗਾਇਆ ਹੋਇਆ ਸੀਗਾ ਉਹਨਾਂ ਨੇ ਉਹ ਕੁੱਲ ਮਿਲਾ ਕੇ ਜੀ ਉਹ ਐਸਾ ਗਾਣਾ ਮਤਲਬ ਉਹ ਬਣਿਆ ਜੀ ਭਾਈ ਤੁਸੀਂ ਇਹ ਦੇਖੋ ਵੀ ਪਿਛਲੇ ਸਾਲ ਮੈਨੂੰ ਲੋਕਡਾਊਨ ਦੇ ਵਿੱਚ ਮਨਪ੍ਰੀਤ ਤਵਾਣਾ ਹੋਣਾ ਨੇ ਇੱਕ ਕਲਿੱਪ ਭੇਜੀ ਹਾਂ ਜਿਹਦੇ ਚ ਕਿਤੇ ਮਤਲਬ ਨਾ ਆਪਣਾ ਅੱਜ ਦਾ ਅਜੋਕੇ ਸਮੇ ਦਾ ਕਹਿ ਲੋ ਵੀ ਸਭ ਤੋਂ ਵੱਡਾ ਨਾਮ ਜਿਹੜਾ ਡਿਜੀਟਲ ਸਿੱਧੂ ਮੂਸੇ ਵਾਲਾ ਬਈ ਉਹ ਕਿਤੇ ਆਪਣੀ ਗੱਡੀ 'ਚ ਬੈਠਾ ਆ ਤੇ ਉਹਨੇ ਗਾਣਾ ਪਿੱਛੇ ਇਹ ਲਾਇਆ ਹੋਇਆ ਬਲਕਾਰ ਬਾਈ ਹੁਣਾਂ ਦਾ ਵੀ ਮੈਂ ਮੈਂ ਸੁਣ ਦਿਲ ਦੇ ਵਿੱਚ ਬਸੈਂਦਿਆ ਤੇਰੇ ਉੱਤੇ ਮਰ ਮਿਟੀ ਤੇ ਉਹ ਗਾਣਾ ਸੁਣ ਰਿਆ ਤੇ ਡੇਢ ਮਿੰਟ ਦੀ ਇੱਕ ਕਲਿੱਪ ਆ ਤੇ ਉਹ ਐਨੂੰ ਪੂਰਾ ਝੂਮ ਰਿਆ ਉਹਦੇ ਉੱਤੇ ਤਾਂ ਮੈਨੂੰ ਕਹਿੰਦਾ ਬਾਈ ਜੀ ਦੇਖ ਲਓ ਜਿਹੜੀ ਚੀਜ਼ ਤੁਸੀਂ 2007 'ਚ ਬਣਾਈ ਆ ਤੇ 2021 ਆ ਗਿਆ ਵੀ ਇਹ ਵੀ ਅੱਜ ਦੇ ਜਿਹੜੇ ਜੋਕੇ ਸਟਾਰ ਆ ਵੀ ਉਹ ਅੱਜ ਵੀ ਹਜੇ ਉਸ ਚੀਜ਼ ਨੂੰ ਸੁਣ ਰਿਹਾ ਮੈਂ ਕਿਹਾ ਵੀ ਉਹ ਸੁਣ ਸੁਣ ਤਾਂ ਰਹੇ ਆ ਉਹ ਸੁਣਨ ਤੋਂ ਬਾਅਦ ਉਹਦੇ ਵਿੱਚੋਂ ਇਹ ਗੱਲ ਲੱਭਣ ਦੀ ਵੀ ਕੋਸ਼ਿਸ਼ ਕਰ ਰਿਹਾ ਵੀ ਯਾਰ ਇਹਦੇ ਵਿੱਚ ਹੈ ਇਹੋ ਜਿਹਾ ਕਿਹੜੀ ਚੀਜ਼ ਆ ਜਿਹੜੀ ਹਜੇ ਤੱਕ ਅਪੀਲ ਕਰੀ ਜਾ ਰਹੀ ਆ ਪਰ ਉਹ ਅਪੀਲ ਜਿਹੜੀ ਗੱਲ ਤੁਸੀਂ ਕਹੀ ਆ ਜਾਂ ਮੈਂ ਜਿਹੜੀ ਪਹਿਲਾਂ ਸ਼ੁਰੂਆਤੀ ਦੌਰ ਚ ਕਹੀ ਉਹ ਇਹੀ ਆ ਵੀ ਉਸ ਵਕਤ ਮਤਲਬ ਜਿਹੜਾ ਵਰਲਡ 뮤జిక్ ਚੱਲ ਰਿਹਾ ਸੀ ਉਹਨੂੰ ਵੀ ਸਮਝਣਾ ਉਹਨੂੰ ਵੀ ਸੁਣਨਾ ਜਿਹੜਾ ਗਾਣਾ ਮੇਰੇ ਕੋਲ ਆਇਆ ਉਹਨੂੰ ਸਮਝਣਾ ਕਿੱਥੇ ਰਾਈਟ ਕੰਬੀਨੇਸ਼ਨ ਬੈਂਦਾ ਕਿ ਇਸ ਚੀਜ਼ ਦਾ ਕਿੱਥੇ ਆਪਾਂ ਕੀ ਨਵਾਂ ਕ੍ਰੀਏਟ ਕਰ ਸਕਦੇ ਆ ਇਹ ਕਦੀ ਕਦੀ ਕਿਸੇ ਆਰਟਿਸਟ ਨੂੰ ਮੌਕਾ ਮਿਲਦਾ ਪਰਮਾਤਮਾ ਲੋ ਹੀ ਮਿਲਦਾ ਹੈ ਉਪਰੋਂ ਹੀ ਵੀ ਹਾਂ ਯਾਰ ਆ ਮੌਕਾ ਆ ਯਾਰ ਵਕਤ ਆ ਯਾਰ ਇਹਨੂੰ ਆ ਚੀਜ਼ ਇੰਦਾ ਬਣਾ ਲਓ ਇੰਦਾ ਬਣਾ ਲਓ ਹਾਂਜੀ ਨਾਲੇ ਉਹ ਫੇਟਾਂ ਦੀ ਹੁੰਦੀ ਜਿੱਦਾਂ ਮੈਂ ਵੀ ਇੱਕੋ ਬਣਾਇਆ ਸੀ ਫੇਸਬੁੱਕ ਕਮਲ ਦਾ ਉਹ ਵੀ ਰੈਗੇਟੋਨ ਬੀਟ ਤੇ ਆ ਐਗਜੈਕਟਲੀ ਐਗਜੈਕਟਲੀ ਹਾਂਜੀ ਹਾਂਜੀ ਹਾਂ ਪਰ ਮੈਨੂੰ ਨਾ ਸੁਕਪਾਲ ਇੱਕ ਤੁਹਾਡੀ ਕਹਾਣੀ ਤੋਂ ਇੱਕ ਗੱਲ ਯਾਦ ਆਈਏ ਕਉਪਨਿਸ਼ਦਾਂ ਵਿੱਚ ਇੱਕ ਸਟੋਰੀ ਆਂਦੀ ਆ ਜੀ ਜੀ ਉਹ ਸਟੋਰੀ ਤਾਂ ਕੀ ਤਾਂ ਚਲੋ ਦੱਸਣੀ ਪਰ ਉਹ ਤਾਂ ਉਹਦਾ ਸਾਰੰਸ਼ ਇਹ ਹੈ ਵੀ ਕੋਈ ਉਹ ਕਹਿੰਦੇ ਵੀ ਜੇ ਕੋਈ ਬੰਦਾ ਕੋਕੋਨਟ ਨੂੰ ਕੱਟ ਕੇ ਉਹਦੇ ਵਿੱਚੋਂ ਉਹਦੀ ਰੂਹ ਲੱਭਣੀ ਚਾਹੇ ਵੀ ਇਹਦੇ ਵਿੱਚ ਦਰਖਤ ਕਿੱਥੇ ਆ ਤਾਂ ਲੱਭਦਾ ਨਹੀਂ ਉਹ ਵਿੱਚੋਂ ਖਾਲੀ ਨਿਕਲਦਾ ਜੀ ਹਾਂਜੀ ਪਰ ਜੇ ਉਹਨੂੰ ਜ਼ਮੀਨ 'ਚ ਬੀਜਦੇ ਹੋ ਤਾਂ ਉਹਦੇ ਵਿੱਚੋਂ ਕੋਕੋਨਟ ਦਾ ਦਰਖਤ ਨਿਕਲਿਆ ਕੋਕੋਨਟ ਨਿਕਲਿਆ ਤਾਂ ਜੀ 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 ਇਹ ਸੰਗੀਤ ਵੀ ਇਦਾਂ ਹੀ ਆ ਜੇ ਤੁਸੀਂ ਇਹਨੂੰ ਕੱਟ ਕੇ ਇਹਦੇ ਵਿੱਚੋਂ ਦੇਖਣਾ ਚਾਹੋਗੇ ਨਾ ਜੀ 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 ਤਾਂ ਨਿਕਲਣਾ ਕੁਝ ਨਹੀਂ ਉਹ ਆਪਣੇ ਸਰਜੀਤ ਪਾਤਰ ਹੁਣਾਂ ਦੀ ਇੱਕ ਲਾਈਨ ਹੈ ਨਾ ਕਿ ਅਥਰੂ ਟਿਊਬ ਚ ਪਾ ਕੇ ਵੇਖਾਂਗੇ ਕੱਲ ਰਾਤੀ ਤੂੰ ਕਿਸ ਮਹਿਬੂਬ ਨੂੰ ਰੋਇਆ ਸੀ ਰੋਇਆ ਸੀ ਕਿਆ ਬਾਤ ਹੈ ਕਿਆ ਬਾਤ ਜਿਵੇਂ ਇੱਕ ਨਾ ਛੋਟੇ ਹੁੰਦੇ ਰੇਡੀਓ ਤੇ ਨਾ ਅਸੀਂ ਸਾਡੇ ਘਰੇ ਡੈਡੀ ਕਿਉਂਕਿ ਹੈਡਮਾਸਟਰ ਸੀ ਤਾਂ ਸਾਡੇ ਸਾਨੂੰ ਟੀਵੀ ਟੀਵੀ ਦੇਖਣ ਦਾ ਅਲਾਉਡ ਨਹੀਂ ਸੀਗਾ ਹਾਂਜੀ ਤੇ ਰੇਡੀਓ ਜ਼ਰੂਰ ਹੁੰਦਾ ਸੀ ਉਹਨੂੰ ਹੀ ਖਬਰਾਂ ਸੁਣਨੀਆਂ ਤੇ ਸਾਢੇ 3 ਵਜੇ ਨਾ ਚਾਹ ਵੇਲਾ ਜਦੋਂ ਆਪਣੇ ਪਿੰਡਾਂ 'ਚ ਹੁੰਦਾ ਹਾਂਜੀ ਉਹ ਕੁਝ ਗਾਣੇ ਹੀ ਚੱਲਦੇ ਹੁੰਦੇ ਸੀ ਨਾ ਇੱਕ ਭਾਨ ਸਿੰਘ ਮਾਹੀ ਇੱਕ ਪੁਰਾਣੇ ਸੀਗੇ ਕਲਾਕਾਰ ਲੈ ਕਿੱਥੋਂ ਗੱਲ ਕਰ ਦਿੱਤੀ ਮੈਂ ਨਾਂ ਵੀ ਲੈਣ ਲੱਗਾ ਸਭਾ 3:30 ਵਜੇ ਆਉਂਦੇ ਹੁੰਦੇ ਸੀ ਗਾਣੇ ਉਹ 3:30 ਵ ਇੱਕ ਚੱਲਦਾ ਆਂਦਾ ਸੀਗਾ ਰਾਤੀ ਜਾਗ ਹੰਝੂਆਂ ਦਾ ਕੇਨੇ ਲਾਇਆ ਦੁੱਧ ਨੂੰ ਮਦਾਨੀ ਪੁੱਛਦੀ ਉਹ ਉਹ ਅੱਜ ਤੱਕ ਵਾਰ ਤੱਕ ਆਪਾਂ ਨੂੰ ਯਾਦ ਹੈ ਜੀ ਉਹ ਗੱਲਾਂ ਜਿਹੜੀਆਂ ਤੇ ਜਿਹੜੀ ਪਾਤਰ ਸਾਹਿਬ ਦੀ ਜਿਹੜੀ ਤੁਸੀਂ ਲਾਈਨ ਬੋਲੀ ਆ ਉਹ ਬਿਲਕੁਲ ਇਹਨੂੰ ਟੁੱਕਦੀ ਆ ਉੱਥੇ ਹਾਂਜੀ 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 ਆ ਉਹ ਮਾ ਲਵਾ ਉਹ ਸਾਰੀਆਂ ਚੀਜ਼ਾਂ ਦੀ ਆਪਣੇ ਜ਼ਿਹਨ ਚ ਆ ਵੜੀਆਂ ਹੋਈਆਂ ਤੇ ਮੇਰਾ ਖਿਆਲ ਆ ਵੀ ਉਹ ਐਂਡ ਤੱਕ ਆਪਣੇ ਨਾਲ ਹੀ ਜਾਣੀਆਂ ਇਹ ਇਹ ਅੰਦਰ ਆਪਣੇ ਘਰ ਕੀਤਾ ਹੋਈਆਂ ਇਹਨਾਂ ਗੱਲਾਂ ਨੇ ਆਪਾਂ ਨੂੰ ਹਨਾ ਇਸੇ ਕਰਕੇ ਸ਼ਾਇਦ ਸ਼ਾਇਦ ਆਪਣੇ ਲੋਕਾਂ ਦੀ ਜਿਹੜੀ ਕਾਮਯਾਬੀ ਦਾ ਰੀਜ਼ਨ ਵੀ ਇਹ ਆ ਵੀ ਅਸੀਂ ਹਜੇ ਵੀ ਆਪਣੀਆਂ ਜਿਹੜੀਆਂ ਜੜਾ ਆ ਜਿਹੜੇ ਰੂਟਸ ਆ ਅਸੀਂ ਉਹਨਾਂ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਆਂ ਔਰ ਅਸੀਂ ਇਹ ਹੀ ਚਾਹੁੰਦੇ ਆਂ ਵੀ ਅਸੀਂ ਜੁੜੇ ਰਹੀਏ ਕਿਉਂਕਿ ਸਾਰੇ ਜਿਹੜੇ ਆਈਡੀਆ ਨਿਕਲਦੇ ਸਾਰੇ ਉਧਰੋਂ ਹੀ ਆ ਬੇਸਿਕਲੀ ਉੱਥੋਂ ਹੀ ਨਿਕਲਦੇ ਹਾਂਜੀ ਹਾਂਜੀ ਹਾਂ ਸਾਰਾ ਬੇਸਿਕ ਜਿਹੜਾ ਜਦੋਂ ਵੀ ਤੁਸੀਂ ਕੋਈ ਚੀਜ਼ ਬਣਾਉਨੇ ਆ ਜੇ ਤੁਸੀਂ ਕਿਸੇ ਛੋਛੇ ਪਿੱਛੇ ਲੱਗ ਕੇ ਕਿਸੇ ਬੰਦੇ ਪਿੱਛੇ ਲੱਗ ਕੇ ਤੁਸੀਂ ਆਪਣਾ ਆਪ ਭੁੱਲ ਜਾਓ ਤਾਂ ਫਿਰ ਉਹ ਬੰਦਾ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ ਰਹਿੰਦੀ ਰਹਿੰਦਾ ਬਿਲਕੁਲ ਬਿਲਕੁਲ ਇਹ ਚਾਹੇ ਕਲਾ ਆ ਚਾਹੇ ਸੰਗੀਤ ਆ ਚਾਹੇ ਗਾਉਣਾ ਚਾਹੇ ਵਜਾਉਣਾ ਇਹ ਇੱਕ ਤਰੀਕੇ ਨਾਲ ਪਹਿਲਾਂ ਆਪਣੇ ਆਪ ਨੂੰ ਖੁਸ਼ੀ ਦੇਣ ਦਾ ਕੰਮ ਹੁੰਦਾ ਤੇ ਰਿਸਕ ਬੰਦਾ ਉਹੀ ਲੈ ਸਕਦਾ ਜਿਹੜਾ ਇਹ ਵੀ ਰਿਸਕ ਤੇ ਲਾ ਸਕਦਾ ਵੀ ਚੱਲ ਗਿਆ ਤਾਂ ਚੱਲ ਗਿਆ ਨਹੀਂ ਤਾਂ ਨਾ ਸੀ ਪਰ ਮੈਂ ਆ ਕਰਨਾ ਕਰ ਰਹਾ ਹਾਂ ਜੀ ਬਿਲਕੁਲ ਠੀਕ ਬਿਲਕੁਲ ਜੀ ਬਿਲਕੁਲ ਬਿਲਕੁਲ ਨਹੀਂ ਤਾਂ ਜਿੱਦਾਂ ਹੁਣ ਤੁਹਾਨੂੰ ਪਤਾ ਵੀ ਜਿਹੜਾ ਪਿੱਛਾ ਕਰਨ ਵਾਲੇ ਤਾਂ ਬਹੁਤ ਤੁਸੀਂ ਇੱਕ ਤਰ੍ਹਾਂ ਦਾ ਕੋਈ ਗੀਤ ਜਿਹੜਾ ਚੱਲ ਜਾਂਦਾ ਤੁਸੀਂ ਦੇਖੋ ਉਦਾਂ ਦਾ ਸੋ ਗੀਤ ਅਗਲੇ ਸਾਲ ਆ ਜਾਂਦਾ ਬਿਲਕੁਲ ਆ ਜਾਂਦਾ ਜਿੱਦਾਂ ਦੀ ਇੱਕ ਬੰਦੇ ਨੇ ਦਾੜ੍ਹੀ ਰੱਖ ਲਈ ਜਿੱਦਾਂ ਦੇ ਇੱਕ ਬੰਦੇ ਨੇ ਵਾਲ ਕਟਾ ਲਿਆ ਸਾਰੀ ਦੁਨੀਆ ਉਦਾਂ ਦੇ ਕਟਾਈ ਫਿਰਦੀ ਆ ਉਹਦਾਂ ਕਟਾਈ ਫਿਰਦੀ ਆ ਹਾਂਜੀ ਬਿਲਕੁਲ ਠੀਕ ਬੰਦਾ ਚੱਲਦਾ ਉਹੀ ਹੁੰਦਾ ਜਿਹੜਾ ਬਾਕੀਆਂ ਨਾਲੋਂ ਅਲੱਗ ਦਿਸੇ ਜੀ ਜੀ ਜਿੱਦਾਂ ਕਹਿੰਦੇ ਹੁੰਦੇ ਆ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਮੰਕੀ ਸੀ ਸਮਾਂਕੀ ਡਸ ਮੰਕ ਜਰਾ ਇਨਸਾਨ ਆ ਅਸੀਂ ਸੋਸ਼ਲ ਐਨੀਮਲ ਕਰਕੇ ਅਸੀਂ ਇੱਕ ਤਰੀਕੇ ਦਾ ਸਮਾਜਿਕ ਪ੍ਰਾਣੀ ਆ ਹਾਂਜੀ 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 ਤੇ ਅਸੀਂ ਉਹ ਕਰਨਾ ਚਾਹਦੇ ਆ ਜੋ ਬਾਕੀ ਸਾਰੇ ਕਰਦੇ ਆ ਹਾਂਜੀ ਈਜ਼ੀ ਰੂਟ ਲੱਭਦੇ ਆਪਾਂ ਈਜ਼ੀ ਰੂਟ ਹਰ ਚੀਜ਼ ਦਾ ਜਿਹੜੀ ਫਲਾਨ ਨੇ ਕੀਤਾ ਹੋਇਆ ਆਲਰੇਡੀ ਤੇ ਵੀ ਉਹ ਉਹ ਬਈ ਕਰਦੇ ਆ ਨਾ ਮਾਨ ਸਾਹਿਬ ਉਹ ਬਾਬ ਸਿੰਘ ਮਾਨ ਸਾਹਿਬ ਬੰਬੇ ਇੱਕ ਵਾਰੀ ਗੱਲ ਕਹਿੰਦੇ ਸੀ ਕਿ ਕਹਿੰਦੇ ਵੀ ਆਪਣਾ ਕਿਸੇ ਨੇ ਕਹਿੰਦੇ ਮੈਨੂੰ ਪੁੱਛਿਆ ਵੀ ਅਖੇ ਮਾਨ ਸਾਹਿਬ ਵੀ ਤੁਸੀਂ ਇੰਨੇ ਸਾਲ ਹੋ ਗਏ ਜੀ ਸਦੀਕ ਸਾਹਿਬ ਦੇ ਦੌਰ ਤੋਂ ਲੈ ਕੇ ਹਰਭਜਨ ਮਾਨ ਤੱਕ ਹੁਣ ਫਿਲਮਾਂ ਦੇ ਦੌਰ ਤੱਕ ਵੀ ਹਜੇ ਵੀ ਤੁਸੀਂ ਉਹ ਉਨਾਂ ਹੀ ਕਰੰਟਿਆ ਗਾਣੇ ਲਿਖੀ ਜਾਂਦੇ ਆ ਵੀ ਇਹਦਾ ਵੀ ਰੀਜ਼ਨ ਕੀ ਆ ਕਾਰਨ ਕੀ ਆ ਹਾਂਜੀ ਉਹ ਕਹਿੰਦੇ ਵੀ ਜਿਹੜੇ ਪਾਗਲ ਲੋਕ ਹੁੰਦੇ ਆ ਉਹ ਤਜਰਬੇ ਕਰਦੇ ਆ ਜਿਹੜੇ ਸਮਝਦਾਰ ਲੋਕ ਹੁੰਦੇ ਆ ਉਹ ਜੋ ਜੋ ਉਹਨਾਂ ਨੂੰ ਕਰਨਾ ਆਉਂਦਾ ਹੁੰਦਾ ਉਹੀ ਕਰਦੇ ਆ ਬਸ ਹੋਰ ਨਹੀਂ ਕੁਝ ਜੋ ਉਹਨਾਂ ਦਾ ਤਜਰਬਾ ਹੁੰਦਾ ਉਹ ਕਰਦੇ ਆ ਹਨਾ ਤੇ ਇਹ ਇਹ ਕਰਕੇ ਉਹ ਨੱਚ ਲਿਆ ਵੀ ਹਾਂ ਜੋ ਆਲਰੇਡੀ ਆਪਣਾ ਤਜਰਬਾ ਹੈਗਾ ਆਲਰੇਡੀ ਇੰਨੇ ਸਾਲਾਂ ਤੋਂ ਜਾਂ ਕਰ ਰਹੇ ਆ ਜਾਂ ਮੈਂ ਇਸ ਸਾਰੀ ਗੱਲ ਦਾ ਸੰਤਾਰਬੀਰ ਜਿਹੜਾ ਕ੍ਰੈਡਿਟ ਹੈ ਜਾਂ ਜੋ ਵੀ ਹੁਣ ਤੱਕ ਮੇਰਾ ਜੋ ਚੱਲ ਰਿਹਾ ਜਾਂ ਜੋ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਹੜਾ ਉਹਨਾਂ ਦੀ ਸ਼ੁਰੂਆਤੀ ਬੈਂਕੂਵਰ ਵਾਲਾ ਦੌਰ ਆ ਜਦੋਂ ਅਸੀਂ ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਸੀ ਵੀ ਜਿਹੜਾ ਇੰਗਲੈਂਡ ਵਾਲਾ okay ਇਹ ਗਰੁੱਪਾਂ ਦਾ ਜਾਂ ਸੰਗੀਤ ਦਾ ਭਾਰੂਪਾਨ ਆਪਾਂ ਆਪਣੇ ਉੱਤੇ ਦੇਖਿਆ ਆ ਕੈਨੇਡੀਅਨ ਲੋਕਾਂ ਦੇ ਉੱਤੇ ਹਾਂਜੀ ਹਾਂਜੀ ਇਹ ਇਹ ਉਹਦੀ ਬੇਸਿਕਲੀ ਇਹ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ ਆ ਕਿ ਐਡੀ ਵੱਡੀ ਸਾਊਂਡ ਜਿਹੜੀ ਦੀਪਕ ਜਾਨਜੀ ਹੋਰਾਂ ਨੇ ਜਾਂ ਜਿਵੇਂ ਕਹਿ ਲਓ ਵੀ ਉਹ ਪ੍ਰੇਮੀ ਗਰੁੱਪ ਸੀ ਉਹ ਹਰ ਡੀਜ ਦੇ ਗਾਣਾ ਉਹਨਾਂ ਦਾ ਵੱਜਣਾ ਵੀ ਕਿਤਾ ਬਾਹਰ ਨੇ ਕੀਏ ਜਾਂ ਬਈ ਉਹ ਹਣਾ ਨਜਰੀ ਦੀ ਗੋਤ ਖੁੱਲ ਗਈ ਉਹ ਐ ਲੱਗਦਾ ਹੁੰਦਾ ਵੀ ਯਾਰ ਇਹਨਾਂ ਗਾਣਿਆਂ 'ਚ ਹੈ ਕਿਹੋ ਜੀ ਕਿਹੜੀ ਚੀਜ਼ ਆ ਵੀ ਜਿਹੜੇ ਯਾਰ ਜਦੋਂ ਇਹ ਵੱਜਦੇ ਆ ਲੋਕ ਪਾਗਲ ਹੋ ਜਾਂਦੇ ਨੇ ਨੱਚਣਾ ਪੈਂਦੇ ਆ ਨਾ ਜੀ ਹਾਂ ਉਹ ਸਾਰੀਆਂ ਚੀਜ਼ਾਂ ਦਿਮਾਗ 'ਚ ਕਰ ਕੀਤਾ ਪਰ ਨਾ ਇਹ ਜਿੱਦਾਂ ਫਿਊਚਰ ਦਾ ਕਿਸੇ ਨੂੰ ਨਹੀਂ ਪਤਾ ਪਰ ਜਦੋਂ ਅਸੀਂ ਹੁਣ ਉਹ ਚੀਜ਼ਾਂ ਸੁਣਦੇ ਆ ਤਾਂ ਹੁਣ ਉਹ ਬੜੀਆਂ ਪਤਲੀਆਂ ਲੱਗਦੀਆਂ ਹਾਂ ਹਾਂ ਬਿਲਕੁਲ ਹੁਣ ਉਹ ਲੱਗਦਾ ਵੀ ਯਾਰ ਉਹ ਐਡੀ ਵੱਡੀ ਤੱਕ ਕੋਈ ਗੱਲ ਨਹੀਂ ਸੀਗੀ ਯਾਰ ਵੀ ਠੀਕ ਸੀਗਾ ਵੀ ਵਾਹ ਬਾ ਨਾ ਹਾਂ ਉਸ ਦੌਰ ਦੇ ਵੇਲੇ ਮੈਂ ਵੀ ਸ਼ਾਇਦ ਉਹ ਜਿਹੜੀ ਸਾਊਂਡ ਓਵਰਆਲ ਕ੍ਰੀਏਟ ਕਰਦੇ ਸੀ ਸ਼ਾਇਦ ਉਹ ਡੀਜੇ ਨੂੰ ਕਿਉਂਕਿ ਇੰਗਲੈਂਡ ਦੇ ਵਿੱਚ ਆਲਰੇਡੀ ਡੀਜੇ ਵਾਲਾ ਮਾਹੌਲ ਸੀ ਜਾਂ ਉਹ ਹਾਂਜੀ ਉਹ 베이스 ਦੀ ਫ੍ਰੀਕੁਐਂਸੀ ਨੂੰ ਉਹ ਬੈਟਰ ਸਮਝਦੇ ਸੀ ਜਾਂ ਉਹਨਾਂ ਨੂੰ ਪਤਾ ਸੀ ਵੀ ਯਾਰ ਧਮਕ ਜਿਹੜੀ ਆ ਚਾਹੀਦੀ ਆ ਓਵਰਆਲ ਕਿਉਂਕਿ ਮੇਰਾ ਖਿਆਲ ਵੀ ਬਹੁਤ ਸਾਰੀਆਂ ਰਿਕਾਰਡਿੰਗ ਜਿਹੜੀਆਂ ਚੰਡੀਗੜ੍ਹ ਤੋਂ ਜਾਂ ਈਵਨ ਕਿ ਊर्जा ਸਾਹਿਬ ਦੀਆਂ ਵੀ ਜਿਹੜੀਆਂ 999 ਤੱਕ ਆਈਆਂ ਹਾਂਜੀ ਬਈ ਉਹਨਾਂ ਦੇ ਵਿੱਚ 베이스 ਤਾਂ ਹੁੰਦਾ ਹੀ ਨਹੀਂ ਸੀ 베이스 ਤਾਂ ਮੋਸਟਲੀ ਹੁੰਦੀ ਹੀ ਨਹੀਂ ਸਾਡੇ ਸੰਗੀਤ ਨਾਲ ਸੁਖਪਾਲ ਜੀ ਜਦੋਂ ਨਾ ਲੋਕ ਸੁਣਦੇ ਹੁੰਦੇ ਸਨ ਰੇਡੀਓ ਤੇ ਲਤਾ ਉਹਨਾਂ ਦੇ ਗਾਣੇ ਏ ਐਮ ਰੇਡੀਓ ਹੁੰਦਾ ਸੀ ਏ ਐਮ ਰੇਡੀਓ ਦੀ ਫ੍ਰੀਕੁਐਂਸੀ ਤਾਂ ਬਹੁਤ ਦਾ ਮੇਟ ਰੇਂਜ ਆ ਬਿਡ ਰੇਂਜ ਹਾਂਜੀ ਬਿਲਕੁਲ ਐਗਜੈਕਟਲੀ ਪਰ ਫਿਰ ਵੀ ਲੋਕਾਂ ਨੇ ਕਹਿਣਾ ਤਬਲੇ ਦੀ ਆਵਾਜ਼ ਦੇਖ ਯਾਰ ਕਿੰਨੀ ਵਧੀਆ ਹਨਾ ਤਬਲਾ ਤਾਂ ਉਹਨਾਂ ਨੇ ਸੁਣ ਨਹੀਂ ਰਿਹਾ ਉੱਥੇ ਜੇ ਦੇਖਿਆ ਜਾਵੇ ਉਹ ਸਾਡੇ ਦਿਮਾਗ 'ਚ ਹੀ ਸੀਗੀ ਬਸ ਦਿਮਾਗ 'ਚ ਤੁਹਾਨੂੰ ਪਤਾ ਸੀ ਭਈ ਅਸਲੀ ਕੀ ਹੋਊਗੀ ਉਦਾਂ ਜਾਨ ਕੇ ਠੀਕ ਆ ਉਹ ਤਬਲਾ ਪਲੇਅਰ ਵਧੀਆ ਆਵਾਜ਼ ਕੱਢ ਰਿਹਾ ਸੀ ਪਰ ਉਹ ਸਾਡੇ ਤੱਕ ਪਹੁੰਚ ਨਹੀਂ ਰਹੀ ਅਸੀਂ ਆਪਣੇ ਦਿਮਾਗਾਂ 'ਚ ਬਣਾ ਲਈ ਦਿਮਾਗ 'ਚ ਬਣਾ ਲਈ ਸੀ ਹਾਂਜੀ ਬਿਲਕੁਲ ਜਿਹੜਾ ਇਹ ਸੰਗੀਤ ਆ ਇਹ ਨਾ ਇੱਕ ਤਰੀਕੇ ਨਾਲ ਜਾਦੂ ਆ ਇਹਦੇ ਵਿੱਚ ਮੈਂ ਇਹ ਦੇਖਿਆ ਵੀ ਇਹਦਾ ਇਹ ਨਹੀਂ ਮਤਲਬ ਹੈ ਕਿ ਉੱਥੇ ਚੀਜ਼ ਦਾ ਹੋਣਾ ਜ਼ਰੂਰੀ ਆ ਤੁਹਾਨੂੰ ਉੱਥੇ ਉਹਦਾ ਭਲੇਖਾ ਪਾਣਾ ਜ਼ਰੂਰੀ ਆ ਵੀ ਅਗਲੇ ਨੂੰ ਲੱਗੇ ਵੀ ਹਾਂ ਇਹ ਇੱਥੇ ਹੈਗੀ ਆ ਇਹ ਹੈਗੀ ਆ ਇੱਥੇ ਹਾਂ ਬਿਲਕੁਲ ਬਿਲਕੁਲ ਐਗਜ਼ੈਕਟਲੀ ਬਿਲਕੁਲ ਬਈ ਤਾਂ ਬਸ ਤੁਸੀਂ ਜਿਹੜੀ ਇੰਨੀ ਗੱਲ ਕਹਿ ਕੇ ਤੁਸੀਂ ਜਿਹੜਾ ਕਹਿ ਲਿਆ ਵੀ ਸੁਮੰਦਰ ਕੁਜੇ ਜੰਦ ਬੰਦ ਕਰਦਾ ਬਸ ਜੇ ਜਿਹੜਾ ਹੁਣ ਸੁਣਨ ਵਾਲਾ ਉਹ ਸਮਝ ਜਾਏਗਾ ਇਸ ਗੱਲ ਨੂੰ ਬਈ ਕੀ ਗੱਲ ਕਹੀ ਹੈ ਜਿਹੜੀ ਇਹਦਾ 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 ਮਤਲਬ ਕੀ ਆ ਉਹ ਨਹੀਂ ਨਹੀਂ ਇਹ ਹੀ ਮਤਲਬ ਤਾਂ ਤੁਸੀਂ ਆਪ ਲੱਭਦੇ ਫਿਰਦੇ ਹੁਣ ਤੁਸੀਂ ਦੇਖੋ ਕਈ ਵਾਰੀ ਹੁਣ ਕਿੱਕ ਆ ਹੁਣ ਜਦੋਂ ਕਈ ਸੋਲੋ ਕਰਕੇ ਸੁਣਦੇ ਤਾਂ ਕਹਿੰਦੇ ਯਾਰ ਮੇਰੀ ਕਿੱਕ ਬਹੁਤ ਭਾਰੀ ਆ ਤੇ ਜਦੋਂ ਮਿਕਸਿੰਗ ਚ ਪਾਣੇ ਤਾਂ ਕਹਿੰਦੇ ਕਿੱਧਰ ਗਈ ਜੀ ਜੀ ਤੇ ਫਿਰ ਉਹਨਾਂ ਨੂੰ ਕਹੀਦਾ ਵੀ ਹੁਣ ਇਹ ਤੈਨੂੰ ਹੁਣ ਇਹਦਾ ਭਲੇਖਾ ਪਾਣਾ ਪੈਣਾ ਮੈਨੂੰ ਇੱਕ ਵਾਰੀ ਉਹ ਦਲਸ਼ਾਦ ਅਖਤਰ ਜੀ ਦੇ ਭੈਣ ਜੀ ਉਹਨਾਂ ਦੀ ਡੈਥ ਹੋ ਗਈ ਮਨਪ੍ਰੀਤ ਅਖਤਰ ਜਦੋਂ ਉਹਨਾਂ ਦੀ ਡੈਥ ਹੋਈ ਆ ਮੇਰੀ ਉਹਨਾਂ ਨਾਲ ਗੱਲ ਚੱਲ ਰਹੀ ਸੀ ਉਹਨਾਂ ਦੀ ਐਲਬਮ ਦੀ ਤਾਂ ਮੈਨੂੰ ਉਹ ਸਿਟਿੰਗ ਵਗੈਰਾ ਹੋ ਗਈ ਸੀ ਗਾਣੇ ਗੁਣੇ ਵੀ ਫਾਈਨਲ ਹੋ ਗਏ ਸੀ ਹਾਂ ਉਹਨਾਂ ਨੇ ਹੁਣ ਮੈਨੂੰ ਜਿੱਦਾਂ ਇੱਕ ਗੱਲ ਹੈ ਕਿ ਆ ਕੇ ਬੜੀ ਜਿੱਦਾਂ ਸਿੰਪਲ ਤਰੀਕੇ ਨਾਲ ਭਾਸ਼ਾ ਲੋ ਕਹਿੰਦੇ ਕਿਉਂਕਿ ਜਿਆਦਾ ਠੇਠ ਜਿੱਦਾਂ ਕਹ ਲੋ ਵੀ ਉਹ ਗੱਲਬਾਤ ਤਰੀਕਾ ਸੀ ਵੀਰ ਜੀ ਮੈਂ ਕਿਹਾ ਹਾਂਜੀ ਤੁਸੀਂ ਪੈਡ ਕਿਹੜਾ ਯੂਜ਼ ਕਰਦੇ ਆ ਮੈਂ ਕੀ ਗੱਲ ਹੋਈ ਜਿਹੜੀ ਤੁਹਾਡੀ ਕਿੱਕ ਆ ਉਹ ਸਾਡੇ ਪੈਡ ਚ ਨਹੀਂ ਕਹਿੰਦੇ ਆਉਂਦੀ ਜਿਹੜੀ ਤੁਹਾਡੇ ਪੈਡ ਚ ਆਉਂਦੀ ਆ ਮੈਂ ਮੈਂ ਕਹ ਜੀ ਪੈਡ ਤਾਂ ਮੈਂ ਯੂਜ਼ ਹੀ ਨਹੀਂ ਕਰਦਾ ਹਾਂ ਵੀ ਮੈਂ ਕਿਹਾ ਵੀ ਪੈਡ ਤਾਂ ਕਿਤੇ ਜਦੋਂ ਕਨੇਡਾ ਹੁੰਦੇ ਸੀਗੇ ਐਸਪੀਡੀ ਮੈਂ ਕਿਹਾ ਉਦੋਂ ਆਪਣਾ 11 ਤੇ ਪਤਾ ਨਹੀਂ ਉਹ ਕਿਹੜੇ ਮਾਡਲ ਆਏ ਸੀ ਮੈਂ ਕਿਹਾ ਵੀ ਉਦੋਂ ਹੀ ਕਿਤੇ ਮਾੜੇ ਮੋਟੇ ਜਿਹੜੇ ਯੂਜ਼ ਕਰ ਲਿਆ ਕਰ ਲਿਆ ਵੀ ਪੈਡ ਪੂੜ ਤਾਂ ਹੁਣ ਮੈਂ ਕਹ ਜ਼ਮਾਨੇ ਖਤਮ ਹੋ ਗਏ ਨਹੀਂ ਫਿਰ ਤੁਸੀਂ ਕਿੱਕ ਕਿ ਜਾ ਉਹਨਾਂ ਨੂੰ ਹੁਣ ਮੀਡੀਆ ਵਗੈਰਾ ਜਾਂ ਕੁਝ ਉਹ ਚੀਜ਼ਾਂ ਸਮਝਣੀ ਸੀ ਹੁੰਦੀਆਂ ਹਾਂ ਹਾਂ ਉਹ ਮੈਨੂੰ ਕਹਿੰਦਾ ਵੀ ਤੁਸੀਂ ਪੈਡ ਕਿਹੜਾ ਯੂਜ਼ ਕਰਦੇ ਮੈਂ ਕਿਹਾ ਜੀ ਨਹੀਂ ਪੈਡ ਨਹੀਂ ਮੈਂ ਕਿਹਾ ਜੀ ਵੀ ਇਹ ਤਾਂ ਹੁਣ ਦੌਰ ਚੇਂਜ ਹੋ ਗਿਆ ਹੁਣ ਸਾਊਂਡ ਚੇਂਜ ਹੋ ਗਈ ਆ ਹੁਣ ਮਾਹੌਲ ਚੇਂਜ ਹੋ ਗਿਆ ਨੈਚਰਲੀ ਬਸ ਉਹੀ ਆ ਵੀ ਉਹ ਉਹ ਜਿਹੜੀਆਂ ਗੱਲਾਂ ਨੇ ਜੀ ਟੈਕਨੀਕਲੀ ਬਸ ਉਹਨਾਂ ਨੂੰ ਸਮਝਣ ਵਾਲਾ ਵੀ ਚਾਹੀਦਾ ਤੇ ਹਾਂ ਪਰ ਸਮਝਦੇ ਵੀ ਆ ਸਮਝਦੇ ਵੀ ਆ ਬਿਲਕੁਲ ਸਮਝਦੇ ਵੀ ਆ ਲੋਕ ਹਾਂਜੀ ਸਿੱਖੇ ਹੋਏ ਲੋਕਾਂ ਦਾ ਵੀ ਕੋਈ ਐਂਡ ਨਹੀਂ ਕੋਈ ਐਂਡ ਨਹੀਂ ਕੋਈ ਐਂਡ ਨਹੀਂ ਜੀ ਬਿਲਕੁਲ ਇੱਕ ਤੋਂ ਇੱਕ ਬਾਅਦ ਗਾਂ ਕੰਨਾਂ ਦੇ ਬੱਚੇ ਨਾ ਸਿੱਖ ਗਏ ਸੰਗੀਤ ਨ ਆ ਨਗਾ ਦੇ ਨਾ ਸੋਰਚ ਗਾਉਂਦੇ ਆ ਉਹਦਾ ਵੀ ਕੋਈ ਐਂਡ ਨਹੀਂ ਹੈ ਉਹਦਾ ਵੀ ਕੋਈ ਐਂਡ ਨਹੀਂ ਹਾਂਜੀ ਪਰ ਦੁਨੀਆ ਦੇ ਵਿੱਚ ਗਿਆਨਤਾ ਦਾ ਵੀ ਕੋਈ ਐਂਡ ਨਹੀਂ ਅਸੀਂ ਹੁਣ ਜੇ ਤਾਂ ਆਪਣੇ ਪੰਜਾਬੀ ਵਿਰਸੇ ਲਾਈਵ ਨਹੀਂ ਰਿਕਾਰਡ ਕਰਕੇ ਰਿਲੀਜ਼ ਕਰੀ ਦੇ ਹਾਂਜੀ ਤੇ ਇੱਕ ਵਾਰੀ ਅਸੀਂ ਇੱਕ ਵਾਰੀ ਦੋ ਮੈਨੂੰ ਗੱਲਾਂ ਚੇਤੇ ਆਈਆਂ ਇੱਕ ਵਾਰੀ ਕੋਈ ਪ੍ਰੋਗਰਾਮ ਸੀਗਾ ਬਹੁਤ ਪਹਿਲੇ ਦਿਨਾਂ ਦੀ ਗੱਲ ਯਾਦ ਆਈ ਹੈ ਕੋਈ ਮੇਲਾ ਹੋਣਾ ਸੀ ਕਹਿੰਦਾ ਤੁਸੀਂ ਵੀ ਉੱਥੇ ਗਾਉਣਾ ਜੀ ਤੇ ਅਸੀਂ ਕਹਾਂ ਠੀਕ ਹੈ ਜੀ ਅਸੀਂ ਉੱਥੇ ਗਾ ਲਵਾਂਗੇ ਤੇ ਜਿੰਨਿਆਂ ਨੇ ਵੀ ਉੱਥੇ ਗਾਉਣਾ ਸੀ ਉਹ ਸਾਰੇ ਨਾ ਮਨਿੰਦਰ ਹੁਣਾਂ ਦੇ ਦਫ਼ਤਰ ਆ ਗਏ ਜੀ 76 ਐਵੇਨਿਊ ਤੇ ਜਿਹੜਾ ਹੁੰਦਾ ਸੀ ਉਹਨਾਂ ਇੱਕ ਮੁੰਡਾ ਤੇ ਉਹ ਪੱਪਾ ਸੰਦਲ ਹੁਣਾ ਦਾ ਮਿੱਤਰ ਸੀਗਾ ਹਾਂਜੀ ਹਾਂਜੀ ਤੇ ਉਹ ਮੈਨੂੰ ਕਹਿੰਦਾ ਕਹਿੰਦਾ ਤੁਸੀਂ ਸਟੇਜ ਤੇ ਕਿੰਨੇ ਸਾਜ਼ ਵਜਾ ਰਹੇ ਆਂ ਮੈਂ ਕਿਹਾ ਵੀ ਸਾਜ਼ ਕਿੰਨੇ ਵੀ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਸਟੈਂਡਰਡ ਜੋ ਵੀ ਗਰੁੱਪ ਚਾ ਜਾਊਗੇ ਬੰਦੇ ਹਨਾ ਜੀ ਬਿਲਕੁਲ ਤੇ ਮੈਂ ਕਿਹਾ ਕਿਉਂ ਕਹਿੰਦੇ ਮੈਂ ਤਾਂ ਕਹਿ ਰਿਹਾ ਨਾ ਵੀ ਜਿਹੜਾ ਮੁੰਡਾ ਸਾਡੇ ਨਾਲ ਕਹਿੰਦੇ ਕੀਬੋਰਡ ਵਜਾ ਰਿਆ ਹੂੰ ਹੂੰ ਤੇ ਕਹਿੰਦੇ ਉਹ ਇਕੱਲਾ ਹੀ ਕੀਬੋਰਡ ਦੇ ਵਿੱਚੋਂ ਪੱਪਾ ਸੰਦਲ ਹੁਣਾ ਨਾਲ 11 ਵਜਾ ਕੱਢ ਰਿਹਾ ਅੱਛਾ ਮੈਂ ਕਹਾ ਅੱਛੀ ਤੇ ਮੈਂ ਕਹਾ ਫੇਰ ਉਹਦੇ ਨਾਲ ਤਾਂ ਫੇਰ ਤਾਂ ਸਾਨੂੰ ਤਾਂ ਬੜਾ ਮੁਸ਼ਕਲ ਹੋ ਜਾਊਗਾ ਮੈਂ ਕਹਾ ਚਲੋ ਦੇਖੋ ਹਨਾ ਮੈਨੂੰ ਬੜੀ ਉਹ ਗੱਲ ਯਾਦ ਰਹੀ ਹੈਨਾ ਤੇ ਹੁਣ ਨਾ ਅਸੀਂ ਆਸਟ੍ਰੇਲੀਆ ਇੱਕ ਹੋਟਲ ਦੇ ਵਿੱਚ ਗੀਤਾਂ ਦੀ ਤਿਆਰੀ ਕਰੀਏ ਤੇ ਉਹ ਪ੍ਰੋਮੋਟਰ ਆ ਕੇ ਸਾਡੇ ਕੋਲ ਬਹਿ ਗਿਆ ਤੁਹਾਨੂੰ ਪਤਾ ਯਾ ਕੋਈ ਕਹਿੰਦਾ ਹੁੰਦਾ ਜੀ ਆਹ ਕੀਬੋਰਡ ਐਨੇ ਲੱਖ ਦਾ ਦਾ ਕੋਈ ਕਹਿੰਦਾ ਐਨੇ ਲੱਖ ਦਾ ਆਉਂਦਾ ਉਹ ਮੈਨੂੰ ਬੰਦਾ ਕਹਿੰਦਾ ਕਹਿੰਦਾ ਜੀ ਆ ਤੁਹਾਡੇ ਵਾਲਾ ਕੀਬੋਰਡ ਬਹੁਤ ਵਧੀਆ ਆਵਾਜ਼ਾਂ ਕੱਢਦਾ ਇਹ ਕਿੰਨੇ ਦਾ ਦਾ ਜੀ ਮੈਂ ਕਹਾਂ ਦੀ 158 ਦਾ ਅਚਾ ਤੇ ਚਲੋ ਮਹਾਰਾਜ ਬਹੁਤ ਲੰਬੀ ਗੱਲ ਹੋ ਗਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਔਰ ਮੈਂ ਧੰਨਵਾਦ ਕਰਦਾ ਤੁਹਾਡਾ ਔਰ ਪੰਜਾਬੀ ਪੋਡਕਾਸਟ ਦੇ ਸਾਰੇ ਜਿੰਨੇ ਵੀ ਸੁਣਨ ਵਾਲੇ ਨੇ ਲਿਸਨਰ ਨੇ ਸਰੋਤਿਆਂ ਦਾ ਔਰ ਮੈਂ ਬਸ ਇਹੀ ਆਸ ਰੱਖਦਾ ਜੀ ਕਿ ਵੀ ਸਾਰਿਆਂ ਦੇ ਲਈ ਚੜ੍ਹਦੀ ਕਲਾ ਦੀ ਦੁਆ ਹੈ ਤੇ ਅچھے ਗੀਤ ਸੰਗੀਤ ਨੂੰ ਸੁਣਦੇ ਰਹੋ ਔਰ ਜਿਹੜੇ ਲੋਕ ਕੰਮ ਅੱਛਾ ਕਰਦੇ ਨੇ ਉਹਨਾਂ ਨੂੰ ਸਮੇਂ ਦੇ ਸਮੇਂ ਉਹਨਾਂ ਨੂੰ ਜਦੋਂ ਵੀ ਸਮਾਂ ਮਿਲੇ ਉਹਨਾਂ ਨੂੰ ਐਪਰੀਸ਼ੀਏਟ ਜ਼ਰੂਰ ਕਰੋ ਚਾਹੇ ਇਕਲੇ ਨਹੀਂ ਲਿਖਦਿਆ ਕਰੋ ਉਹਨਾਂ ਨੂੰ ਵੀ ਵੀ ਤੁਸੀਂ ਕੰਮ ਅੱਛਾ ਕਰ ਰਹੇ ਹੋ ਜੀ ਇਹ ਇਹੀ ਇੰਨਾ ਕੰਮ ਜਿਹੜਾ ਕਹਿ ਲਓ ਬਈ ਇੱਕ ਗਲੂਕੋਸ਼ ਦੀ ਬੋਤਲ ਜਿੰਨਾ ਕੰਮ ਕਰ ਜਾਂਦਾ ਵੀ ਲਓ ਯਾਰ ਵੀ ਕਰਦਾ ਜੀ ਕਰਦਾ ਹਨਾ ਵੀ ਵੀ ਦੁਨੀਆ ਕਿਤੇ ਵੀ ਲੋਕ ਬੈਠੇ ਨੇ ਹਨੇ ਹਾਂਜੀ ਹੌਸਲਾ ਫਜ਼ਾਈ ਬਹੁਤ ਜ਼ਰੂਰੀ ਹੈ ਹੌਸਲਾ ਫਜ਼ਾਈ ਜਿਹੜੀ ਜੀ ਉਹ ਬੜੀ ਜ਼ਰੂਰੀ ਹੈ ਹਨਾ ਜੀ ਹਾਂਜੀ ਜੀ 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 ਬਸ ਇਹੀ ਇੰਨੀ ਕੁ ਬੇਨਤੀ ਹੈ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਯਾਦ ਕੀਤਾ ਪਿਆਰ ਦਿੱਤਾ ਇੰਨਾ ਸਤਿਕਾਰ ਦਿੱਤਾ ਤੇ ਮਾਲਕ ਤੁਹਾਨੂੰ ਸਾਰਿਆਂ ਨੂੰ ਮਨਮੋਹਨ ਭਾਜੀ ਨੂੰ ਕਮਲ ਨੂੰ ਤੁਹਾਨੂੰ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਸੋ ਮਚ ਧੰਨਵਾਦ ਜੀ ਪੰਜਾਬੀ ਪੋਡਕਾਸਟ ਨੂੰ ਸੁਣਨ ਲਈ ਬਹੁਤ-ਬਹੁਤ ਧੰਨਵਾਦ ਪੰਜਾਬੀ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਇਸੇ ਤਰੀਕੇ ਨਾਲ ਸਾਨੂੰ ਹੌਸਲਾ ਦਿੰਦੇ ਰਹੋ ਤਾਂ ਕਿ ਸਾਡੇ ਹੌਸਲੇ ਬਲੰਤ ਰਹਿਣ ਸਾਨੂੰ ਸਹਿਯੋਗ ਦਿੰਦੇ ਰਹੋ ਹਰ ਹਫਤੇ ਇੱਕ ਨਵਾਂ ਐਪੀਸੋਡ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਆਂ ਅਗਲੇ ਹਫਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤਦ ਤੱਕ ਲਈ ਮੈਨੂੰ ਆਗਿਆ ਦਿਓ ਸੰਗਤਾਰ ਵੱਲੋਂ ਸਭ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ